ਜੀ ਮੇਰੇ ਵੱਲੋਂ ਜੀ ਗੁਰਜੋਤ ਸੋਢੀ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਆਦਾਬ ਸਲਾਮ ਨਮਸਤੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ ਰੇਡੀਓ ਹਾਂਜੀ ਦੇ ਉੱਤੇ ਰੇਡੀਓ ਹਾਂਜੀ ਦੇ ਉੱਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਕੁਝ ਗੱਲਾਂ ਇੱਧਰ ਦੀਆਂ ਸੋ ਕੁਝ ਗੱਲਾਂ ਉੱਧਰ ਦੀਆਂ ਇਹਨਾਂ ਦੇ ਵਿੱਚ ਗੱਲਾਂ ਬਾਤਾਂ ਅਸੀਂ ਕਰਦੇ ਹਾਂ ਜੀ ਕਿ ਜੋ ਕੁਝ ਸਾਡੇ ਨਾਲ ਵਾਪਰਿਆ ਕੁਝ ਸੰਸਥਾਵਾਂ ਜੋ ਵਧੀਆ ਕੰਮ ਕਰ ਰਹੀਆਂ ਨੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਸੋ ਅੱਜ ਦੀ ਜਿਹੜੀ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਜੀ ਅੱਜ ਦੀ ਜਿਹੜੀ ਅਸੀਂ ਗੱਲਬਾਤ ਆ ਅਸੀਂ ਕਰਨ ਜਾ ਰਹੇ ਹਾਂ ਜੀ ਜਸਵਿੰਦਰ ਸਿੰਘ ਜੀ ਦੇ ਨਾਲ ਜਸਵਿੰਦਰ ਸਿੰਘ ਜੀ ਸਿੱਧੂ ਬਿਲਕੁਲ ਜੀ ਇਹ ਸਾਡੇ ਨਾਲ ਆਉਂਦੇ ਨੇ ਹਰ ਵਾਰੀ ਹਰ ਮਹੀਨੇ ਦੇ ਹਰ ਚੌਥੇ ਸ਼ਨੀਵਾਰ ਆ ਕੇ ਜੁੜਦੇ ਨੇ ਅਤੇ ਸਾਡੇ ਲਈ ਲੈ ਕੇ ਆਉਂਦੇ ਨੇ ਕੁਝ ਅਹਿਮ ਜਾਣਕਾਰੀਆਂ ਜਾਂ ਚਾਹੇ ਉਹ ਸਰਕਾਰੀ ਮਸਲਿਆਂ ਦੇ ਨਾਲ ਜੁੜੀਆਂ ਹੋਣ ਜਾਂ ਆਪਾਂ ਇਹ ਗੱਲ ਕਹਿ ਲਈਏ ਕਿ ਕਿਸ ਢੰਗ ਦੇ ਨਾਲ ਸਾਡੀ ਕਮਿਊਨਿਟੀ ਕਿਸ ਢੰਗ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਅੱਜ ਕੱਲ੍ਹ ਜੋ ਕੰਮ ਕਾਰ ਨਵੇਂ ਨਵੇਂ ਕਰ ਰਹੀ ਆ ਜਾਂ ਵਧੀਆ ਵਧੀਆ ਜਿਹੜੀਆਂ ਪਲਾਂਘਾਂ ਪੁੱਟ ਰਹੀ ਆ ਉਹਦੀ ਬਾਰੇ ਗੱਲਬਾਤ ਡਾਕਟਰ ਸਾਹਿਬ ਆ ਕੇ ਸਾਨੂੰ ਦੱਸਦੇ ਨੇ ਸਿੱਧੂ ਸਾਹਿਬ ਆ ਕੇ ਸਾਨੂੰ ਦੱਸਦੇ ਨੇ ਜੀ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਇਹਨਾਂ ਦੇ ਸਵਾਗਤ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਚੀਜ਼ ਜ਼ਰੂਰ ਜੀ ਇਹਨਾਂ ਦੇ ਬਾਰੇ ਦੱਸਣਾ ਚਾਹੂੰਗਾ ਕਿ ਜਸਵਿੰਦਰ ਸਿੰਘ ਸਿੱਧੂ ਜੀ RMIT ਯੂਨੀਵਰਸਿਟੀ ਦੇ ਵਿੱਚ ਲੈਕਚਰਾਰ ਨੇ ਜੀ ਲੈਕਚਰਾਰ ਦੇ ਨਾਲ ਨਾਲ ਇਹ ਨੇ ਜੀ ਸੋਸ਼ਲ ਰਿਸਰਚਰ ਬਿਲਕੁਲ ਜੀ ਰਿਸਰਚ ਬਹੁਤ ਜ਼ਬਰਦਸਤ ਇਹਨਾਂ ਦੀ ਰਿਸਰਚ ਹੁੰਦੀ ਆ ਰਿਸਰਚ ਦੇ ਕਰਕੇ ਹੀ ਇਹਨਾਂ ਨੂੰ ਜੇ ਆਪਾਂ ਜੇ ਗੱਲ ਕਰੀਏ ਕਿ ਇਸ ਯੂਨੀਵਰਸਿਟੀ ਦਾ ਹਾਈਐਸਟ ਅਵਾਰਡ ਮਿਲਣ ਜਾ ਰਿਹਾ ਜੀ ਰਿਸਰਚ ਐਕਸੀਲੈਂਸ ਅਵਾਰਡ ਬਿਲਕੁਲ ਜੀ ਬੜੀ ਮਾਣ ਵਾਲੀ ਗੱਲ ਹੋ ਜਾਂਦੀ ਹੈ ਸਾਡੇ ਸਾਰਿਆਂ ਲਈ ਇੰਡੀਅਨ ਭਾਈਚਾਰੇ ਲਈ ਭਾਵੇਂ ਆਪਾਂ ਪੰਜਾਬੀ ਭਾਈਚਾਰਾ ਇਹਨੂੰ ਕਹਿ ਲਈਏ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਿੱਚੋਂ ਇੱਕ ਨੌਜਵਾਨ ਉੱਠ ਕੇ ਇਸ ਅਵਾਰਡ ਦੀ ਪ੍ਰਾਪਤੀ ਕਰ ਰਿਹਾ ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਤੁਸੀਂ ਬਿਜ਼ਨਸ ਦੇ ਵਿੱਚ ਅਤੇ ਪੜ੍ਹਾਈ ਦੇ ਵਿੱਚ ਵੀ ਜਦੋਂ ਇੱਦਾਂ ਦੀਆਂ ਮੱਲਾਂ ਵੱਜਦੀਆਂ ਨੇ ਤਾਂ ਬੜੀ ਖੁਸ਼ੀ ਵਾਲੀ ਗੱਲ ਹੋ ਜਾਂਦੀ ਹੈ ਸੋ ਹਾਈਐਸਟ ਅਵਾਰਡ ਆ ਜੀ ਇਹ ਯੂਨੀਵਰਸਿਟੀ ਦਾ ਰਿਸਰਚ ਐਕਸੀਲੈਂਸ ਅਵਾਰਡ ਜਿਹੜਾ ਇਹਨਾਂ ਨੂੰ ਮਿਲਿਆ ਉਹਦੀ ਇਹਨਾਂ ਨੂੰ ਵਧਾਈ ਵੀ ਦੇਵਾਂਗੇ ਜੀ ਨਾਲ ਨਾਲ ਇਹਨਾਂ ਨੂੰ ਦੱਸ ਦਈਏ ਤੁਹਾਨੂੰ ਦੱਸ ਦਈਏ ਜੀ ਕਿ ਇਹ ਨੇ ਜੀ ਫਾਊਂਡਰ ਨੇ ਜੀ ਬ੍ਰੇਕਫਾਸਟ ਜਿਵੇਂ ਕਲੱਬਸ ਚੱਲਦੇ ਨੇ ਜਾਂ ਆਪਾਂ ਇਹ ਗੱਲ ਕਹਿ ਲਈਏ ਕਿ ਫੂਡ ਡੋਨੇਸ਼ਨ ਪ੍ਰੋਜੈਕਟਸ ਹੋਮਲੈਸ ਬੱਚਿਆਂ ਨੂੰ ਲੈ ਕੇ ਆਸਟ੍ਰੇਲੀਅਨ ਬੱਚਿਆਂ ਨੂੰ ਲੈ ਕੇ ਹੋਮਲੈਸ ਸਿਟੀਜ਼ਨਸ ਨੂੰ ਲੈ ਕੇ ਉਹਨਾਂ ਦੀ ਕਾਫੀ ਆਪਣੇ ਸਮੇਂ ਦੇ ਵਿੱਚ ਇਹ ਹੈਲਪ ਕਰਦੇ ਨੇ ਆਪਣਾ ਇਹ ਇਸ ਜੋਬ ਦੇ ਨਾਲ ਨਾਲ ਸਮਾਂ ਕੱਢ ਕੇ ਇਹਨਾਂ ਦੀ ਹੈਲਪ ਕਰਦੇ ਨੇ ਇਹਨਾਂ ਨੂੰ ਸੰਸਥਾਵਾਂ ਨੂੰ ਚਲਾਉਣ ਦੇ ਵਿੱਚ ਸੋ ਇਹ ਰਿਕੋਗਨਾਈਜ਼ ਕੀਤਾ ਗਿਆ ਜੀ ਇਹਨਾਂ ਦੇ ਕੰਮ ਨੂੰ ਫੈਡਰਲ ਗਵਰਨਮੈਂਟ ਵੱਲੋਂ ਵੀ ਪਾਰਲੀਮੈਂਟ ਦੇ ਵਿੱਚ ਵੀ ਕਾਫੀ ਵਾਰੀ ਇਹ ਨਾਂ ਜਿਹੜਾ ਆ ਜਸਵਿੰਦਰ ਸਿੰਘ ਸਿੱਧੂ ਇਹ ਨਾਂ ਬੜੀ ਵਾਰੀ ਪਾਰਲੀਮੈਂਟ ਦੇ ਵਿੱਚ ਆਇਆ ਗਿਆ ਇਸ ਕਰਕੇ ਨਹੀਂ ਆਇਆ ਗਿਆ ਕਿ ਕੁਛ ਇਹਨਾਂ ਨੇ ਇੱਦਾਂ ਦਾ ਕੰਮ ਕੀਤਾ ਇਹਨਾਂ ਨੇ ਕੁਛ ਇੱਦਾਂ ਦਾ ਕੰਮ ਕੀਤਾ ਕਿ ਇਹਨਾਂ ਦੀ ਰਿਸਰਚ ਦੇ ਜ਼ਰੀਏ ਇਹ ਆਪਣਾ ਇਹਨਾਂ ਦੀ ਰਿਸਰਚ ਨੂੰ ਬਾਰ ਬਾਰ ਪਾਰਲੀਮੈਂਟ ਦੇ ਵਿੱਚ ਲੈ ਕੇ ਆਉਂਦਾ ਗਿਆ ਅਤੇ ਗੱਲਾਂ ਉਹਦੇ ਬਿਹਾਫ ਦੇ ਉੱਤੇ ਕੁਐਸਚਨ ਕੀਤੇ ਗਏ ਸੋ ਬੜੀ ਮਾਣ ਵਾਲੀ ਗੱਲ ਹੋ ਜਾਂਦੀ ਹੈ ਜੀ ਕਿ ਅੱਜ ਸਾਡੇ ਵਿੱਚ ਨੇ ਜਸਵਿੰਦਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਸ਼ੁਕਰੀਆ ਜੀ ਸਗੋਂ ਤੁਹਾਡਾ ਤੁਸੀਂ ਆਪਣੇ ਸਮੇਂ ਦੇ ਵਿੱਚੋਂ ਸਾਡੇ ਸਰੋਤਿਆਂ ਲਈ ਸਮਾਂ ਕੱਢਦੇ ਹੋ ਬਹੁਤ ਬਹੁਤ ਸ਼ੁਕਰੀਆ ਸੋ ਜਿਹੜੀ ਆਪਾਂ ਅੱਜ ਦੀ ਗੱਲਬਾਤ ਆ ਹੁਣ ਤੁਹਾਡਾ ਜਿਹੜਾ ਜੇ ਐਕਸੀਲੈਂਸ ਪਹਿਲਾਂ ਤੇ ਤੁਹਾਨੂੰ ਜੀ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਹਾਨੂੰ ਇਹ ਰਿਸਰਚ ਐਕਸੀਲੈਂਸ ਅਵਾਰਡ ਮਿਲ ਰਿਹਾ ਇਹਦੇ ਬਾਰੇ ਥੋੜਾ ਜਿਹਾ ਅਗਰ ਤੁਸੀਂ ਪਲੀਜ਼ ਦੱਸੋ ਕਿ ਅਸਲ 'ਚ ਇਹ ਅਵਾਰਡ ਹੈ ਕੀ ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਐਕਨੋਲੇਜ ਕਰਨ ਦੇ ਲਈ ਅਵਾਰਡ ਦਾ ਰਿਸਰਚ ਐਕਸੀਲੈਂਸ ਅਵਾਰਡ ਹੈ ਜੋ ਇਹ RMIT ਯੂਨੀਵਰਸਿਟੀ 'ਚ ਮੈਨੂੰ 24 ਨਵੰਬਰ ਨੂੰ ਫਾਰਮਲ ਸੈਰੇਮਨੀ ਹੋਈ ਉਹਦੇ ਵਿੱਚ ਮਿਲੇਗਾ ਜੀ ਜੀ ਇਹ ਅਵਾਰਡ ਬੇਸਿਕਲੀ ਹੈ ਕਿ ਜੋ ਰਿਸਰਚ ਪਿਛਲੇ ਕੁਝ ਸਾਲਾਂ 'ਚ ਮੈਂ ਕੀਤੀ ਹੈ ਤੇ ਉਹ ਰਿਸਰਚ ਸੋਸ਼ੋਲੋਜੀ ਦੇ ਵਿੱਚ ਵੀ ਹੈ ਤੇ ਹੋਰ ਵੀ ਕਈ ਅਕਾਊਂਟਿੰਗ ਦੇ ਜਿਹੜੇ ਸੈਕਟਰਸ ਨੇ ਉਹਨਾਂ ਦੇ ਵਿੱਚ ਹੈ ਤੇ ਉਸ ਦਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਕਾਫੀ ਇਫੈਕਟ ਪੈ ਰਿਹਾ ਇੰਪੈਕਟ ਪੈ ਰਿਹਾ ਜੀ 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 ਤੇ ਜੋ ਮੈਂ ਰਿਸਰਚ ਕੀਤੀ ਹੈ ਉਹ ਬਹੁਤ ਫਾਸਟ ਸਪੀਡ ਦੇ ਉੱਪਰ ਐਕਨੋਲੇਜ ਹੋ ਰਹੀ ਹੈ ਤੇ ਅਗਰ ਕਿਹਾ ਜਾਏ ਤਾਂ ਯੂਨੀਵਰਸਿਟੀ ਦੇ ਵਿੱਚ ਵੀ ਤੇ ਸਾਡੇ ਸਕੂਲ ਤੇ ਕਾਲਜ ਦੇ ਵਿੱਚ ਵੀ ਜੋ ਇੰਪੈਕਟ ਮੈਂ ਰਿਸਰਚ ਕੀਤੀ ਹੈ ਡਾਕਟਰ ਮਹੇਸ਼ ਜੋਸ਼ੀ ਨਾਲ ਮਿਲ ਕੇ ਉਹ ਸਾਡੇ ਤੋਂ ਕਾਫੀ ਉੱਪਰ ਲੈਵਲ ਤੱਕ ਦੇ ਜਿੰਨੇ ਵੀ ਐਡਮਿਸ਼ਨਸ ਨੇ ਉਹਨਾਂ ਤੋਂ ਵੀ ਜ਼ਿਆਦਾ ਇਫੈਕਟਿਵ ਹੈ ਤੇ ਉਹ ਇਸ ਲਈ ਯੂਨੀਵਰਸਿਟੀ ਨੇ ਉਹਨੂੰ ਐਕਨੋਲੇਜ ਕਰਕੇ ਤੇ ਉਹ 24 ਨਵੰਬਰ ਨੂੰ ਉਹ ਕਾਫੀ ਹਾਈਐਸਟ ਲੈਵਲ ਦਾ ਅਵਾਰਡ ਹੈ ਉਹ ਦਿੱਤਾ ਜਾ ਰਿਹਾ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਸਾਰਿਆਂ ਲਈ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਵਾਰੀ ਫਿਰ ਤੁਹਾਨੂੰ ਇਸ ਅਵਾਰਡ ਦੇ ਲਈ ਪਰਮਾਤਮਾ ਤੁਹਾਨੂੰ ਹੋਰ ਵੀ ਅਵਾਰਡ ਦੇਵੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਤਰੱਕੀ ਕਰੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਅਵਾਰਡ ਬੇਸਿਕਲੀ ਸਾਰੀ ਕਮਿਊਨਿਟੀ ਲਈ ਹੋਈ ਬੜੇ ਮਾਣ ਦੀ ਗੱਲ ਹੈ ਕਿਉਂਕਿ ਪੰਜਾਬੀ ਜਾਂ ਇੰਡੀਅਨ ਬੈਕਗਰਾਉਂਡ ਦੇ ਹੋ ਕੇ ਤੇ ਬੇਸਿਕਲੀ ਸਾਡੇ ਸਾਰੇ ਕਾਲਜ ਚੋਂ ਮੈਂ ਇਕੱਲਾ ਹੀ ਹਾਂ 300 ਤੋਂ 400 ਦੇ ਕਰੀਬ ਲੈਕਚਰਰਸ ਨੇ ਤੇ ਇਸ ਲਈ ਉਹ ਵੀ ਬੜੇ ਸਾਰਿਆਂ ਦੇ ਲਈ ਬੜੇ ਮਾਣ ਵਾਲੀ ਗੱਲ ਬਿਲਕੁਲ ਜੀ ਬਹੁਤ ਮਾਣ ਵਾਲੀ ਗੱਲ ਹੋ ਜਾਂਦੀ ਹੈ ਸੋ ਹੁਣ ਡਾਕਟਰ ਸਾਹਿਬ ਇਹ ਤੇ ਹੋ ਗਈਆਂ ਸਾਡੇ ਤੁਸੀਂ ਵਾਕਈ ਜਿਹੜੇ ਸੀਨੇ ਆ ਚੌੜੇ ਕਰਤੇ ਜੀ ਸੋ ਸਾਡੇ ਸਿਰ ਉੱਚੇ ਹੋ ਗਏ ਆ ਹੁਣ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੀ ਪ੍ਰੋਗਰਾਮ ਦੇ ਢਾਂਚੇ ਵੱਲ ਆਉਂਦੇ ਹਾਂ ਜਿਵੇਂ ਅਕਸਰ ਹੀ ਆਪਾਂ ਜਿਹੜੇ ਜੋ ਕੁਛ ਗਤੀਵਿਧੀਆਂ ਹੋਈਆਂ ਜੀ ਪਿਛਲੇ ਮਹੀਨੇ ਦੇ ਵਿੱਚ ਪਹਿਲਾਂ ਤੇ ਆਪਾਂ ਉਹਨਾਂ ਨੂੰ ਡਿਸਕਸ ਕਰਦੇ ਹਾਂ ਕਿ ਕਾਫੀ ਕੁਛ ਹੋਇਆ ਇਸ ਮਹੀਨੇ ਦੇ ਦੌਰਾਨ
ਦੌਰਾਨ ਬਹੁਤ ਕੁਛ ਵਾਪਰਿਆ। ਅਤੇ ਜੇ ਆਪਾਂ ਸ਼ੁਰੂਆਤ ਕਰੀਏ ਤਾਂ ਐੱਨ ਆਰ ਆਈ ਫੋਰਮ ਜਿਹੜੀ ਇੱਕ ਬਰਕ ਸਟਰੀਟ ਦੇ ਉੱਤੇ ਜਿਹੜਾ ਇਹ ਪ੍ਰੋਗਰਾਮ ਹੋਇਆ ਸੀਗਾ ਆਰ ਏ ਸੀ ਵੀ ਕਲੱਬ ਦੇ ਵਿੱਚ, ਸੋ ਉੱਥੇ ਸਾਨੂੰ ਵੀ ਰੇਡੀਓ ਹਾਂਜੀ ਨੂੰ ਵੀ ਜਾਣ ਦਾ ਜਿਹੜਾ ਅਸੀਂ ਜਾ ਤਾਂ ਨਹੀਂ ਸਕੇ, ਪਰ ਜੋ ਵੀ ਕਵਰੇਜ ਹੋਈ ਆ ਉਹਦੇ ਬਾਰੇ ਅਗਰ ਤੁਸੀਂ ਜਾਣਨਾ ਪਾਓ ਕਿ ਕੀ ਉੱਥੇ ਕਿਹੜੀਆਂ ਗੱਲਾਂ ਸੀ, ਕੀ ਖਾਸ ਜਿਹੜੇ ਮੁੱਦੇ ਸੀਗੇ ਉੱਥੇ ਜਿਨ੍ਹਾਂ ਬਾਰੇ ਡਿਸਕਸ਼ਨ ਹੋਈ ਜੀ? ਹਾਂਜੀ, ਐੱਨ ਆਰ ਆਈ ਫੋਰਮ 28 ਅਕਤੂਬਰ ਨੂੰ ਆਰ ਐੱਸ ਵੀ ਕਲੱਬ ਬਰਕ ਸਟਰੀਟ 'ਤੇ ਹੋਈ ਸੀ ਜੀ, ਅਤੇ ਉਹਦਾ ਜੋ ਉਪਰਾਲਾ ਕੀਤਾ ਸੀ ਉਹਦੇ ਵਿੱਚ ਕਾਫੀ ਲੋਕ ਇਨਵੋਲਵ ਸੀਗੇ, ਉਹਨਾਂ 'ਚ ਗੁਰਪਾਲ ਸਿੰਘ ਬੜੇ ਸੀਨੀਅਰ ਲੋਇਰ ਅਤੇ ਬੈਰਿਸਟਰ ਨੇ ਜੀ, ਅਤੇ ਐਲੈਕਸ ਗੁਰਬੀਰ ਸਿੰਘ ਨੇ, ਅਤੇ ਬਾਕੀ ਸਾਡੇ ਕਮਿਊਨਿਟੀ ਦੇ ਵਿੱਚੋਂ ਏ ਆਈ ਟੀ ਟੀ ਕਾਲਜ ਚਲਾਉਂਦੇ ਨੇ ਜਸਵਿੰਦਰ ਸਿੰਘ ਜੀ, ਗੁਰਦੀਪ ਸਿੰਘ ਢਿੱਲੋਂ ਅਤੇ ਸੰਦੀਪ ਸਿੰਘ ਸਿੱਧੂ, ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਇਨਵੋਲਵ ਸੀ। ਤੁਸੀਂ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਔਰਗਨਾਈਜ਼ਰ ਸੀ ਉਸ ਫੋਰਮ ਦੇ ਜਿਹੜੇ ਮੈਂ ਨਾਮ ਲਿੱਤੇ ਨੇ, ਜਾਂ ਇਸ ਤੋਂ ਇਲਾਵਾ ਹੋਰ ਵੀ ਬੜੇ ਲੋਕ ਇਨਵੋਲਵ ਸੀਗੇ, ਇਹ ਤਕਰੀਬਨ ਸਾਰੇ ਹੀ ਸੈਟਲਡ ਕਮਿਊਨਿਟੀ ਦੇ ਵਿੱਚੋਂ ਬਿਲੋਂਗ ਕਰਦੇ ਨੇ। ਇਹਨਾਂ ਨੂੰ ਆਪ ਨੂੰ ਕੋਈ ਮੇਜਰ ਇਸ਼ੂਜ਼ ਫੇਸ ਨਹੀਂ ਹੁੰਦੇ, ਪਰ ਕਿਉਂਕਿ ਇਹ ਕਮਿਊਨਿਟੀ ਦੇ ਇਸ਼ੂਜ਼ ਹਰ ਰੋਜ਼ ਦੇਖਦੇ ਨੇ, ਖਾਸ ਕਰਕੇ ਅਗਰ ਤੁਸੀਂ ਲਾਅ ਦੀ ਪ੍ਰੈਕਟਿਸ ਕਰਦੇ ਹੋ, ਕਿ ਜਦੋਂ ਤੁਸੀਂ ਕੇਸਿਸ ਉਹਨਾਂ ਕੋਲ ਆਉਂਦੇ ਨੇ, ਜਦੋਂ ਉਹਨਾਂ ਦਾ ਅਨਾਲਿਸਿਸ ਕਰਦੇ ਨੇ, ਅਤੇ ਉਹਦੇ ਬੇਸ 'ਤੇ ਉਹਨਾਂ ਨੂੰ ਲੱਗਿਆ ਕਿ ਇਹਨਾਂ ਇਸ਼ੂਜ਼ ਨੂੰ ਸਟਰਕਚਰਡ ਤਰੀਕੇ ਨਾਲ ਰੇਜ਼ ਕਰਨ ਦੀ ਲੋੜ ਹੈ ਜੀ। ਥੋੜ੍ਹੀ ਜਿਹੀ ਮੈਂ ਤੁਹਾਨੂੰ ਬੈਕਗ੍ਰਾਊਂਡ ਦੱਸ ਦਿੰਦਾ ਕਿ ਗੁਰਪਾਲ ਸਿੰਘ ਜੀ ਨੇ ਇਸ ਬਾਰੇ ਕਿਉਂ ਸੋਚਿਆ ਜੀ। ਥੋੜ੍ਹੀ ਜਿਹੀ ਐਗਜ਼ਾਮਪਲਾਂ ਲੈ ਕੇ ਮੈਂ ਤੁਹਾਨੂੰ ਬੈਕਗ੍ਰਾਊਂਡ ਦੱਸ ਦਿੰਦਾ। ਸਾਡੇ ਨਾਲ ਕਈ ਵਾਰੀ ਐੱਨ ਆਰ ਆਈਜ਼ ਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਦੀ ਪ੍ਰੋਪਰਟੀਜ਼ ਉੱਪਰ ਕਬਜ਼ੇ ਹੋ ਜਾਂਦੇ ਨੇ ਜੀ, ਅਤੇ ਤੁਸੀਂ ਜੇ ਜਾ ਕੇ ਉਹਨਾਂ ਦਾ ਕਬਜ਼ਾ ਛੁਡਾਉਣਾ ਵੀ ਚਾਹੋ ਜੀ, ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਉੱਥੇ ਬਹੁਤ ਸਾਰੇ ਮਹੀਨੇ ਬਹਿਣਾ ਪਏਗਾ, ਪੁਲਿਸ ਕੇਸ, ਕੋਰਟ ਕੇਸ, ਅਤੇ ਉਹ ਜੋ ਇੱਕ ਬਹੁਤ ਵੱਡਾ ਇਸ਼ੂ ਹੈ। ਅਤੇ ਸਾਰੇ ਐੱਨ ਆਰ ਆਈਜ਼ ਦੀਆਂ ਮੇਰੇ ਹਿਸਾਬ ਨਾਲ ਕਈ ਕਈ ਐੱਨ ਆਰ ਆਈਜ਼ ਦੀਆਂ ਕਈ ਕਈ ਕਰੋੜਾਂ ਦੀਆਂ ਉੱਥੇ ਪ੍ਰੋਪਰਟੀਜ਼ ਆ ਜਿਹੜੀਆਂ ਬਿਲਕੁਲ ਜਾਂ ਕਬਜ਼ੇ ਹੋ ਗਏ ਅਤੇ ਜਾਂ ਉਹਨਾਂ ਨੇ ਛੱਡ ਹੀ ਦਿੱਤੀਆਂ ਕਿ ਹੁਣ ਉਹ ਕਰ ਵੀ ਕੀ ਸਕਦੇ ਨੇ। ਅਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਇਸ਼ੂ ਕਾਫੀ ਵੱਡੇ ਲੈਵਲ ਦੇ ਉੱਪਰ ਆ ਰਿਹਾ ਸਾਹਮਣੇ, ਉਹ ਫੇਕ ਪੁਲਿਸ ਕੇਸਿਸ ਦਾ ਹੈ ਜੀ ਜੀ। ਚਾਹੇ ਉਹ ਡੋਰੀ ਦਾ ਕੇਸ ਹੋ ਗਿਆ, ਚਾਹੇ ਉਹ ਵੈਸੇ ਕੋਈ ਕੇਸ ਹੋ ਗਿਆ, ਜਦੋਂ ਤੁਹਾਡੇ 'ਤੇ ਕੇਸ ਹੋ ਜਾਂਦਾ, ਕੇਸ ਕਰਨਾ ਬੜਾ ਈਜ਼ੀ ਹੈ ਇੰਡੀਆ ਦੇ ਵਿੱਚ, ਕੰਪਲੇਂਟ ਲਿਖਾਉਣੀ, ਤੁਸੀਂ ਜਾ ਕੇ ਬਸ ਇੱਕ ਕਲੇਮ ਕਰਨਾ, ਉਹ ਹੁਣ ਬਿਨਾਂ ਉਹਦੀ ਅਸਲ 'ਚ ਜਾਂਚ ਪੜਤਾਲ ਕੀਤੇ ਬਿਨਾਂ ਜੀ ਉਹਨਾਂ ਨੇ ਤੁਹਾਡੇ 'ਤੇ ਕੇਸ ਦਰਜ ਕਰਕੇ ਅਤੇ ਤੁਹਾਡਾ ਪਾਸਪੋਰਟ ਲੈ ਕੇ ਰੱਖ ਲੈਣਾ ਜੀ ਜੀ। ਅਤੇ ਉਦੋਂ ਹੁਣ ਜੇ ਤੁਹਾਡੇ 'ਤੇ ਫੇਕ ਕੇਸ ਹੋ ਗਿਆ, ਤੁਸੀਂ ਵਾਪਸ ਨਹੀਂ ਆ ਸਕਦੇ। ਉਹ ਫੇਕ ਕੇਸ ਜੇ ਡਾਊਰੀ ਦਾ ਹੈ ਜਾਂ ਪ੍ਰੋਪਰਟੀ ਦਾ ਹੈ ਕਿਸੇ ਵੀ ਮੈਟਰ ਦਾ ਹੈ, ਉਹ ਜੇ 6 ਸਾਲ ਚੱਲੇਗਾ, 2 ਸਾਲ ਚੱਲੇਗਾ, ਤੁਸੀਂ ਉਦੋਂ ਉੱਨੀ ਦੇਰ ਤੱਕ ਉੱਥੇ ਹੀ ਹੋ। ਆਸਟ੍ਰੇਲੀਅਨ ਜੋ ਗਵਰਨਮੈਂਟ ਹੈ, ਕਿਉਂਕਿ ਤੁਸੀਂ ਸਿਟੀਜ਼ਨ ਆਸਟ੍ਰੇਲੀਆ ਦੇ ਹੋ, ਅਗਰ ਤੁਸੀਂ ਹੋ, ਅਗਰ ਤੁਸੀਂ ਪੀ ਆਰ ਹੋ ਫਿਰ ਤਾਂ ਅਲੱਗ ਚੀਜ਼ ਹੈ ਜੀ, ਤਾਂ ਉਹ ਬੇਸਿਕਲੀ ਤੁਹਾਨੂੰ ਡਾਇਰੈਕਟਲੀ ਹੈਲਪ ਨਹੀਂ ਕਰ ਸਕਦੇ, ਕਿਉਂਕਿ ਜਦੋਂ ਤੱਕ ਜਿਸ ਕੇਸ ਜਿਸ ਕੰਟਰੀ ਦੇ ਵਿੱਚ ਅਗਰ ਕੋਈ ਕ੍ਰਾਈਮ ਕੀਤਾ, ਚਾਹੇ ਉਹ ਫੇਕ ਕੇਸ ਵੀ ਹੈ, ਉੱਥੋਂ ਦੀ ਕੋਰਟ ਜਦੋਂ ਤੱਕ ਤੁਹਾਨੂੰ ਇਕੁਇਟ ਨਹੀਂ ਕਰਦੀ ਤਾਂ ਗਵਰਨਮੈਂਟ ਵੀ ਤੁਹਾਨੂੰ ਸਪੋਰਟ ਨਹੀਂ ਕਰ ਸਕਦੀ। ਹੁਣ ਇਹ ਬਹੁਤ ਵੱਡਾ ਇਸ਼ੂ ਹੈ ਬੇਸਿਕਲੀ, ਬਿਲਕੁਲ, ਤੇ ਇਹ ਉਹਨੂੰ ਹੀ ਪਤਾ ਲੱਗਦਾ ਜਿਹਦੇ ਨਾਲ ਹੋ ਜਾਂਦਾ, ਹਨਾ। ਬਾਕੀ ਜਿਹਦੀ ਲਾਈਫ ਤਾਂ ਲਾਈਨ ਤੇ ਚੱਲ ਰਹੀ ਹੈ, ਉਹਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਜੀ ਜੀ ਜੀ। ਇਸ ਤੋਂ ਇਲਾਵਾ ਜੋ ਇਸ਼ੂਜ਼ ਨੇ ਬੱਚਿਆਂ ਦੀ ਕਸਟਡੀ ਨਾਲ ਰਿਲੇਟਡ, ਇਹ ਵੀ ਬਹੁਤ ਵੱਡਾ ਇਸ਼ੂ ਹੈ। ਕਈ ਵਾਰੀ ਪੇਰੈਂਟਸ ਸੈਪਰੇਟ ਹੋ ਜਾਂਦੇ ਨੇ ਤੇ ਵਾਈਫ ਜਾਂ ਹਸਬੈਂਡ ਇੱਕ ਜਾਣਾ ਕਹਿੰਦਾ ਨਹੀਂ ਮੈਂ ਤੇ ਵਾਪਿਸ ਚਲੇ ਜਾਣਾ ਇੰਡੀਆ ਜਾਂ ਇੱਥੇ ਰਹਿਣਾ। ਜਾਂ ਇਸ ਤੋਂ ਇਲਾਵਾ ਵੀ ਸਾਡੇ ਇੰਡੀਆ ਜਾਂ ਪੰਜਾਬ ਜਾਂ ਵਿਕਟੋਰੀਆ ਦਾ ਆਪਸ ਦੇ ਵਿੱਚ ਕੋਈ ਵੀ ਰੈਸੀਪ੍ਰੋਕਲ ਅਰੇਂਜਮੈਂਟ ਨਹੀਂ ਹੈ, ਚਾਹੇ ਉਹ ਜਿਹੜੇ ਇਸ਼ੂਜ਼ ਮੈਂ ਮੈਂਸ਼ਨ ਕੀਤੇ ਉਹ ਨੇ, ਚਾਹੇ ਜਦੋਂ ਯੰਗ ਕਪਲਸ ਦੇ ਕਈ ਵਾਰੀ ਸੈਪਰੇਟ ਹੁੰਦੇ ਆ ਉਹ ਨੇ। ਹੁਣ ਇੱਕ ਹੋਰ ਵੀ ਕੰਪਲੈਕਸਿਟੀ ਆ ਜਾਂਦੀ ਹੈ ਕਿ ਅਗਰ ਤੁਸੀਂ ਡਾਇਵੋਰਸ ਆਸਟ੍ਰੇਲੀਆ 'ਚ ਲੈ ਲਿਆ ਤਾਂ ਇੰਡੀਆ 'ਚ ਡਾਇਵੋਰਸ ਹੋਣਾ ਦੁਬਾਰਾ ਜ਼ਰੂਰੀ ਹੈ। ਇਸ ਤੋਂ ਇਲਾਵਾ ਇਸੇ ਦੇ ਨਾਲ ਰਿਲੇਟਡ, ਕਿਉਂਕਿ ਯੰਗ ਕਪਲਸ ਇੱਥੇ ਬਹੁਤ ਜ਼ਿਆਦਾ ਨੇ, ਇਸ ਲਈ ਉਹਨਾਂ ਦੇ ਨਾਲ ਰਿਲੇਟਡ ਕਈ ਵਾਰੀ ਇਸ਼ੂਜ਼ ਵੀ ਆਉਂਦੇ ਨੇ ਜਿਹਨੂੰ ਕਿ ਫੈਮਿਲੀ ਵਾਇਲੈਂਸ ਦਾ ਵੀ ਨਾਮ ਦੇ ਦਿੱਤਾ ਜਾਂਦਾ। ਅਤੇ ਕਈ ਵਾਰੀ ਜੋ ਮੇਰਾ ਕੰਮ ਸ਼ੋਅ ਕਰਦਾ ਪਿਛਲੇ ਕਈ ਸਾਲ ਤੋਂ, ਕਿ ਪੇਰੈਂਟਸ ਕਈ ਵਾਰੀ ਬਿਨਾਂ ਇਹ ਦੇਖੇ ਵਿਆਹ ਕਰਨ ਦੇ ਨੇ ਕਿ ਮੁੰਡਾ ਕੀ ਕਰਦਾ ਜਾਂ ਕੁੜੀ ਦਾ ਕੰਪੈਟੀਬਿਲਿਟੀ ਹੋਏਗੀ ਕਿ ਨਹੀਂ, ਅਤੇ ਉਹਦੇ ਨਾਲ ਰਿਲੇਟਡ ਜਦੋਂ ਉਹ ਇੰਡੀਆ 'ਚ ਜਾ ਕੇ ਕੇਸ ਪਾ ਦਿੰਦੇ ਨੇ ਫਿਰ ਮੁੰਡੇ 'ਤੇ, ਅਤੇ ਉਹ ਫਿਰ ਉਹ ਬੜੀ ਵੱਡੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਅਤੇ ਐੱਨ ਆਰ ਆਈ ਜਿਹੜੀ ਫੋਰਮ ਸੀਗੀ, ਇਹ ਸਾਰੇ ਇਸ਼ੂਜ਼ ਨੂੰ ਇੱਕ ਪ੍ਰੋਪਰ ਤਰੀਕੇ ਨਾਲ ਐਡਰੈਸ ਕਰਨ ਦੀ, ਸਭ ਤੋਂ ਦੇਖੋ ਸੋਲੂਸ਼ਨ ਤਾਂ ਉਦੋਂ ਤੁਸੀਂ ਲੱਭੋਗੇ ਨਾ ਜਦੋਂ ਤੁਹਾਨੂੰ ਪਤਾ ਹੈ ਇਸ਼ੂ ਕੀ ਹੈ। ਬਿਲਕੁਲ ਜੀ, ਬਿਲਕੁਲ। ਇਹ ਫੋਰਮ ਜਿਹੜੀ ਡਿਸਕਸ ਫੋਰਮ ਹੋਈ ਸੀ, ਇੱਕ ਇਨਕਲੇਵ ਹੋਇਆ ਸੀ ਕਿ ਇਹਨਾਂ ਇਸ਼ੂਜ਼ ਨੂੰ ਸਭ ਤੋਂ ਪਹਿਲਾਂ ਸਟਰਕਚਰਡ ਤਰੀਕੇ ਨਾਲ ਸਾਹਮਣੇ ਲਿਆਂਦਾ ਜਾਏ, ਅਤੇ ਗਵਰਨਮੈਂਟ ਵੱਲੋਂ ਸਾਰੀਆਂ ਪੋਲੀਟੀਕਲ ਪਾਰਟੀਜ਼ ਵੱਲੋਂ, ਚਾਹੇ ਉਹ ਲੇਬਰ ਹੈ, ਲਿਬਰਲ ਹੈ, ਗ੍ਰੀਨਸ ਹੈ, ਸਾਰੀਆਂ ਪੋਲੀਟੀਕਲ ਪਾਰਟੀਜ਼ ਦੇ ਨੁਮਾਇੰਦੇ ਉੱਥੇ ਆਏ ਸੀ ਜੀ ਜੀ ਜੀ। ਅਤੇ ਇਹ ਪਹਿਲੀ ਫੋਰਮ ਸੀ, ਮੈਂ ਤਾਂ ਬਹੁਤ ਜ਼ਿਆਦਾ ਵਧਾਈ ਦਿੰਦਾ ਜਿਹੜੇ ਔਰਗਨਾਈਜ਼ਰ ਸੀ ਉਹਨਾਂ ਨੂੰ, ਅਤੇ ਸਾਰੀ ਕਮਿਊਨਿਟੀ ਵੀ ਉੱਥੇ ਆਈ ਸੀ ਜੀ ਜੀ। ਤੁਸੀਂ ਚਾਹੇ ਨਹੀਂ ਆ ਸਕੇ, ਪਰ ਜਿਹੜਾ ਸੀ ਮੈਨੂੰ ਪਤਾ ਹੈ ਕਿ ਸਾਰੇ
ਨਿਊਜ਼ਪੇਪਰ ਤੇ ਤੁਹਾਡੇ ਰੇਡੀਓ ਦੇ ਥਰੂ ਵੀ ਕਮਿਟੀ ਨੂੰ ਵੀ ਪਤਾ ਕਵਰੇਜ ਚੱਲਿਆ। ਪੂਰੀ ਸੀਗੀ ਸਾਡੇ ਉੱਥੇ, ਅਸੀਂ ਨਹੀਂ ਸੀ ਪਹੁੰਚ ਸਕੇ, ਪਰ ਜਿਹੜੇ ਸੀਗੇ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਜੋ ਜ਼ਰੂਰ ਪਹੁੰਚੇ ਸਾਰਾ ਕੁਝ, ਔਰ ਬਹੁਤ ਅੱਛਾ ਇਹ ਪ੍ਰੋਗਰਾਮ ਹੋ ਕੇ ਨਿਬੜਿਆ ਜੀ, ਇਹ ਗੱਲ ਇਹਦੀ ਸਾਹਮਣੇ ਆਈ ਹੈ ਜੀ। ਹਾਂਜੀ ਜੀ, ਤੇ ਇਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਕਿ ਇਹ ਇੱਕ ਫੇਸਬੁੱਕ ਦਾ ਗਰੁੱਪ ਵੀ ਹੈ, ਆਸਟ੍ਰੇਲੀਅਨ ਫਾਊਂਡੇਸ਼ਨ ਫਾਰ ਨੋਨ ਰੈਜ਼ੀਡੈਂਟ ਇੰਡੀਅਨਸ। ਅੱਛਾ ਜੀ, ਇਹ ਪਬਲਿਕ ਗਰੁੱਪ ਹੈ, ਤੁਸੀਂ ਜੁਆਇਨ ਕਰੋ, ਅਗਰ ਤੁਹਾਡੇ ਇਸ਼ੂਜ਼ ਹਨ ਤੇ ਤੁਸੀਂ ਉੱਥੇ ਰੇਜ਼ ਕਰ ਸਕਦੇ ਹੋ ਜੀ ਜੀ, ਤੇ ਇਹਦਾ ਫਿਰ ਜਿਹੜਾ ਪ੍ਰੋਪਰ ਸੋਲੂਸ਼ਨ ਹੈ ਉਹਦੇ ਬਾਰੇ ਡਿਸਕਸ਼ਨ ਹੋ ਸਕਦੀ ਹੈ ਜੀ ਜੀ। ਇਹਦੇ 'ਚ ਰਾਕੇਸ਼ ਗਰਗ ਦੀ, ਜੋ ਕਿ ਜਸਟਿਸ ਨੇ ਫਾਰਮਰ ਹਾਈ ਕੋਰਟ ਦੇ ਜੀ ਪੰਜਾਬ ਤੋਂ, ਉਹ ਆਏ ਸੀਗੇ, ਤੇ ਕਵਲਦੀਪ ਸਿੰਘ ਬਖਸ਼ੀ ਜੋ ਕਿ ਨਿਊਜ਼ੀਲੈਂਡ ਤੋਂ ਪਹਿਲੇ ਇੰਡੀਅਨ ਓਰਿਜਨ ਤੇ ਪਹਿਲੇ ਸਿੱਖ ਪੰਜਾਬੀ ਮੈਂਬਰ ਆਫ ਪਾਰਲੀਮੈਂਟ ਨੇ 2008 ਤੋਂ, ਉਹ ਆਏ ਸੀ ਐਜ਼ ਅ ਗੈਸਟ। ਹਾਂਜੀ, ਤੇ ਮੇਰੀ ਤਾਂ ਬਸ ਇਹੀ ਸੁਜੈਸ਼ਨ ਹੋਏਗੀ ਜੋ ਜੋ ਵੀ ਸੁਣ ਰਹੇ ਨੇ ਜਾਂ ਜਿਨ੍ਹਾਂ ਨੂੰ ਪ੍ਰੋਬਲਮ ਕਿਸੇ ਨੂੰ ਹੈ ਜਾਂ ਜਿਸ ਨੇ ਕਿਸੇ ਬਾਰੇ ਪ੍ਰੋਬਲਮ ਸੁਣੀ ਹੈ, ਕਿ ਇਸ ਫੋਰਮ ਦੇ ਥਰੂ ਉਹ ਇਸ਼ੂਜ਼ ਰੇਜ਼ ਕਰ ਸਕਦੇ, ਤੇ ਡਾਇਰੈਕਟ ਜੋ ਗਵਰਨਮੈਂਟਸ ਤੱਕ ਫੋਰਮ ਦਾ ਜਿਹੜਾ ਵੋਇਸ ਪਹੁੰਚਦੀ ਹੈ, ਤੇ ਲੋਕਲ ਜਿਹੜੀ ਆਸਟ੍ਰੇਲੀਅਨ ਗਵਰਨਮੈਂਟਸ ਹੈ ਉਹਨਾਂ ਤੱਕ ਤਾਂ ਪਹੁੰਚਣਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਜੀ। ਤੇ ਇਹ ਫੋਰਮ ਜੋ ਇੱਕ ਹੋਈ ਹੈ, ਇਹ ਬੇਸਿਕਲੀ ਪਹਿਲਾ ਸਟੈਪ ਹੈ ਜੀ। ਇਹ ਇਸ ਤਰ੍ਹਾਂ ਦੀਆਂ ਫੋਰਮਸ ਤੇ ਡਿਸਕਸ਼ਨਸ ਤੇ ਫੋਰਮਸ ਚੱਲਦੀਆਂ ਰਹਿਣਗੀਆਂ ਫਿਊਚਰ ਦੇ ਵਿੱਚ। ਬਹੁਤ ਵਧੀਆ ਗੱਲ ਹੈ ਜੀ, ਔਰ ਆਸ ਕਰਦੇ ਹਾਂ ਵੀ ਜਿਹੜੀਆਂ ਇੱਦਾਂ ਦੀਆਂ ਫੋਰਮਸ ਜਦੋਂ ਵੀ ਹੋਣਗੀਆਂ ਇਹਨਾਂ ਦੇ ਜਿਹੜੇ ਰਿਜ਼ਲਟਸ ਆ ਪੋਜ਼ਿਟਿਵ ਨਿਕਲ ਕੇ ਆਉਣਗੇ, ਕਿਉਂਕਿ ਅਕਸਰ ਹੀ ਇਹ ਗੱਲ ਜ਼ਰੂਰ ਆਉਂਦੀ ਆ ਕਿ ਫੋਰਮ ਹੁੰਦੀਆਂ ਪਰ ਉਹਦੇ ਜਿਹੜੇ ਰਿਜ਼ਲਟਸ ਆ ਉਹ ਕੀ ਆਉਂਦੇ ਆ। ਪਰ ਵਧੀਆ ਗੱਲ ਹੈ ਜੀ, ਸ਼ੁਰੂਆਤ ਹੋਈ ਆ, ਇੱਕ ਇਹ ਬਹੁਤ ਖੁਸ਼ੀ ਵਾਲੀ ਗੱਲ ਆ, ਕਿਉਂਕਿ ਜਿਹੜੀ ਤੁਸੀਂ ਗੱਲਾਂ ਕੀਤੀਆਂ ਨੇ ਵਾਕਈ ਜਿਹੜੇ ਭੁਗਤ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਉਹਨਾਂ ਦਾ ਸਮਾਂ ਅਤੇ ਕਿੰਨਾ ਪੈਸਾ ਜਿਹੜਾ ਵਾ ਬਰਬਾਦ ਹੁੰਦਾ ਹੈ ਜਦੋਂ ਇੱਦਾਂ ਦੇ ਕੇਸ ਜਾਂ ਝੂਠੇ ਕਹਿ ਲਈਏ ਜਾਂ ਕਿਸੇ ਹੱਦ ਤੱਕ ਕੁਛ ਵੀ ਇਹਦੇ ਬਾਰੇ ਕਹਿ ਲਈਏ ਜਦੋਂ ਕੇਸ ਹੀ ਪੈ ਜਾਂਦਾ ਜੀ ਇੰਡੀਆ ਦੇ ਵਿੱਚ, ਤਾਂ ਫਿਰ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਸੋ ਬਹੁਤ ਵਧੀਆ ਗੱਲ ਹੈ ਜੀ, ਬੜਾ ਅੱਛਾ ਇੱਕ ਉਪਰਾਲਾ ਹੈ। ਇਹਦੇ ਨਾਲ ਨਾਲ ਜਿਹੜੇ ਹੋਰ ਵੀ ਕਾਫੀ ਈਵੈਂਟ ਹੋਏ ਜੀ, ਜਿਵੇਂ ਤੁਸੀਂ ਦੀਵਾਲੀ ਦੇ ਫੰਕਸ਼ਨ ਨੂੰ ਵੀ ਤੁਸੀਂ ਕਵਰ ਕੀਤਾ ਜੀ, ਜਿਹੜਾ ਫੈਡਰੇਸ਼ਨ ਸਕੇਅਰ ਦੇ ਉੱਤੇ ਗਿਆ ਜੀ, ਉੱਥੇ ਵੀ ਤੁਸੀਂ ਪਹੁੰਚੇ ਜੀ। ਮੈਂ ਬੇਸਿਕਲੀ ਜਾਂਦਾ ਤਾਂ ਬਹੁਤ ਘੱਟ ਹੈ, ਬਟ ਮੈਂ ਘਰ ਬੈਠ ਕੇ ਹੀ, ਅੱਜ ਕੱਲ੍ਹ ਸੋਸ਼ਲ ਮੀਡੀਆ ਇੰਨਾ ਪਾਵਰਫੁਲ ਹੈ, ਮੈਂ ਹਰ ਕਿਸੇ ਐਕਟੀਵਿਟੀਜ਼ 'ਤੇ ਨਿਗਾਹ ਰੱਖ ਸਕਦਾ ਜੀ। ਅੱਛਾ ਜੀ, ਹਾਂਜੀ, ਮੈਂ ਸਿਰਫ ਤੁਹਾਨੂੰ ਓਵਰਆਲ ਜੋ ਇੱਕ ਮਹੀਨੇ 'ਚ ਵੱਡੀਆਂ ਵੱਡੀਆਂ ਐਕਟੀਵਿਟੀਜ਼ ਹੋਈਆਂ ਉਹਦੇ ਬਾਰੇ ਜੀ। ਇਹ ਇੰਡੀਅਨ ਭਾਈਚਾਰੇ ਵੱਲੋਂ ਮਨਾਇਆ ਗਿਆ, ਹਾਂਜੀ ਬਿਲਕੁਲ, ਸੋ ਇਹਦੀ ਕਵਰੇਜ ਜਿਹੜੀ ਆ ਰੇਡੀਓ ਹਾਂਜੀ ਵੱਲੋਂ ਕੀਤੀ ਗਈ ਸੀ ਜੀ। ਵਾਕਈ ਬਹੁਤ ਵਧੀਆ ਪ੍ਰੋਗਰਾਮ ਹੋਇਆ ਸੀਗਾ, ਸੋ ਦੀਵਾਲੀ ਦਾ ਜਿਹੜਾ ਇਹ ਇੰਡੀਅਨ ਭਾਈਚਾਰੇ ਵੱਲੋਂ ਮਨਾਇਆ ਗਿਆ ਸੀਗਾ, ਅਤੇ ਆਪਾਂ ਵੀ ਉੱਥੇ ਰਿਪੋਰਟਿੰਗ ਕੀਤੀ ਜੀ। ਇਹਦੇ ਨਾਲ ਨਾਲ ਹੋਰ ਤਾਂ ਨਹੀਂ ਆਪਾਂ ਕੋਈ, ਡਾਕਟਰ ਸਾਹਿਬ, ਕੋਈ ਪ੍ਰੋਗਰਾਮ ਤਾਂ ਨਹੀਂ ਕੋਈ ਮਿਸ ਕਰ ਰਹੇ? ਦੀਵਾਲੀ ਦਾ ਮੈਂ ਤੁਹਾਨੂੰ ਥੋੜ੍ਹੀ ਜਿਹੀ ਬੈਕਗ੍ਰਾਉਂਡ ਦੱਸ ਦਿੰਦਾ, ਜਿਹੜਾ ਇਹ ਵਾਲਾ ਇਵੈਂਟ ਹੈ, ਇਹ 10ਵਾਂ ਸਾਲ ਸੀ ਇਸ ਇਵੈਂਟ ਦਾ, ਤੇ 2006 'ਚ ਪਹਿਲੀ ਵਾਰੀ ਹੋਇਆ ਸੀ। ਅਰੁਣ ਸ਼ਰਮਾ ਅਤੇ ਉਹਨਾਂ ਦੇ ਵਾਈਫ ਨੇ ਇਹ, ਇਹਨਾਂ ਨੇ ਸਟਾਰਟ ਕੀਤਾ ਸੀ, ਪਰ ਹੁਣ ਬੇਸਿਕਲੀ ਕਾਫੀ ਸਾਰੀ ਕਮਿਊਨਿਟੀਜ਼ ਜੁੜ ਗਈਆਂ। ਤੇ ਅਗਰ ਇਹ ਦੇਖਿਆ ਜਾਏ ਕਿ ਜੋ ਫੈਡਰੇਸ਼ਨ ਸਕੁਏਅਰ ਦੀ ਦੀਵਾਲੀ ਹੈ ਜੀ, ਤਕਰੀਬਨ ਆਸਟ੍ਰੇਲੀਆ ਦੇ ਜਿਹੜੇ ਵਨ ਆਫ ਦੀ ਬੈਸਟ ਜਿਹੜੇ ਇਵੈਂਟਸ ਨੇ ਉਹਨਾਂ ਵਿੱਚੋਂ ਇੱਕ ਆ ਗਈ ਹੈ। ਬਿਲਕੁਲ ਜੀ, ਬਿਲਕੁਲ। ਤੇ ਇਹਨੂੰ ਕਦੇ ਵੀ ਪ੍ਰੀਮੀਅਰ ਜਾਂ ਲੀਡਰ ਆਫ ਦੀ ਓਪੋਜੀਸ਼ਨ ਅੱਜ ਤੱਕ 10 ਸਾਲ ਦੀ ਹਿਸਟਰੀ 'ਚ ਕਿਸੇ ਨੇ ਮਿਸ ਨਹੀਂ ਕੀਤਾ। ਵਾਹ ਜੀ ਵਾਹ, ਬਹੁਤ ਵਧੀਆ ਜੀ। ਤੇ ਇਹਦੇ ਨਾਲ ਇਹ ਕਾਫੀ ਸਾਰੇ ਸੋਸ਼ਲ ਇਸ਼ੂਜ਼ ਨੂੰ ਵੀ ਸੋਲਵ ਕਰਦੇ ਨੇ ਅਰੁਣ ਸ਼ਰਮਾ ਜੀ, ਤੇ ਮੈਂ ਸਿਰਫ ਉਹਨਾਂ ਨੂੰ ਵਧਾਈ ਦਊਂਗਾ ਕਿ ਇੰਨਾ ਵੱਡਾ ਜਿਹੜਾ ਉਹਨਾਂ ਨੇ ਪ੍ਰੋਗਰਾਮ ਔਰਗਨਾਈਜ਼ ਕੀਤਾ ਹੈ, ਕਿ ਬਹੁਤ ਸਾਰੇ ਜੋ ਮੇਨ ਸਟ੍ਰੀਮ ਤੋਂ ਨੋਨ ਇੰਡੀਅਨਸ ਜਾਂ ਨੋਨ ਪੰਜਾਬੀ ਜਾਂ ਨੋਨ ਜਿਹੜੇ ਗੁਜਰਾਤੀ ਕਮਿਊਨਿਟੀ ਹੈ ਉਹ ਵੀ ਉੱਥੇ ਜਾਂਦੀ ਹੈ ਤੇ ਐਪਰੀਸ਼ੀਏਟ ਕਰਦੀ ਹੈ ਕਿ ਦੀਵਾਲੀ ਇੱਕ ਜਿਹੜਾ ਨੈਸ਼ਨਲ ਫੈਸਟੀਵਲ ਹੈ। ਬਹੁਤ ਵਧੀਆ, ਵਾਕਿਆ ਜੀ ਹੈ ਵੀ ਸਾਡਾ ਇੱਕ ਨੈਸ਼ਨਲ ਫੈਸਟੀਵਲ ਹੈ, ਲਗਭਗ ਹਰ ਧਰਮੀ ਇਹਨੂੰ ਮਨਾਉਂਦਾ ਹੈ, ਬੜਾ ਖੁਸ਼ੀ ਵਾਲਾ ਹੁੰਦਾ ਹੈ। ਕਈ ਕਾਰਨ ਹੋ ਗਏ ਨੇ ਕਿ ਇਸ ਵਾਰੀ ਕਈ ਕਾਰਨ ਬਣੇ ਨੇ ਜਿਹਦੇ ਵਿੱਚ ਦੀਵਾਲੀ, ਆਪਾਂ ਜੇ ਗੱਲ ਕਰਦੇ ਹਾਂ ਭਾਈਚਾਰੇ ਦੀ, ਤੋ ਕਈ ਕਾਰਨ ਸੀਗੇ ਜਿਨ੍ਹਾਂ ਕਰਕੇ ਦੀਵਾਲੀ ਜਿਹੜੀ ਨਹੀਂ ਵੀ ਮਨਾਈ, ਪਰ ਫਿਰ ਵੀ ਜਿਹੜਾ ਭਾਈਚਾਰਾ ਮਨਾ ਰਿਹਾ ਵਾ ਜੀ, ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸੋ ਇਹਦੇ ਨਾਲ ਅੱਗੇ ਆਪਾਂ ਚੱਲਦੇ ਹਾਂ ਜੀ, ਇੱਕ ਹੋਰ ਵੀ ਜਿਹੜੇ ਕੋਈ ਤੁਹਾਡੇ ਜਿਹੜੇ ਫੰਕਸ਼ਨਸ ਨੇ ਜਿਹੜੇ ਖਾਸ ਖਾਸ ਜੀ ਜੀ ਹਾਂਜੀ। ਦੀਵਾਲੀ ਦਾ ਮੈਂ ਜਿਸ ਤਰ੍ਹਾਂ ਤੁਸੀਂ ਕਹੀ ਹੈ ਕਿ ਇਸ ਵਾਰੀ ਜੋ ਸਿੱਖ ਸਿੱਖ ਕਮਿਊਨਿਟੀ ਆ, ਬਹੁਤ ਸਾਰੀ ਕਮਿਊਨਿਟੀ ਦੇ ਸਿੱਖ ਮੈਂਬਰ ਇਹ ਨਹੀਂ ਮਨਾ ਰਹੇ, ਉਹਦੇ ਪਿੱਛੇ ਕਾਰਨ ਵੀ ਹਨ। ਤੇ ਈਵਨ ਐਜ਼ ਏ ਪਰਸਨਲ ਲੈਵਲ ਤੇ ਮੈਂ ਤੁਹਾਨੂੰ ਆਪਣੀ ਵੀ ਗੱਲ ਕਰਾਂ, ਤੇ ਸਾਡੀ ਫੈਮਿਲੀ 'ਚ ਵੀ ਅਸੀਂ ਵੀ ਦੀਵਾਲੀ ਨਹੀਂ ਮਨਾ ਰਹੇ, ਪਰ ਅਸੀਂ ਜੋ ਬਾਕੀ ਨੋਨ ਸਿੱਖ ਕਮਿਊਨਿਟੀਜ਼ ਨੇ ਉਹਨਾਂ ਨੇ ਜੋ ਜੋ ਐਕਟੀਵਿਟੀਜ਼ ਚੱਲ ਰਹੀਆਂ ਉਹਨਾਂ ਨੂੰ ਅਸੀਂ ਜਿਹੜਾ ਡਿਸਕਸ ਕਰ ਸਕਦੇ ਹਾਂ। ਤੇ ਵਿੰਡਮ ਦੇ ਵਿੱਚ ਦੀਵਾਲੀ ਹੋਣ ਜਾ ਰਹੀ ਹੈ ਜੀ 14 ਨਵੰਬਰ ਨੂੰ। ਵਿੰਡਮ ਦੀਵਾਲੀ ਵੀ ਵੈਸਟਰਨ ਸਬਰਬਸ ਦਾ ਸਭ ਤੋਂ ਵੱਡਾ ਇੱਕ ਇੰਡੀਅਨ ਇਵੈਂਟ ਹੈ, ਤੇ ਬਹੁਤ ਵਧੀਆ ਤਰੀਕੇ ਨਾਲ ਕੋਆਰਡੀਨੇਟ ਤੇ ਕੀਤਾ ਜਾਂਦਾ ਹੈ, ਔਰਗਨਾਈਜ਼। ਤੇ ਮੈਂ ਬੇਸਿਕਲੀ ਸੁਜੈਸ਼ਨ ਸਭ ਨੂੰ ਦਊਂਗਾ ਕਿ ਤੁਸੀਂ ਜਾ ਕੇ ਦੇਖੋ, ਅਗਰ ਕੋਈ ਇਸ ਸਕੇਲ ਤੇ ਫੈਸਟੀਵਲ ਔਰਗਨਾਈਜ਼ ਵੀ ਕਰਨਾ ਚਾਹੁੰਦੇ ਨੇ, ਕਿਉਂਕਿ ਮੈਨੂੰ ਜੋ ਮੇਰਾ ਆਈਡੀਆ ਹੈ ਕਿ ਜੋ ਵਿਸਾਖੀ ਹੈ ਜੀ
ਉਹ ਇਸ ਲੈਵਲ ਤੇ ਹਲੇ ਤੱਕ ਆਰਗੇਨਾਈਜ਼ ਨਹੀਂ ਹੁੰਦੀ। ਜੀ ਜੀ, ਵਿਸਾਖੀਆਂ ਹੁੰਦੀਆਂ ਨੇ ਦੋ ਤਿੰਨ ਜੀ ਜੀ ਮੈਲਬਨ ਦੇ ਵਿੱਚ। ਇਹ ਜੀ ਇਹਦੇ ਬਾਰੇ ਮੈਂ ਜ਼ਰੂਰ ਕਹਿਣਾ ਚਾਹੂੰਗਾ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੀ ਜਿਹੜੀ ਗੱਲਬਾਤ ਆ ਗੌਤਮ ਗੁਪਤਾ ਜੀ ਦੇ ਨਾਲ ਹੋਈ ਸੀਗੀ, ਜਿਹੜੇ ਐਕਟਿੰਗ ਮੇਅਰ ਨੇ ਜੀ ਇਸ ਵਕਤ ਵਿੰਡਮ ਕੌਂਸਲ ਦੇ, ਸੋ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਹੁਣ ਮੇਰਾ ਇੱਕ ਜਿਹੜਾ ਇੱਕ ਸੁਪਨਾ ਆ ਉਹ ਇਹ ਆ ਕਿ ਵਿਸਾਖੀ ਵੀ ਜਿਹੜੀ ਆ ਵਿੰਡਮ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਮਨਾਈ ਜਾਵੇ। ਬੜੀ ਖੁਸ਼ੀ ਵਾਲੀ ਗੱਲ ਹੈ ਜੀ, ਕਮਿਊਨਿਟੀ ਇੰਨੀ ਗਰੋ ਹੋ ਰਹੀ ਹੈ ਜੇ ਵਿੰਡਮ ਕੌਂਸਲ ਦੀ ਗੱਲ ਕਰਦੇ ਹਾਂ। ਖੈਰ ਇਹ ਤਾਂ ਹਰ ਪਾਸੇ ਸਾਡੀ ਕਮਿਊਨਿਟੀ ਜਿਹੜੀ ਗਰੋ ਹੋ ਰਹੀ ਆ, ਸੋ ਨਾਲ ਨਾਲ ਦੀਵਾਲੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਵਾਕਿਆ ਵਿਸਾਖੀ ਵੀ ਜਿਹੜੀ ਆ ਵਧੀਆ ਜਾਊਗੀ। ਸੋ ਜੀ ਉਹਦਾ ਮੈਂ ਤੁਹਾਨੂੰ ਗੌਤਮ ਗੁਪਤਾ ਜੀ ਨਾਲ ਮੇਰੀ ਵੀ ਗੱਲ ਹੋਈ ਸੀ, ਕੱਲ੍ਹ ਹੀ ਹੋਈ ਹਲੇ ਜੀ ਜੀ, ਅਤੇ ਉਹ ਐਤਵਾਰ ਨੂੰ ਟਾਰਨੇਟ ਗੁਰਦੁਆਰਾ ਸਾਹਿਬ ਵੀ ਹੋ ਕੇ ਗਏ ਨੇ ਜੀ ਜੀ ਜੀ, ਅਤੇ ਉਹਨਾਂ ਦੀ ਜੋ ਬੈਕਗ੍ਰਾਉਂਡ ਆ ਉਹ ਖੁਦ ਖਾਲਸਾ ਸਕੂਲ 'ਚੋਂ ਪੜ੍ਹੇ ਹੋਏ ਨੇ ਜੀ, ਅਤੇ ਉਹਨਾਂ ਦੇ ਹੁਣ ਐਕਟਿੰਗ ਮੇਅਰ ਬਣਨ ਦੇ ਨਾਲ ਇੱਕ ਤਾਂ ਉਹ ਸਾਡੀ ਕਮਿਊਨਿਟੀ ਵਿੱਚੋਂ ਪੰਜਾਬੀ ਵੀ ਨੇ ਅਤੇ ਇੰਡੀਅਨ ਤਾਂ ਹੈ ਹੀ ਨੇ, ਅਤੇ ਵਿਕਟੋਰੀਆ 'ਚ ਬੇਸਿਕਲੀ ਪਹਿਲੀ ਵਾਰੀ ਕੋਈ ਇਸ ਕਮਿਊਨਿਟੀ ਤੋਂ ਮੈਂਬਰ ਜੋ ਹੈ ਐਕਟਿੰਗ ਮੇਅਰ, ਹਾਂਜੀ, ਤੇ ਬਹੁਤ ਇਨਫਲੂਐਂਸ਼ੀਅਲ ਪੋਜੀਸ਼ਨ ਵੀ ਹੈ ਉਹਨਾਂ ਦੀ, ਤੇ ਮੇਰੇ ਹਿਸਾਬ ਨਾਲ ਰੇਡੀਓ ਹਾਂਜੀ ਵੱਲੋਂ ਵੀ ਉਪਰਾਲਾ ਜਿਹੜਾ ਵੈ ਉਹ ਸਟਾਰਟ ਕੀਤਾ ਜਾਏਗਾ ਫਿਊਚਰ ਦੇ ਵਿੱਚ, ਤੇ ਅਗਰ ਵਿਸਾਖੀ ਦਾ ਕੋਈ ਪਲਾਨ ਬਣਦਾ ਤਾਂ ਅਸੀਂ ਵਿੰਡਮ ਜੋ ਦੀਵਾਲੀ ਹੈ ਉਸ ਦੇ ਤਰੀਕੇ ਉਸ ਤਰ੍ਹਾਂ ਦਾ ਫੈਸਟੀਵਲ ਆਰਗੇਨਾਈਜ਼ ਕਰ ਸਕਦੇ ਹਾਂ, ਥੋੜੀ ਪਲਾਨਿੰਗ ਤੇ ਕੋਆਰਡੀਨੇਸ਼ਨ ਦੀ ਲੋੜ ਹੈ ਤੇ ਕੁਝ ਸਾਨੂੰ ਟੀਮ ਦੀ ਲੋੜ ਹੈ। ਬਿਲਕੁਲ ਜੀ ਬਿਲਕੁਲ, ਸੱਚ ਹੈ ਜੀ, ਵਾਕਈ ਕੋਈ ਵੀ ਕੰਮ ਜਿਹੜਾ ਵਾ ਅੱਜ ਦੀ ਗੱਲ ਕਰੀਏ ਤੇ ਪਲਾਨਿੰਗ ਤੋਂ ਬਗੈਰ ਨਹੀਂ ਹੁੰਦਾ, ਗੱਲਾਂ ਜਿਹੜੀਆਂ ਜਿੰਨੀਆਂ ਮਰਜ਼ੀ ਆਪਾਂ ਕਰ ਲਈਏ ਪਰ ਪਲੈਨਿੰਗ ਤੇ ਕੋਆਰਡੀਨੇਸ਼ਨ ਜਿਵੇਂ ਤੁਸੀਂ ਸਿੱਧੂ ਸਾਹਿਬ ਹਰ ਵਾਰੀ ਕਹਿੰਦੇ ਹੋ ਇਹ ਬਹੁਤ ਜ਼ਰੂਰੀ ਆ। ਗੱਲਬਾਤ ਚੱਲ ਰਹੀ ਹੈ ਜੀ ਜਸਵਿੰਦਰ ਸਿੰਘ ਸਿੱਧੂ ਹੋਣਾ ਜੀ ਦੇ ਨਾਲ ਜੀ। ਹਾਂਜੀ ਸਿੱਧੂ ਸਾਹਿਬ ਸਾਡੇ ਕੋਲ ਨੇ ਜੀ, ਇਹਨਾਂ ਦਾ ਫਿਰ ਇੱਕ ਵਾਰੀ ਸਵਾਗਤ ਕਰਦੇ ਹਾਂ ਜੀ। ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰੀ ਫੇਰ ਬ੍ਰੇਕ। ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਸੋ ਹੁਣ ਆਪਾਂ ਅਗਲਾ ਸਵਾਲ ਵੱਲ ਚੱਲਦੇ ਹਾਂ ਜੀ, ਜਿਹੜਾ ਸੀਗਾ ਕਿ ਇੱਕ ਮੇਰੇ ਕੋਲ ਇਹ ਗੱਲ ਵੀ ਸੁਣਨ ਨੂੰ ਆਈ ਸੀ ਕਿ ਵਿੰਡਮ ਯੂਥ ਹੋਮਲੈਸ ਪ੍ਰੋਜੈਕਟ ਤੁਸੀਂ ਲੈ ਕੇ ਆ ਰਹੇ ਹੋ, ਕਾਫੀ ਇਹ ਪ੍ਰੋਜੈਕਟ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੇ ਆਪਾਂ ਵਿੰਡਮ ਦੀ ਵੀ ਗੱਲ ਕਰਦੇ ਹਾਂ, ਸੋ ਇਹ ਪ੍ਰੋਜੈਕਟ ਬਾਰੇ ਪਲੀਜ਼ ਦੱਸੋ ਕਿ ਇਹ ਪ੍ਰੋਜੈਕਟ ਹੈ ਕੀ। ਹਾਂਜੀ ਬਿਲਕੁਲ ਜੀ, ਪਹਿਲਾਂ ਮੈਂ ਤੁਹਾਨੂੰ ਥੋੜੀ ਬੈਕਗ੍ਰਾਉਂਡ ਦੱਸੂਗਾ ਕਿ ਜੋ ਹੋਮਲੈਸਨੈਸ ਹੈ ਜੀ ਜੀ ਆਸਟ੍ਰੇਲੀਆ ਦੇ ਵਿੱਚ ਹੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਜੀ, ਅਤੇ ਯੰਗ ਬੱਚਿਆਂ 'ਤੇ ਜਿਹੜੀ ਹੋਮਲੈਸਨੈਸ ਹੈ ਉਹ ਰਾਈਜ਼ਿੰਗ ਜਿਹੜੀ ਬਹੁਤ ਜ਼ਿਆਦਾ ਵੱਧ ਰਹੀ ਹੈ, ਅਤੇ ਉਹਦੇ ਪਿੱਛੇ ਕਾਫੀ ਸਾਰੇ ਸੋਸ਼ਲ ਕਾਰਨ ਨੇ। ਪਹਿਲਾਂ ਤਾਂ ਅਸੀਂ ਹੋਮਲੈਸਨੈਸ ਨੂੰ ਦੋ ਜਗ੍ਹਾ 'ਤੇ ਡਿਵਾਈਡ ਕਰ ਲਈਏ ਕਿ ਇੱਕ ਤਾਂ ਅਡਲਟਸ ਵਿੱਚ ਹੋਮਲੈਸਨੈਸ ਹੈ ਜੀ, ਉਹਦੇ ਕਾਰਨ ਜਿਹੜੇ ਡਿਫਰੈਂਟ ਨੇ ਜੀ, ਅਤੇ ਯੂਥ ਦੇ ਵਿੱਚ ਹੋਮਲੈਸਨੈਸ ਹੈ, ਯੂਥ ਦੀ ਜਿਹੜੀ ਡੈਫੀਨੇਸ਼ਨ ਹੈ ਕਿ 25 ਸਾਲ ਤੋਂ ਘੱਟ ਜੀ ਜੀ, ਅਤੇ 14 ਸਾਲ ਤੋਂ ਲੈ ਕੇ 25 ਸਾਲ ਦੀ ਏਜ ਦੇ ਵਿੱਚ ਜੀ ਜੀ, ਜੋ ਹੋਮਲੈਸ ਦਾ ਮਤਲਬ ਬੇਸਿਕਲੀ ਇਹ ਹੈ ਕਿ ਤੁਹਾਡੇ ਕੋਲ ਪਰਮਾਨੈਂਟ ਜਿਹੜਾ ਘਰ ਨਹੀਂ ਹੈ ਜੀ ਜੀ, ਹੋ ਸਕਦਾ ਤੁਸੀਂ ਰਾਤਾਂ ਸੜਕਾਂ 'ਤੇ ਗੁਜ਼ਾਰ ਰਹੇ ਹੋ ਜਾਂ ਛੱਤ ਤੋਂ ਬਿਨਾਂ ਗੁਜ਼ਾਰ ਰਹੇ ਹੋ ਜੀ, ਜਾਂ ਤੁਸੀਂ ਕਦੇ ਕਿਸੇ ਆਪਣੇ ਦੋਸਤ ਦੇ ਘਰ ਰੁਕੇ ਦੋ ਦਿਨ, ਸਲੀਪਿੰਗ ਵੀ ਕਹਿੰਦੇ, ਕਾਊਚ ਸਰਫਿੰਗ, ਹਾਂਜੀ ਕਾਊਚ ਸਰਫਿੰਗ ਕਹਿ ਦਿੰਦਾ, ਤੇ ਵਿੰਡਮ ਕਾਉਂਸਲ ਜੋ ਹੈ ਜਾਂ ਵਿੰਡਮ ਰੀਜਨ ਹੈ, ਬੇਸਿਕਲੀ ਕਾਉਂਸਲ ਮੈਂ ਨਹੀਂ ਕਹੂੰਗਾ, ਵਿੰਡਮ ਰੀਜਨ ਜੋ ਹੈ ਇਹਦੇ ਵਿੱਚ ਜਿਹੜਾ ਯੂਥ ਹੋਮਲੈਸਨੈਸ ਹੈ ਉਹ ਰਾਈਜ਼ ਕਰਨ ਦਾ ਜਿਹੜੇ ਕਈ ਕਾਰਨ ਨੇ, ਇੱਕ ਕਾਰਨ ਤਾਂ ਹੈ ਕਿ ਇਸ ਏਰੀਏ ਦੇ ਵਿੱਚ ਇੱਕੋ ਦਮ ਜੋ ਪਾਪੂਲੇਸ਼ਨ ਗਰੋਥ ਵਧੀ ਹੈ ਉਸ ਦੇ ਨਾਲ ਜਿਹੜਾ ਹੋਮਸ ਨੇ ਜਾਂ ਜਿਹੜੀ ਰੈਂਟਡ ਅਕੋਮੋਡੇਸ਼ਨ ਆ ਉਹਨਾਂ ਦੇ ਉੱਪਰ ਕਾਫੀ ਅਸਰ ਪਿਆ। ਬਿਲਕੁਲ, ਅਤੇ ਜਦੋਂ ਤੁਹਾਡੀ ਰੈਂਟ ਵਧਣਗੇ ਜੀ ਤਾਂ ਓਬਵੀਅਸਲੀ ਰੈਂਟ ਦੇਣ ਦੇ ਲਈ ਜਿਹੜੀ ਕੈਪੈਸਿਟੀ ਹੈ ਜਿਨ੍ਹਾਂ ਦੀ ਸਭ ਤੋਂ ਘੱਟ ਹੈ ਉਹੀ ਸਭ ਤੋਂ ਪਹਿਲਾਂ ਘਰਾਂ ਤੋਂ ਬੇਘਰ ਹੋਣਗੇ ਜੀ ਜੀ ਜੀ। ਇਸ ਤੋਂ ਇਲਾਵਾ ਜੋ ਹੈ ਇਸ ਏਰੀਏ 'ਚ ਯੂਥ ਅਨਇੰਪਲੋਇਮੈਂਟ ਵੀ ਕਾਫੀ ਜ਼ਿਆਦਾ ਹੈ ਜੀ, ਤੇ ਬਾਕੀ ਫੈਮਿਲੀ ਵਾਇਲੈਂਸ ਜੋ ਡਾਟਾ ਸ਼ੋ ਕਰਦਾ ਹੈ ਕਿ ਇਹ ਵੀ ਕਾਫੀ ਵੱਧ ਗਈ ਹੈ ਜੀ, ਤੇ ਫੈਮਿਲੀ ਵਾਇਲੈਂਸ ਮੇਨ ਸਟ੍ਰੀਮ ਆਸਟ੍ਰੇਲੀਅਨ ਸੋਸਾਇਟੀ 'ਚ ਬਹੁਤ ਵੱਡੀ ਪ੍ਰੋਬਲਮ ਹੈ ਜੀ, ਤੇ ਆਸਟ੍ਰੇਲੀਆ ਦੇ ਵਿੱਚ ਹਰ ਹਫ਼ਤੇ 2 ਲੇਡੀਜ਼ ਦਾ ਮਰਡਰ ਹੁੰਦਾ ਉਹਨਾਂ ਦੇ ਕਰੰਟ ਜਾਂ ਫਾਰਮਰ ਪਾਰਟਨਰ ਦੇ ਹੱਥੋਂ ਜੀ ਜੀ ਬਿਲਕੁਲ ਜੀ, ਤੇ ਉਹ ਫੈਮਿਲੀ ਵਾਇਲੈਂਸ ਕਰਕੇ ਹੁੰਦਾ ਜੀ ਜੀ, ਤੇ ਹੁਣ ਇਹ ਸਾਰੀਆਂ ਪ੍ਰੋਬਲਮਸ ਹੈ, ਪਲੱਸ ਇਸ ਤੋਂ ਇਲਾਵਾ ਜੋ ਹੈ ਪੇਰੈਂਟਲ ਨਿਗਲੈਕਟ ਹੈ ਜਾਂ ਡਰੱਗ ਦਾ ਜਿਹੜਾ ਯੂਸੇਜ ਹੈ ਜਾਂ ਬੇਸਿਕਲੀ ਲੋ ਇਨਕਮ ਲੈਵਲ ਹੈ ਜਾਂ ਸਿੰਗਲ ਪੇਰੈਂਟਸ ਨੇ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਡਾਇਰੈਕਟ ਇਫੈਕਟ ਪੈਂਦਾ ਬੱਚਿਆਂ 'ਤੇ ਜੀ ਜੀ, ਕਿਉਂਕਿ ਸਾਡੀ ਸੋਸਾਇਟੀ ਅਤੇ ਜੋ ਮੇਨ ਸਟ੍ਰੀਮ ਆਸਟ੍ਰੇਲੀਅਨ ਸੋਸਾਇਟੀ ਤੋਂ ਜਿਹੜੇ ਸੋਸ਼ਲ ਸਟਰਕਚਰ ਉਹ 'ਚ ਕਾਫੀ ਡਿਫਰੈਂਸਿਸ ਨੇ ਜੀ ਜੀ, ਸਾਡੇ ਜਿਸ ਤਰ੍ਹਾਂ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਉਹਨਾਂ ਦਾ ਬੜਾ ਰੋਲ ਹੁੰਦਾ ਬੱਚੇ ਨੂੰ ਸੰਭਾਲਣ ਦੇ ਵਿੱਚ ਜੀ, ਅਤੇ ਅਗਰ ਬੱਚਾ ਥੋੜ੍ਹਾ ਸ਼ਰਾਰਤੀ ਹੈ ਅਤੇ ਪੇਰੈਂਟਸ ਦੀ ਰਿਸਪੈਕਟ ਨਹੀਂ ਕਰਦਾ, ਅਤੇ ਡਾਟਾ ਇਹ ਸ਼ੋ ਕਰਦਾ ਸਾਡੀ ਰਿਸਰਚ ਸ਼ੋ ਕਰਦੀ ਕੰਮ ਇਹ ਸ਼ੋ ਕਰਦਾ ਕਿ ਉਹ ਬੱਚੇ ਨੂੰ ਬੱਚਾ ਜਦੋਂ ਘਰੇ ਪ੍ਰੋਬਲਮਸ ਕ੍ਰੀਏਟ ਕਰੂਗਾ ਕਈ ਵਾਰੀ ਉਹਨੂੰ ਫਿਰ ਘਰ ਛੱਡਣਾ ਪੈ ਜਾਂਦਾ ਜੀ, ਜਾਂ ਈਵਨ ਬੱਚੇ ਚੰਗੇ ਵੀ ਹੋਣ ਤਾਂ ਉਹਨਾਂ ਨੂੰ ਪੇਰੈਂਟਸ ਜਿਹੜੇ ਆ ਕਈ ਵਾਰੀ ਘਰੋਂ ਕੱਢ ਦਿੰਦੇ ਆ। ਹੁਣ ਇਹਦੀ ਸਾਰੇ ਜਿਹੜੀ ਬੈਕਗ੍ਰਾਉਂਡ ਦੀ ਪ੍ਰੋਬਲਮ ਇਹ ਹੈ ਕਿ ਵੈਸਟਰਨ ਸਬਰਬਸ ਦੇ ਵਿੱਚ ਸਿਰਫ ਵਿੰਡਮ ਹੀ ਨਹੀਂ ਹੈ, ਅਸੀਂ ਸੇਂਟ ਐਲਬਮਸ ਬੈਠੇ ਹਾਂ ਇੱਥੇ ਵੀ ਪ੍ਰੋਬਲਮ ਹੈਗੀ ਹੈ ਜੀ, ਯੂਥ ਹੋਮਲੈਸਨੈਸ ਜਿਹੜੀ ਹੈ ਬਹੁਤ ਵੱਡੇ ਸਕੇਲ 'ਤੇ ਰਾਈਜ਼ ਕਰ ਰਹੀ ਹੈ ਜੀ। ਆਸਟ੍ਰੇਲੀਆ ਜੋ ਹੈ ਆਈਸ ਡਰੱਗਸ ਦੇ ਯੂਜ਼ ਦੇ ਵਿੱਚ ਵਰਲਡ ਦੇ ਵਿੱਚ ਨੰਬਰ 1 'ਤੇ ਹੈ
ਅੱਛਾ ਉਹਦਾ ਮਤਲਬ ਹੈ ਕਿ ਪਰ ਕੈਪੀਟਾ, ਕਿਉਂਕਿ 2 ਕਰੋੜ ਪਾਪੂਲੇਸ਼ਨ ਹੈ ਤੇ ਓਬਵੀਅਸਲੀ ਜੇ ਕਿਸੇ ਕੰਟਰੀ ਦੀ 10 ਕਰੋੜ ਪਾਪੂਲੇਸ਼ਨ, ਉਹਦੇ ਨਾਲ ਤਾਂ ਡਰੱਗ ਯੂਜ਼ ਘੱਟ ਹੀ ਹੋਏਗਾ ਇੱਥੇ, ਪਰ ਕੈਪੀਟਾ ਦੇ ਵਿੱਚ ਆਸਟ੍ਰੇਲੀਆ ਵਰਲਡ 'ਚ ਨੰਬਰ 1 ਰੈਂਕ ਕੀਤਾ ਗਿਆ ਆਈਸ ਡਰੱਗਸ ਦੇ ਯੂਜ਼ ਜੀ 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 ਹੁਣ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਲਟੀਮੇਟਲੀ ਕ੍ਰਾਈਮ ਨੂੰ ਜਿਹੜਾ ਡਾਇਰੈਕਟ ਦੇ ਡਾਇਰੈਕਟ ਜਿਹੜਾ ਇਹਦਾ ਲਿੰਕ ਹੈ ਕ੍ਰਾਈਮ ਦੇ ਨਾਲ ਜੀ। ਅਤੇ ਅਸੀਂ ਕੀ ਕਰ ਰਹੇ ਹਾਂ ਕਿ ਜੋ ਕੌਨਸੈਪਟ ਹੈ ਲੰਗਰ ਦਾ, ਗੁਰੂ ਨਾਨਕ ਦੇਵ ਜੀ ਦਾ ਕੌਨਸੈਪਟ ਹੈ ਬੇਸਿਕਲੀ, ਇਹਦੇ 'ਚ ਇਹਦੇ ਉੱਤੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਅਤੇ ਜਾਂ ਹਿੰਦੂ ਰਿਲੀਜਨ ਦੇ ਵਿੱਚ ਫੂਡ ਡੋਨੇਸ਼ਨ ਦਾ ਕੌਨਸੈਪਟ ਹੈ, ਉਸ ਨੂੰ ਅਸੀਂ ਜੋ ਆਸਟ੍ਰੇਲੀਆ ਦੀਆਂ ਰੀਅਲ ਸੋਸ਼ਲ ਪ੍ਰੋਬਲਮਸ ਹੈ ਉਹਨਾਂ ਦੇ ਨਾਲ ਲਿੰਕ ਕਰ ਰਹੇ ਹਾਂ। ਅਤੇ ਫੂਡ ਡੋਨੇਸ਼ਨ ਪ੍ਰੋਜੈਕਟ ਬੜਾ ਲਾਰਜ ਸਕੇਲ 'ਤੇ ਚੱਲ ਰਿਹਾ, ਅਤੇ ਉਸ ਦੇ ਨਾਲ ਹੀ ਵਿੰਡਮ ਯੂਥ ਹੋਮਲੈਸਨੈਸ ਪ੍ਰੋਜੈਕਟ ਹੈ। ਜੀ 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 ਵਿੰਡਮ ਯੂਥ ਹੋਮਲੈਸਨੈਸ ਪ੍ਰੋਜੈਕਟ ਜੋ ਹੈ ਉਹ ਅਕਤੂਬਰ ਤੋਂ ਲੈ ਕੇ, ਜਿਹੜਾ ਕਿ ਹੁਣ ਲੰਘ ਗਿਆ ਅਕਤੂਬਰ, ਜੀ ਅਗਲੇ ਸਾਲ ਦਸੰਬਰ 31 ਦਸੰਬਰ ਤੱਕ ਸਫੀਸ਼ੀਐਂਟ ਫੰਡਸ ਰੇਜ਼ ਕਰੇਗਾ, ਤਾਂ ਜੋ 2017 ਦੇ ਵਿੱਚ ਪੂਰੇ ਸਾਲ ਦੇ ਵਿੱਚ ਅਸੀਂ 50 ਹੋਮਲੈਸ ਯੂਥ ਨੂੰ, ਜਿਹਦੇ 'ਚ ਬੱਚੇ ਵੀ ਹੈ 14 ਸਾਲ ਤੋਂ ਉੱਪਰ 25 ਤੋਂ ਘੱਟ ਨੂੰ, ਅਸੀਂ ਪੂਰੇ ਸਾਲ ਦੇ ਵਿੱਚ 50 ਨੂੰ ਸਪੋਰਟ ਕਰਕੇ ਉਹਨਾਂ ਨੂੰ ਮੇਨ ਸਟ੍ਰੀਮ ਸੁਸਾਇਟੀ 'ਚ ਲੈ ਕੇ ਆਈਏ ਵਾਪਸ, ਜੋ ਕਿ ਹੋਮਲੈਸ ਨੇ। ਅਤੇ ਉਹਦੇ ਵਿੱਚ ਕਾਫੀ ਸਾਰੇ ਸਟੈਪਸ ਨੇ, ਬੇਸਿਕਲੀ ਜੋ ਆਰਗਨਾਈਜੇਸ਼ਨ ਮੈਂ ਰਨ ਕਰਦਾ ਉਹਦਾ ਨਾਮ ਲੈਟਸ ਫੀਡ ਹੈ, ਉਹ ਤਾਂ ਸਿਰਫ ਬੈਕਅਪ ਦੇ ਤੌਰ 'ਤੇ ਵਲੰਟੀਅਰ ਸਪੋਰਟ ਦੇ ਰਹੀ ਹੈ, ਮੇਨ ਆਰਗਨਾਈਜੇਸ਼ਨ ਵਾਈਟ ਲਾਇਨ ਹੈ। ਅਤੇ ਇਹ ਜੋ ਪ੍ਰੋਜੈਕਟ ਹੈ ਇਹਦੇ ਵਿੱਚ 2-3 ਜਿਹੜੀ ਸਪੋਰਟ ਹੈ, ਤਰ੍ਹਾਂ ਦੀ ਸਪੋਰਟ ਸਾਡੀ ਕਮਿਊਨਿਟੀ ਦੇ ਸਕਦੀ ਹੈ। ਅਗਰ ਤੁਸੀਂ ਕੋਈ ਬਿਜ਼ਨਸ ਰਨ ਕਰਦੇ ਹੋ ਜਿੱਥੇ ਕਿ ਕਸਟਮਰ ਦਾ ਆਉਣਾ ਜਾਣਾ ਕਾਫੀ ਹੈ, ਤਾਂ ਉੱਥੇ ਤੁਸੀਂ ਡੋਨੇਸ਼ਨ ਬਾਕਸਿਸ ਤੁਸੀਂ ਰੱਖ ਸਕਦੇ ਹੋ। ਡੋਨੇਸ਼ਨ ਬਾਕਸਿਸ ਵਾਈਟ ਲਾਈਨ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਆ, ਅਤੇ ਉਹ ਪ੍ਰੋਪਰ ਲੌਕਡ ਹੁੰਦੇ ਨੇ, ਅਤੇ ਉਹਦਾ ਜਦੋਂ ਤੁਸੀਂ ਅਨਲੌਕ ਕਰੋਗੇ ਤਾਂ ਉਸ ਵੇਲੇ ਪੈਸੇ ਕਾਊਂਟ ਕਰਕੇ ਉਹ ਡੋਨੇਸ਼ਨ ਜਿਹੜੀ ਐਕਨੋਲੇਜ 'ਤੇ ਰੈਕੋਗਨਾਈਜ਼ ਹੋਏਗੀ। ਜੀ ਜੀ ਅਤੇ ਡੋਨੇਸ਼ਨ ਜਿਹੜੀਆਂ ਨੇ ਉਹ ਟੈਕਸ ਡਿਡਕਟੇਬਲ ਵੀ ਹੈ, ਕਿਉਂਕਿ ਇਹ ਪ੍ਰੋਜੈਕਟ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਵੀ ਰੈਕੋਗਨਾਈਜ਼ ਹੈ। ਜੀ ਜੀ ਅਤੇ ਗਵਰਮੈਂਟਸ ਵੀ ਸਪੋਰਟ ਕਰ ਰਹੀਆਂ ਨੇ, ਪਰ ਕਿਉਂਕਿ ਫੰਡਿੰਗ ਇੰਨੀ ਜ਼ਿਆਦਾ ਨਹੀਂ ਹੈ ਕਿ ਸਾਰਿਆਂ ਨੂੰ ਹੈਲਪ ਕਰ ਸਕੇ, ਅਤੇ ਅਸੀਂ ਫਿਰ ਕੀ ਕੀਤਾ ਕਿ ਅਸੀਂ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ ਵੱਲੋਂ ਇਹ ਪ੍ਰੋਜੈਕਟ ਜਿਹੜਾ ਚੱਕ ਲਿੱਤਾ ਕਿ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਕਿ ਕਮਿਊਨਿਟੀ ਕਿਸ ਤਰ੍ਹਾਂ ਸਪੋਰਟ ਕਰਦੀ ਹੈ। ਅਤੇ ਡੋਨੇਸ਼ਨ ਬਾਕਸਿਸ ਤੋਂ ਇਲਾਵਾ ਡਾਇਰੈਕਟ ਵੀ ਜੇ ਲੋਕ ਡੋਨੇਟ ਕਰਨਾ ਚਾਹੁੰਦੇ ਜਾਂ ਵਲੰਟੀਅਰਸ ਕੁਛ ਕਰਨਾ ਚਾਹੁੰਦੇ, ਜਾਂ ਕਈ ਵਾਰੀ ਅਸੀਂ ਕੋਈ ਇਵੈਂਟ ਕਰਦੇ ਹਾਂ ਜਿਸ ਤਰ੍ਹਾਂ ਵਿਸਾਖੀ ਦੀ ਅਸੀਂ ਗੱਲ ਕਰ ਰਹੇ ਸੀ, ਤਾਂ ਉੱਥੇ ਅਗਰ ਅਸੀਂ ਅਵੇਅਰਨੈਸ ਵੀ ਕ੍ਰੀਏਟ ਕਰ ਸਕੀਏ ਨਾ ਕਿ ਯੂਥ ਹੋਮਲੈਸਨੈਸ ਜੋ ਹੈ ਇਹ ਬਹੁਤ ਵੱਡੀ ਪ੍ਰੋਬਲਮ ਹੈ। ਅਤੇ ਜੇ ਮੈਂ 2008-09 ਦੇ ਫੈਕਟਸ ਦੀ ਗੱਲ ਕਰਾਂ, ਜੋ ਇੰਡੀਅਨ ਸਟੂਡੈਂਟਸ 'ਤੇ ਅਟੈਕ ਹੋਇਆ ਸੀ, ਅਤੇ ਜੋ ਨਿਤਿਨ ਗਰਗ ਇੱਕ ਜਗਰਾਉਂ ਦਾ ਲੜਕਾ ਸੀ ਉਹਦਾ ਮਰਡਰ ਵੀ ਹੋਇਆ ਸੀ, ਉਹ ਬੇਸਿਕਲੀ ਫੈਕਟਸ ਇਹ ਸ਼ੋਅ ਕਰਦੇ ਨੇ ਜ਼ਿਆਦਾਤਰ ਕੇਸਿਸ 'ਚ ਕ੍ਰਾਈਮ ਜਿਹੜਾ ਸੀ ਹੋਮਲੈਸ ਯੂਥ ਵੱਲੋਂ ਕਮਿਟ ਕੀਤਾ ਗਿਆ ਸੀ। ਜੀ ਜੀ ਅਤੇ ਅਸੀਂ ਕੀ ਕਰ ਰਹੇ ਹਾਂ, ਅਸੀਂ ਇਹਨਾਂ ਪ੍ਰੋਜੈਕਟਸ ਦੇ ਥਰੂ ਅਸੀਂ ਜਿਹੜੀ ਅਸਲ ਸੋਸ਼ਲ ਜਿਹੜੀ ਜੜ੍ਹ ਹੈ ਉਹ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਜੀ ਬਿਲਕੁਲ ਜੀ, ਵਾਕਈ ਜੇ ਆਪਾਂ ਜੜ੍ਹ ਨੂੰ ਖਤਮ ਕਰੀਏ ਤਾਂ ਸ਼ਾਇਦ ਫਿਰ ਹੀ ਪ੍ਰੋਬਲਮ ਜਿਹੜੀ ਆ ਉਹ ਖਤਮ ਹੋ ਸਕਦੀ ਹੈ, ਜੇ ਉੱਪਰੋਂ ਉੱਪਰੋਂ ਹੀ ਹਰ ਵਾਰੀ ਉਹਨੂੰ ਖਤਮ ਕਰਦੇ ਰਹਾਂਗੇ ਤਾਂ ਉਹ ਤਾਂ ਪ੍ਰੋਬਲਮ ਫਿਰ ਆ ਕੇ ਸਾਡੇ ਲਈ ਉੱਠ ਖੜੀ ਹੋਊਗੀ। ਇਹ ਤੁਹਾਡਾ ਪ੍ਰੋਜੈਕਟ ਵਾਕਈ ਬਹੁਤ ਵਧੀਆ ਜੀ। ਇਹਦੇ ਨਾਲ ਤੁਸੀਂ ਪਹਿਲਾਂ ਵੀ ਇੱਕ ਚੀਜ਼ ਮੈਂਸ਼ਨ ਕੀਤੀ ਸੀਗੀ ਕਿ ਇੱਕ ਹੋਰ ਜਿਹੜਾ ਗੁਰੂ ਨਾਨਕ ਫੂਡ ਡੋਨੇਸ਼ਨ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਉੱਤੇ ਜਿਹੜਾ ਇਹ ਫੂਡ ਡੋਨੇਸ਼ਨ ਹੈ, ਇਹਦਾ ਤੁਸੀਂ ਕਿਹਾ ਕਿ ਇਹਨੂੰ ਨਾਲ ਜੋੜਿਆ ਹੋਇਆ ਇਸ ਚੀਜ਼ 'ਤੇ, ਇਹ ਪ੍ਰੋਜੈਕਟ ਦੇ ਬਾਰੇ ਜ਼ਰਾ ਦੱਸੋ ਜੀ ਕਿ ਇਹ ਪ੍ਰੋਜੈਕਟ ਹੈ ਕੀ। ਹਾਂਜੀ, ਇਸ ਪ੍ਰੋਜੈਕਟ 'ਤੇ ਆਉਣ ਤੋਂ ਪਹਿਲਾਂ ਮੈਂ ਜੋ ਵਿੰਡਮ ਯੂਥ ਹੋਮਲੈਸਨੈਸ ਪ੍ਰੋਜੈਕਟ ਹੈ ਉਹਦੇ ਬਾਰੇ ਕੁਛ ਜੋ ਸਾਡੀ ਕਮਿਟੀ ਨੇ ਆਲਰੇਡੀ ਕਰ ਲਿੱਤਾ। ਹਾਂਜੀ ਹਾਂਜੀ, ਇੱਕ ਤਾਂ ਅਸੀਂ ਦੱਸ ਰਹੇ ਸੀ ਕਿ ਕੀ ਕਰ ਸਕਦੇ ਹਾਂ ਕਿ ਡੋਨੇਸ਼ਨ ਬਾਕਸ ਤੁਸੀਂ ਰੱਖ ਸਕਦੇ ਹੋ ਜਾਂ ਈਵੈਂਟਸ ਨਾਲ ਰਿਲੇਟਡ, ਪਰ ਸਾਡੀ ਕਮਿਟੀ ਨੇ ਆਲਰੇਡੀ ਜਿਹੜੀ ਅਚੀਵਮੈਂਟ ਕਰ ਲਈ ਉਹਦੇ ਬਾਰੇ ਮੈਂ ਦੱਸੂਗਾ ਜੀ ਬਿਲਕੁਲ, ਕਿ ਉਸ ਤੋਂ ਫਿਰ ਬਾਕੀ ਜਿਹੜੇ ਲੋਕ ਬਿਜ਼ਨਸ ਰਨ ਕਰਦੇ ਉਹਨਾਂ ਨੂੰ ਆਈਡੀਆਜ਼ ਵੀ ਮਿਲਣਗੇ ਕਿ ਬਿਨਾਂ ਤੁਸੀਂ ਡਾਇਰੈਕਟਲੀ ਕੰਟਰੀਬਿਊਟ ਕੀਤੇ ਹੋਏ ਵੀ ਸਪੋਰਟ ਕਰ ਸਕਦੇ ਹੋ। ਜੀ ਜੀ ਜੀ, ਪਟੇਲ ਬ੍ਰਦਰਸ ਇੱਕ ਵੈਰਬੀ 'ਚ ਸ਼ੋਪ ਹੈ, ਅਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਸਾਡਾ ਡੋਨੇਸ਼ਨ ਬਾਕਸ ਪਹਿਲਾਂ ਉੱਥੇ ਰੱਖਿਆ, ਅਤੇ ਉਹਨਾਂ ਨੇ ਆਪਣੇ ਵੱਲੋਂ ਕਮਿਟ ਕੀਤਾ ਕਿ ਜਿੰਨੇ ਵੀ ਸਾਡੇ ਕਸਟਮਰਸ ਆਉਣਗੇ ਤਾਂ ਅਸੀਂ ਉਹਨਾਂ ਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਡੋਨੇਟ ਕਰੋ, ਅਤੇ ਉਹ ਡੋਨੇਸ਼ਨ ਬਾਕਸ ਜਿਹੜਾ ਉਹ ਫੁੱਲ ਹੋ ਗਿਆ। ਅੱਛਾ ਜੀ, ਇੱਕ ਮਹੀਨੇ ਵਿੱਚ 15 ਅਕਤੂਬਰ ਨੂੰ ਉਹਨਾਂ ਰੱਖਿਆ ਸੀ ਅਤੇ ਉਹ ਹੁਣ ਫੁੱਲ ਹੋ ਗਿਆ, ਅਤੇ ਉਹਦੇ ਵਿੱਚ ਕੀ ਹੈ ਕਿ ਅਸੀਂ ਪਟੇਲ ਬ੍ਰਦਰਸ ਨੂੰ ਜਾਂ ਬਿਜ਼ਨਸਿਸ ਨੂੰ ਫਾਰਮਲੀ ਐਕਨੋਲੇਜ ਕਰਦੇ ਹਾਂ ਸੋਸ਼ਲ ਮੀਡੀਆ 'ਤੇ, ਅਤੇ ਅਗਰ ਉਹ ਇੱਕ ਮੋਟੀਵੇਸ਼ਨ ਹੈ ਕਿ ਤੁਸੀਂ ਇਹ ਦੂਸਰੇ ਆਪਣੇ ਕਲਾਇੰਟਸ ਨੂੰ ਜਾਂ ਤੁਸੀਂ ਸੋਸਾਇਟੀ ਨੂੰ ਸ਼ੋਅ ਕਰ ਸਕਦੇ ਹੋ ਕਿ ਅਸੀਂ ਐਜ਼ ਏ ਬਿਜ਼ਨਸ ਤਾਂ ਰਨ ਕਰ ਹੀ ਰਹੇ ਹਾਂ ਪਰ ਖੁਦ ਪੈਸਾ ਕਮਾਉਣ ਦੇ ਨਾਲ ਨਾਲ ਅਸੀਂ ਕਮਿਊਨਿਟੀ ਨੂੰ ਵੀ ਬਹੁਤ ਜ਼ਿਆਦਾ ਬੈਕ ਦੇ ਰਹੇ ਹਾਂ, ਇਸ ਤਰ੍ਹਾਂ ਦੇ ਆਈਡੀਆਜ਼ ਹੈ। ਜਾਂ ਇੱਕ ਹੋਰ ਬੜਾ ਇੰਟਰਸਟਿੰਗ ਚੀਜ਼ ਹੋਈ ਕਿ ਪੁਆਇੰਟ ਕੁੱਕ ਦੇ ਵਿੱਚ ਕਾਫੀ ਸਾਰੇ ਲੇਡੀਜ਼ ਦੇ ਗਰੁੱਪ ਨੇ, ਉਹਨਾਂ ਨੇ ਕਰਵਾ ਚੌਥ ਜਿਹੜਾ ਰੱਖਿਆ, ਤਾਂ ਜਿਹੜੀਆਂ ਮਹਿੰਦੀ ਆਰਟਿਸਟ ਨੇ ਕੁੜੀਆਂ, ਤਾਂ ਉਹਨਾਂ ਨੇ ਕੀ ਕਿਹਾ ਕਿ ਅਸੀਂ ਮਹਿੰਦੀ ਲਗਾਵਾਂਗੇ ਫ੍ਰੀ, ਪਰ ਜੇ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ ਵਿੰਡਮ ਯੂਥ ਹੋਮਲੈਸਨੈਸ ਪ੍ਰੋਜੈਕਟ ਡੋਨੇਟ ਕਰੋ। ਤਾਂ ਉਹਦਾ ਇਫੈਕਟ ਇਹ ਪਿਆ ਕਿ 719 ਡਾਲਰ ਜਿਹੜੇ ਸੀਗੇ ਉਹ ਮਹਿੰਦੀ ਦੇ ਆਰਟਿਸਟ ਨੇ ਜਿਹੜੇ ਸੀ ਉਹ ਇਕੱਠੇ ਕਰਕੇ ਡੋਨੇਟ ਕਰਕੇ ਸਮਝੇ ਇੱਥੇ। ਕਿਆ ਬਾਤ ਜੀ। ਤੇ ਇਸ ਤੋਂ ਇਲਾਵਾ ਕੱਲ ਹੋਇਆ ਹੈ ਮੋਹਨੀ ਐਂਡ ਮਨੀ, ਇੱਕ ਹੋਰ ਗਰੋਸਰੀ
ਸੋਸ਼ਲ ਇਸ਼ੂਜ਼ ਦੇ ਨਾਲ ਰਿਲੇਟਡ ਫੰਡ ਰੇਜ਼ਿੰਗ ਕੀਤੀ ਹੈ, ਅਤੇ ਅੱਜ ਬਹੁਤ ਵੱਡੀ ਇੱਕ ਦੋ ਚੀਜ਼ਾਂ ਹੋ ਰਹੀਆਂ ਅੱਜ ਜੀ ਜੀ ਸ਼ਾਮ ਨੂੰ 6 ਵਜੇ ਗਰੋਸਰੀਜ਼, ਜੋ ਅਗੇਨ ਇੱਕ ਇੰਡੀਅਨ ਗਰੋਸਰੀ ਸਟੋਰ ਹੈ, ਜੀ ਜੀ ਅਤੇ ਉਹ ਇੱਕ ਫੂਡ ਡੋਨੇਸ਼ਨ ਡਰਾਈਵ ਰਨ ਕਰ ਰਹੇ ਨੇ, ਜਿਹਦੇ ਵਿੱਚ ਕਿ ਹੋਮਲੈਸ ਬੱਚਿਆਂ ਲਈ, ਹੋਮਲੈਸ ਲੋਕ ਜਿਹੜੇ ਕਿ ਸਿਟੀ 'ਚ ਰਹਿੰਦੇ ਨੇ ਉਹਨਾਂ ਲਈ, ਅਤੇ ਅਸਾਇਲਮ ਸੀਕਰ ਫੈਮਿਲੀਜ਼ ਦੇ ਲਈ ਫੂਡ ਡੋਨੇਸ਼ਨ ਡਰਾਈਵ ਹੈ, ਜੀ ਜੀ ਤੇ ਨਾਲ ਹੀ ਉਹ ਫੰਡ ਰੇਜ਼ਿੰਗ ਵੀ ਕਰ ਰਹੇ ਨੇ ਹੋਮਲੈਸ ਬੱਚਿਆਂ ਨੇ, ਤੇ ਇਹ ਜੀ ਥੋੜੇ ਜਿਹੇ ਆਈਡੀਆਜ਼ ਨੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਬਿਜ਼ਨਸ ਨੂੰ, ਆਪਣੀ ਸੋਸਾਇਟੀ ਨੂੰ, ਆਪਣੀ ਫੈਮਿਲੀ ਨੂੰ ਲਿੰਕ ਕਰਕੇ ਜੀ ਐਜ਼ ਏ ਮਾਈਗ੍ਰੈਂਟ ਆਸਟ੍ਰੇਲੀਆ ਦੀ ਜਿਹੜੀਆਂ ਸੋਸ਼ਲ ਪ੍ਰੋਬਲਮਸ ਹੈ ਉਹਨਾਂ ਨੂੰ ਸੋਲਵ ਕਰਨ ਲਈ ਕਿਸ ਤਰ੍ਹਾਂ ਤੁਸੀਂ ਰਾਹ ਉਹਨਾਂ ਨੂੰ ਦਿਖਾ ਸਕਦੇ ਹੋ, ਤੇ ਇਹਦਾ ਇਫੈਕਟ ਸੋਸਾਇਟੀ 'ਤੇ ਬੜਾ ਪੈ ਰਿਹਾ। ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੇਰਾ ਨਾਮ ਬਹੁਤ ਵਾਰੀ ਪਾਰਲੀਮੈਂਟ ਦੇ ਵਿੱਚ, ਬੜੇ ਅਖਬਾਰਾਂ 'ਚ, ABC 'ਤੇ ਆਇਆ, ਉਹ ਬੇਸਿਕਲੀ ਮੇਰਾ ਨਾਮ ਨਹੀਂ ਆਇਆ, ਬੇਸਿਕਲੀ ਉਹ ਪ੍ਰੋਜੈਕਟਸ ਦੀ ਡਿਸਕਸ਼ਨ ਹੋਈ ਹੈ, ਕਿਉਂਕਿ ਮੈਂ ਪ੍ਰੋਜੈਕਟਸ ਇਨਵੋਲਵ ਸੀ ਅਤੇ ਇਸ ਲਈ ਮੇਰਾ ਨਾਮ ਆਇਆ, ਪਰ ਉਹ ਸਾਰੇ ਪ੍ਰੋਜੈਕਟ ਸੋਸਾਇਟੀ ਨੂੰ ਬਿਲੋਂਗ ਕਰਦੇ ਨੇ, ਅਤੇ ਸਾਡੀ ਸੋਸਾਇਟੀ ਦੀ ਸਪੋਰਟ ਦੇ ਨਾਲ ਹੀ ਉੱਥੇ ਤੱਕ ਪਹੁੰਚੇ, ਅਤੇ ਮੇਰੇ ਹਿਸਾਬ ਨਾਲ ਸਾਡੀ ਕਮਿਊਨਿਟੀ ਦਾ ਬਹੁਤ ਸਾਰਾ ਪੋਜ਼ਿਟਿਵ ਜਿਹੜਾ ਇਮੇਜ ਬਣ ਰਹੀ ਹੈ ਇਹਨਾਂ ਪ੍ਰੋਜੈਕਟਸ ਦੇ ਕਰਕੇ, ਅਤੇ ਇਹ ਪ੍ਰੋਜੈਕਟਸ ਲਗਾਤਾਰ ਚੱਲਦੇ ਰਹਿਣਗੇ, ਅਤੇ ਹੁਣ ਅਸੀਂ ਆਉਂਦੇ ਹਾਂ ਜਿਹੜਾ ਤੁਸੀਂ ਜੀ ਬਿਲਕੁਲ ਜੀ ਬਿਲਕੁਲ ਇਹ ਵੀ ਕਿਉਂਕਿ ਇੱਕ ਬੜਾ ਅਹਿਮ ਜਿਹੜਾ ਇੱਕ ਤੁਹਾਡਾ ਪ੍ਰੋਜੈਕਟ ਆ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ, ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਫਾਊਂਡਰ ਨੇ ਜੀ, ਜੇ ਆਪਾਂ ਗੱਲ ਕਰਦੇ ਹਾਂ ਜੀ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਸਿੱਖ ਧਰਮ ਦੇ ਤੇ ਫਾਊਂਡਰ ਨੇ, ਵਾਕਈ ਉਹਨਾਂ ਨੇ ਸਾਡੇ ਵਿੱਚ ਇਹ ਨੀਂਹ ਰੱਖੀ ਕਿ ਇਹ ਜਿਹੜੇ ਕਾਰਜਾਂ ਨੂੰ ਤੁਸੀਂ ਲੈ ਕੇ ਕਰ ਰਹੇ ਹੋ ਜਾਂ ਸਮਾਜ ਭਲਾਈ ਦੇ ਕੰਮ, ਗੁਰੂ ਨਾਨਕ ਸਾਹਿਬ ਜੀ ਦੀ ਹੀ ਕਿਰਪਾ ਸੀਗੇ ਕਿ ਜਿਹੜੇ ਸਾਰੇ ਕੰਮਕਾਰ ਹੋ ਸਕੇ ਨੇ, ਅੱਜ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਵੀ ਇਹ ਸਾਰੇ ਕੰਮਕਾਰ ਕਰ ਰਹੇ ਹਾਂ, ਸੋ ਸਿੱਖਿਆ ਦੇਣ ਵਾਲੇ ਸਾਨੂੰ ਇਹ ਸੀਗੇ ਜੀ ਜੇ ਗੱਲ ਕਰਦੇ ਹਾਂ। ਸੋ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਜਿਹੜਾ ਗੁਰੂ ਨਾਨਕ ਫੂਡ ਡੋਨੇਸ਼ਨ ਹੈ ਜੀ, ਹਾਂਜੀ, ਇਹਦੇ ਬਾਰੇ ਪਲੀਜ਼ ਦੱਸੋ ਕਿ ਇਹ ਕਨਸੈਪਟ ਹੈ ਕੀ, ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਅਤੇ ਇਹ ਕੀ 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 ਕਿਵੇਂ ਇਹ ਸੋਸਾਇਟੀ ਦੀ ਹੈਲਪ ਕਰ ਰਿਹਾ ਜੀ? ਹਾਂਜੀ, ਜਿਸ ਤਰ੍ਹਾਂ ਟਾਈਮ ਪਾਸ ਹੁੰਦਾ ਅਤੇ ਤੁਹਾਨੂੰ ਲਾਈਫ ਦੇ ਵਿੱਚ ਵੀ ਅਤੇ ਐਕਸਪੀਰੀਅੰਸਿਸ ਨਵੇਂ ਨਵੇਂ ਹੁੰਦੇ ਆ, ਅਤੇ ਕਈ ਕੰਮ ਜਿਹੜੇ ਤੁਸੀਂ ਕਰਨਾ ਚਾਹੁੰਦੇ ਹੁੰਦੇ ਹੋ ਅਤੇ ਉਹਨਾਂ ਦੇ ਤੁਹਾਨੂੰ ਆਈਡੀਆਜ਼ ਨੂੰ ਜਿਹੜਾ ਪ੍ਰੈਕਟੀਕਲੀ ਇੰਪਲੀਮੈਂਟ ਕਰਨ ਦਾ ਰਾਹ ਦਿਖ ਜਾਂਦਾ, ਅਤੇ ਮੇਰੇ ਦਿਮਾਗ 'ਚ ਇਹ ਚੀਜ਼ ਬੜੇ ਸਾਲਾਂ ਤੋਂ ਸੀ ਕਿ ਜੋ ਲੰਗਰ ਦੇ ਫਾਊਂਡਰ ਤਾਂ ਗੁਰੂ ਨਾਨਕ ਦੇਵ ਜੀ ਹੀ ਨੇ, ਸਿੱਖ ਧਰਮ ਦੇ ਫਾਊਂਡਰ ਵੀ, ਅਤੇ ਉਹਨਾਂ ਦੇ ਜੋ ਛੋਟੀ ਜਿਹੀ ਸਟੇਟਮੈਂਟ ਹੈ ਸਰਬੱਤ ਦਾ ਭਲਾ, ਅਗਰ ਤੁਸੀਂ ਉਸੇ ਨੂੰ ਹੀ ਫੋਲੋ ਕਰ ਲਓ, ਅਤੇ ਇੱਕ ਸਟੇਟਮੈਂਟ ਹੋਰ ਹੈ ਕਿ ਮਨ ਜੀਤੇ ਜਗਦੀਤ, ਇਹ ਦੋਨੋਂ ਸਟੇਟਮੈਂਟ ਦੇ ਨਾਲ ਦੁਨੀਆਂ ਦੀ ਸਾਰੀਆਂ ਪ੍ਰੋਬਲਮ ਤੁਸੀਂ ਸੋਲਵ ਕਰ ਸਕਦੇ ਹੋ, ਪਰ ਉਹ ਅਲੱਗ ਚੀਜ਼ ਹੈ ਕਿ ਲੋਕ ਪ੍ਰੈਕਟੀਕਲੀ ਇੰਪਲੀਮੈਂਟ ਇਹਨਾਂ ਸਿੰਪਲੀ ਸਿੰਪਲ ਮੈਸੇਜ ਨੂੰ ਨਹੀਂ ਕਰਦੇ, ਅਤੇ ਹੋਰ ਅਸੀਂ ਜਿੰਨਾ ਮਰਜ਼ੀ ਐਫਰਟ ਕਰਦੇ ਰਹੀਏ ਕਿ ਜਿਹੜਾ ਉਹਨਾਂ ਦਾ ਸਭ ਤੋਂ ਸਿੰਪਲ ਮੈਸੇਜ ਹੈ, ਅਤੇ ਬੇਸਿਕਲੀ ਮੇਰੇ ਦਿਮਾਗ 'ਚ ਜਿਸ ਤਰ੍ਹਾਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਕਿ ਮੈਂ ਸੋਸ਼ਲ ਰਿਸਰਚਰ ਹਾਂ, ਅਤੇ ਸੋਸ਼ਲ ਰਿਸਰਚਰ ਦਾ ਮੇਨ ਜਿਹੜਾ ਪਰਪਸ ਹੁੰਦਾ ਜਾਂ ਮੇਨ ਉਹਨਾਂ ਦਾ ਕੰਮ ਹੁੰਦਾ ਉਹ ਐਕਸਪੈਰੀਮੈਂਟੇਸ਼ਨ ਹੁੰਦਾ, ਅਤੇ ਅਸੀਂ ਸੋਸ਼ਲ ਐਕਸਪੈਰੀਮੈਂਟਸ ਕਰਦੇ ਹਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕਿ ਕਿਸ ਤਰ੍ਹਾਂ ਸੋਸਾਇਟੀਜ਼ ਨੂੰ ਇਕੱਠੇ ਲੈ ਕੇ ਆਉਣਾ, ਹਾਰਮਨੀ ਅਤੇ ਜਿਹੜੀ ਯੂਨਿਟੀ ਕਿੱਦਾਂ ਵਧਾਉਣੀ ਹੈ, ਅਤੇ ਮੈਂ ਬੇਸਿਕਲੀ ਆਪਣੀ ਰਿਸਰਚ ਨੂੰ ਯੂਜ਼ ਕਰਕੇ ਜੋ ਸਾਡੇ ਧਰਮ ਦੇ ਜੋ ਸੋਸਾਇਟੀ ਦੇ ਜਿਹੜੇ ਮੈਸੇਜ ਨੇ ਕੋਰ ਸਟਰੈਂਥ ਹੈ ਉਹਨੂੰ ਯੂਜ਼ ਕਰਕੇ ਅਤੇ ਅਸੀਂ ਮੇਨ ਸਿੰਗ ਸੋਸਾਇਟੀ ਨੂੰ ਸ਼ੋਅ ਕਰਦੇ ਹਾਂ ਕਿ ਇਹ ਸਾਡੇ ਅਸਲੀ ਵੈਲਿਊ ਸਾਡੀਆਂ ਇਹ ਨੇ ਜੀ, ਬਿਲਕੁਲ ਜੀ। ਅਤੇ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ ਫੂਡ ਡੋਨੇਸ਼ਨ ਡਰਾਈਵ ਦਾ ਸਮਝਣਾ ਤਾਂ ਬੜਾ ਸੌਖਾ ਹੈ ਕਿ ਜੇ ਲੰਗਰ ਦੇ ਉਹ ਫਾਊਂਡਰ ਨੇ ਜੀ, ਅਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਅਤੇ ਗੁਰੂ ਅਮਰਦਾਸ ਜੀ ਨੇ ਉਹਨੂੰ ਅੱਗੇ ਵਧਾਇਆ ਜੀ ਜੀ, ਅਤੇ ਉਹਨਾਂ ਨੂੰ ਪ੍ਰੋਪਰ ਜਿਹੜੀ ਸ਼ੇਪ ਦਿੱਤੀ, ਤਾਂ ਅਸਲ ਦੇ ਵਿੱਚ ਜਿਹੜੀ ਫੂਡ ਡੋਨੇਸ਼ਨ ਜਾਂ ਗੁਰਦੁਆਰਿਆਂ 'ਚ ਵੀ ਅਸੀਂ ਦੇਖਦੇ ਹਾਂ ਕਿ ਮੈਂ ਟਾਰਨਟ ਕਮੇਟੀ 'ਚ ਰਿਹਾ ਕਾਫੀ ਸਾਲ, ਕਿ ਫੂਡ ਦਾ ਢੇਰਾਂ ਦੇ ਢੇਰ ਲੱਗ ਜਾਂਦੇ ਅਤੇ ਕਈ ਕਈ ਟਨ ਫੂਡ ਜਿਹੜਾ ਗੁਰਦੁਆਰੇ ਮੰਦਰ ਸੁੱਟਦੇ ਨੇ ਅਕਸਰ ਜੀ, ਉਹ ਗੁਰਦੁਆਰਾ ਸਾਹਿਬ ਵਾਲੇ ਮਨਾ ਕਰਦੇ ਹੁੰਦੇ ਆ ਵੀ ਹੁਣ ਜਿਹੜਾ ਵਾ ਤੁਸੀਂ ਬੇਨਤੀ ਆ ਸੰਗਤਾਂ ਦੇ ਅੱਗੇ ਕਿ ਆਟੇ ਦੀਆਂ ਬੋਰੀਆਂ ਨਾ ਲਿਆਓ, ਤੇ ਜਾਂ ਕਿਉਂਕਿ ਸਾਡੇ ਕੋਲ ਆਲਰੇਡੀ ਬਹੁਤ ਹੋ ਚੁੱਕਿਆ, ਬਿਲਕੁਲ ਵਾਕਈ ਇਹ ਗੱਲ ਸੱਚਾਈ ਹੈ ਜੀ। ਅਤੇ ਮੰਦਰ ਦੇ ਵਿੱਚ ਤਾਂ ਹੋਰ ਵੀ ਵੱਡੀ ਪ੍ਰੋਬਲਮ ਹੈ ਕਿ ਲੋਕ, ਕਿਉਂਕਿ ਤੁਹਾਨੂੰ ਪਤਾ ਹੈ ਕਿ ਹਿੰਦੂ ਧਰਮ ਦੇ ਵਿੱਚ ਸੈਟਰਡੇ ਵਾਲੇ ਦਿਨ ਕਾਲੀ ਚੀਜ਼ ਦਾਨ ਕਰਦੇ ਆ, ਤੇ ਨਾਲੇ ਸਰੋਂ ਦਾ ਤੇਲ ਦਾਨ ਕਰਦੇ ਆ, ਤੇ ਹੁਣ ਸਰੋਂ ਦਾ ਤੇਲ ਕੁਕਿੰਗ ਹੁੰਦੀ ਨਹੀਂ, ਉਹ ਇੱਥੇ ਇੰਨਾ ਜ਼ਿਆਦਾ ਇਕੱਠਾ ਹੋਇਆ ਹੋਇਆ, ਬੇਸਿਕਲੀ ਤਾਂ ਲੋਕ ਗੁਰਦੁਆਰਿਆਂ 'ਚ ਵੀ ਮਾਂ ਦੀ ਦਾਲ ਜ਼ਿਆਦਾ ਚੜ੍ਹਾਉਂਦੇ, ਦੁੱਧ ਹੋ ਜਾਂਦਾ ਹੋਣਾ ਜੀ ਉੱਥੇ, ਹਾਂਜੀ ਜੀ ਜੀ, ਨਹੀਂ ਗੁਰਦੁਆਰਿਆਂ 'ਚ ਵੀ ਚਾਹੇ ਜਿੰਨਾ ਮਰਜ਼ੀ ਅਸੀਂ ਕਹਿ ਲਈਏ ਕਿ ਅਸੀਂ ਜਿਹੜੇ ਵਹਿਮ ਭਰਮ ਤੋਂ ਦੂਰ ਹੈ, ਪਰ ਗੁਰਦੁਆਰਿਆਂ 'ਚ ਤੁਸੀਂ ਜੇ ਜਾ ਕੇ ਦੇਖ ਲਓ ਤੇ ਮਾਂ ਦੀ ਦਾਲ ਸਭ ਤੋਂ ਵੱਧ ਡੋਨੇਟ ਹੁੰਦੀ ਹੈ, ਕਿਉਂਕਿ ਕਾਲੇ ਰੰਗ ਦੀ ਹੈ। ਜ਼ਰੂਰ ਇਹਦੇ ਬਾਰੇ ਨਾ ਮੈਂ ਜ਼ਰੂਰ ਕਹਿਣਾ ਚਾਹੂੰਗਾ ਸਿੱਧੂ ਸਾਹਿਬ। ਅਸਲ ਦੇ ਵਿੱਚ ਨਾ ਇੱਕ ਸਾਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਲੰਗਰ ਦੇ ਵਿੱਚ ਤਾਂ ਛਕਣਾ ਜ਼ਰੂਰ ਆ, ਪਰ ਤੁਸੀਂ ਉਹਦੇ ਵਿੱਚ ਹਿੱਸਾ ਜ਼ਰੂਰ ਪਾਉਣਾ। ਹਾਂਜੀ, ਸੋ ਤੁਸੀਂ ਇਹ ਵੇਖੋਗੇ ਕਿ ਭਾਵੇਂ ਕੋਈ ਸਟੂਡੈਂਟ ਆ, ਭਾਵੇਂ ਕੋਈ ਪਰਮਾਨੈਂਟ ਆ, ਉਹ ਆਟੇ ਦਾ ਬੁਰਾ ਉੱਥੋਂ ਫੜ ਲੈਂਦਾ, ਹਾਂਜੀ ਬਿਲਕੁਲ, ਮੈਂ ਲੰਗਰ ਛਕਣਾ ਹੈ, ਐਟਲੀਸਟ ਮੈਂ ਆਪਣੇ ਨੂੰ ਕੋਈ ਨਾ ਕੋਈ ਦਾਨ ਪਾਵਾਂ ਜੀ। ਇਹ ਇੱਕ ਅੰਦਰ ਹੀ ਹੈ ਜੀ, ਇਹ ਗੁਰੂ ਨਾਨਕ ਸਾਹਿਬ ਦੇ 10 ਰੁਪਈਏ ਆ ਜੀ, ਜਿਹੜੇ ਤੱਕ ਚੱਲਦੇ ਆ ਰਹੇ ਜੀ। ਹਾਂਜੀ, ਬੇਸਿਕਲੀ ਇਹ ਜੋ ਹੈ ਬੂਟਾ ਤਾਂ ਜੀ ਗੁਰੂ ਨਾਨਕ ਦੇਵ ਜੀ ਨੇ ਲਗਾਇਆ, ਅਤੇ ਪਰ ਜੋ ਸਾਰੇ ਸਟੂਡੈਂਟਸ ਹੈ ਚਾਹੇ ਕੋਈ ਸੈਟਲਡ ਕਮਿਊਨਿਟੀ ਹੈ, ਜੇ ਉਹ ਕੰਟਰੀਬਿਊਟ
ਤੇ ਹਰ ਕੋਈ ਉਸਦੇ ਚ ਕੰਟਰੀਬਿਊਟ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਬੇਸਿਕਲੀ ਸੋਸ਼ਲ ਐਕਸਪੈਰੀਮੈਂਟ ਇਹ ਹੁੰਦਾ ਕਿ ਤੁਸੀਂ ਇੱਕ ਸੋਸ਼ਲ ਪ੍ਰੋਬਲਮ ਦੇਖੀ ਕਿ ਗੁਰਦੁਆਰਿਆਂ ਤੇ ਮੰਦਰਾਂ ਦੇ ਵਿੱਚ ਫੂਡ ਜਿਹੜਾ ਇੰਨਾ ਕੁ ਜ਼ਿਆਦਾ ਇਕੱਠਾ ਹੁੰਦਾ ਜਿੰਨੀ ਸਾਨੂੰ ਲੋੜ ਨਹੀਂ ਹੈ। ਤੇ ਬੇਸਿਕਲੀ ਜੋ ਮੈਂ ਤੇ ਸਾਡੀ ਜੋ ਟੀਮ ਅਸੀਂ ਕੀ ਸਟਾਰਟ ਕੀਤਾ ਕਿ ਇਹ ਜੋ ਹੈ ਫੂਡ ਇਹਨੂੰ ਕਿਤੇ ਯੂਜ਼ ਕੀਤਾ ਜਾ ਸਕਦਾ। ਤੇ ਅਸੀਂ ਫਿਰ ਕਾਫੀ ਸਾਲ ਪਹਿਲਾਂ ਕੰਟੈਕਟ ਕਰਨਾ ਸ਼ੁਰੂ ਕੀਤਾ ਏਜੰਸੀਜ਼ ਨੂੰ, ਤੇ ਹੁਣ ਜਾ ਕੇ ਇੰਨਾ ਕੁ ਸਾਡਾ ਪ੍ਰੋਸੈਸ ਰਿਫਾਈਨ ਹੋ ਗਿਆ ਕਿ ਸਾਡੇ ਕੋਲ 3 ਏਜੰਸੀਜ਼ ਹੈ ਜਿਨ੍ਹਾਂ ਦੇ ਥਰੂ ਅਸੀਂ ਕੰਮ ਕਰਦੇ ਹਾਂ। ਜੀ ਜੀ, ਸਿਟੀ ਦੇ ਵਿੱਚ ਹੈ ਸੇਂਟ ਮੈਰੀਜ਼ ਹਾਊਸ ਆਫ ਵੈਲਕਮ। ਜੀ, ਇਹ ਬੇਸਿਕਲੀ ਹੋਮਲੈਸ ਜਿਹੜੇ ਲੋਕ ਨੇ ਇਹਨਾਂ ਨੂੰ ਹਰ ਰੋਜ਼ ਇਹ ਸਵੇਰੇ ਬ੍ਰੇਕਫਾਸਟ ਅਤੇ ਸ਼ਾਮ ਨੂੰ ਜਿਹੜਾ ਵੈ ਫੂਡ ਉਹ ਪ੍ਰੋਵਾਈਡ ਕਰਦੇ, ਅਤੇ ਇੱਥੇ ਲੋਕ ਲਾਈਨ ਲਗਾ ਕੇ ਅਤੇ ਸੂਪ ਅਤੇ ਜਿਹੜਾ ਵੈ ਇਹ ਆਪਣਾ ਜੋ ਬ੍ਰੈਡ ਹੈ ਇਹ ਲੈਂਦੇ ਆ। ਜੀ, ਅਤੇ ਇੱਥੋਂ ਜੇ ਕੋਈ ਸੁਣ ਰਿਹਾ ਇਹਨਾਂ ਨੂੰ ਜੇ ਡੋਨੇਟ ਕਰਨਾ ਚਾਹੁੰਦੇ ਤੁਸੀਂ ਡਾਇਰੈਕਟਲੀ ਜਾ ਕੇ ਵੀ ਸੇਂਟ ਮੇਰੀਜ਼ ਹਾਊਸ ਆਫ ਵੈਲਕਮ ਤੁਸੀਂ ਇੰਟਰਨੈਟ 'ਤੇ ਲੱਭ ਸਕਦੇ ਬ੍ਰੰਸਵਿਕ 'ਚ, ਉੱਥੇ ਜਾ ਕੇ ਤੁਸੀਂ ਕੁਛ ਵੀ ਡੋਨੇਟ ਕਰ ਸਕਦੇ। ਜੀ ਜੀ, ਅਸੀਂ ਇਹਨਾਂ ਦੇ ਨਾਲ ਕੰਮ ਕਰਦੇ ਹਾਂ ਫਾਰਮਲੀ। ਜੀ, ਅਤੇ ਇਸ ਤੋਂ ਇਲਾਵਾ ਵਾਈਟ ਲਾਈਨ ਏਜੰਸੀ ਹੈ ਜੋ ਕਿ 30 ਸਾਲਾਂ ਤੋਂ ਪਿਛਲੇ ਹੋਮਲੈਸ ਜਿਹੜੇ ਯੂਥ ਹੈ ਉਹਨਾਂ ਦੇ ਲਈ ਸਪੋਰਟ ਦਾ ਕੰਮ ਕਰਦੀ ਹੈ, ਉਹਨਾਂ ਨਾਲ ਕੰਮ ਕਰ ਰਹੇ ਹਾਂ। ਜੀ, ਅਤੇ ਤੀਸਰਾ ਅਸਾਇਲਮ ਸੀਕਰ ਰਿਸੋਰਸ ਸੈਂਟਰ ਹੈ ਕਿ ਉਹ ਜਿਹੜੀਆਂ ਫੈਮਿਲੀਜ਼ ਨੇ ਜਿਹੜੀਆਂ ਕਿ ਇੱਥੇ ਰਿਫਿਊਜੀ ਤਾਂ ਆ ਗਏ ਆ, ਗਵਰਨਮੈਂਟ ਇਹਨਾਂ ਨੂੰ ਕੁਛ ਸਹੂਲਤਾਂ ਦੇ ਦਿੱਤੀ ਹੈ, ਪਰ ਉਹਨਾਂ ਕੋਲ ਫੂਡ ਦੀ ਬੇਸਿਕਲੀ ਕਮੀ ਹੁੰਦੀ ਹੈ ਤੇ ਅਸੀਂ ਇਹਨਾਂ ਨੂੰ ਦਿੰਦੇ ਹਾਂ। ਜੀ ਜੀ, ਹੁਣ ਅਸੀਂ ਆਈਏ ਕਿ ਜਿਹੜਾ ਸਾਡਾ ਤੁਹਾਡਾ ਕੁਐਸਚਨ ਸੀ ਕਿ ਗੁਰੂ ਨਾਨਕ ਫੂਡ ਡੋਨੇਸ਼ਨ ਡਰਾਈਵ। ਜੀ ਜੀ, ਪਹਿਲਾਂ ਮੈਂ ਛੋਟੇ ਛੋਟੇ ਐਕਸਪੈਰੀਮੈਂਟਸ ਕਰਕੇ ਦੇਖੇ ਸਾਡੇ। ਇਹਦੇ ਤੋਂ ਪਹਿਲਾਂ ਮੈਂ ਜ਼ਰੂਰ ਕਹੂੰਗਾ ਜੀ, ਕਿਉਂਕਿ ਇਹ ਗੱਲਾਂ ਬਾਤਾਂ ਜਿਹੜੀਆਂ ਆਪਣੀਆਂ ਕਾਫੀ ਲੰਬੀਆਂ, ਮੈਨੂੰ ਲੱਗਦਾ ਕਿ ਛੋਟੀ ਜਿਹੀ ਬ੍ਰੇਕ ਲੈ ਲਈਏ, ਕਿਉਂਕਿ ਇਹ ਜਿਹੜਾ ਪ੍ਰੋਜੈਕਟ ਆ ਇਹ ਵਾਕਈ ਬਹੁਤ ਅਹਿਮ ਹੋ ਜਾਂਦਾ। ਮੈਂ ਚਾਹੁੰਗਾ ਕਿ ਇਹਦੇ ਬਾਰੇ ਖੁੱਲ੍ਹ ਕੇ ਡਿਸਕਸ਼ਨ ਹੋਵੇ, ਤੁਹਾਡੀ ਪੂਰੀ ਦੀ ਪੂਰੀ ਤੁਸੀਂ ਗੱਲਬਾਤ ਰੱਖੋ। ਉਹਨਾਂ ਗੁਰੂ ਸਾਹਿਬ ਦੇ ਨਾਂ ਤੋਂ ਸ਼ੁਰੂ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਜਿਹੜੀ ਇਹ ਫਾਊਂਡੇਸ਼ਨ ਆ ਜੀ, ਸੋ ਫੂਡ ਡੋਨੇਸ਼ਨ ਜੋ ਇਹ ਕਰ ਰਹੇ ਨੇ, ਸੋ ਉਹ ਕੀ ਆ, ਕਿਉਂ ਇਹ ਕੰਸੈਪਟ, ਜਿਵੇਂ ਇਹਨਾਂ ਨੇ ਪਿਛਲੀ ਵਾਰੀ ਸਾਨੂੰ ਕਲੀਅਰ ਕੀਤਾ ਕਿ ਬੜਾ ਅੱਛਾ ਕੰਸੈਪਟ ਆ, ਇਸ ਇਹ ਸੀਗਾ ਕਾਰਨ ਬਣੇ ਕਿ ਇਹ ਵਾਲਾ ਕੰਸੈਪਟ ਇੱਥੇ ਲੈ ਕੇ ਆਇਆ, ਸੋ ਇਹਦੇ ਵਿੱਚ ਕੀ ਕਰ ਰਹੇ ਨੇ, ਕਿੱਥੇ ਕਿੱਥੇ ਅਸੀਂ ਵੀ ਯੋਗਦਾਨ ਪਾ ਸਕਦੇ ਹਾਂ, ਸਾਡੇ ਸੁਣਨ ਵਾਲੇ ਸਰੋਤੇ ਕਿੱਥੇ ਯੋਗਦਾਨ ਪਾ ਸਕਦੇ ਆ, ਸੋ ਸਾਰਾ ਆਪਾਂ ਇਹਨਾਂ ਕੋਲ ਜਾਣਦੇ ਹਾਂ ਜੀ। ਸੋ ਸਿੱਧੂ ਸਾਹਿਬ, ਤੁਹਾਡਾ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਧੰਨਵਾਦ ਤੁਹਾਡਾ ਟਾਈਮ ਦੇਣ ਲਈ ਮੈਨੂੰ। ਜੀ, ਨਹੀਂ ਨਹੀਂ, ਸ਼ੁਕਰੀਆ ਜੀ, ਸਗੋਂ ਧੰਨਵਾਦ ਤੁਹਾਡਾ ਜੀ ਟਾਈਮ ਦੇਣ ਲਈ। ਸੋ ਆਪਣੀ ਗੱਲਬਾਤ ਚੱਲ ਰਹੀ ਸੀ ਜੀ ਗੁਰੂ ਨਾਨਕ ਫੂਡ ਡੋਨੇਸ਼ਨ ਦੇ ਬਾਰੇ। ਹਾਂਜੀ, ਬਿਲਕੁਲ। ਸੋ ਇਹਦੇ ਬਾਰੇ ਜ਼ਰੂਰ ਹੁਣ ਤੁਸੀਂ ਸ਼ੁਰੂਆਤ ਤੋਂ ਜੀ ਜ਼ਰਾ ਚੰਗੀ ਤਰ੍ਹਾਂ ਸਮਝਾਓ ਕਿ ਇਹ ਕੰਸੈਪਟ ਤੁਸੀਂ ਕਲੀਅਰ ਕੀਤਾ ਕਿ ਬੜਾ ਵਧੀਆ ਕੰਸੈਪਟ ਆ, ਹੁਣ ਆਪਾਂ ਕਰਦੇ ਹਾਂ ਕਿ ਇਹ ਗਰਾਊਂਡ ਲੈਵਲ ਦੇ ਉੱਤੇ ਇਹ ਕੀ ਕੰਮ ਹੋ ਰਹੇ ਨੇ। ਹਾਂਜੀ, ਬਿਲਕੁਲ ਜੀ। ਜੀ, ਜਿਸ ਤਰ੍ਹਾਂ ਕਿ ਤੁਸੀਂ ਕਈ ਵਾਰੀ ਕਈ ਕੰਮ ਕਰਨਾ ਚਾਹੁੰਦੇ ਹੋ, ਜਿਵੇਂ ਆਪਾਂ ਵਿਸਾਖੀ ਮੇਲੇ ਦੀ ਵੀ ਗੱਲ ਕੀਤੀ ਹੈ, ਤਾਂ ਉਹ ਪਲੈਨਿੰਗ ਐਗਜੀਕਿਊਸ਼ਨ ਅਤੇ ਉਹਨੂੰ ਐਕਚੁਅਲ ਕਿੱਦਾਂ ਕਰਨਾ ਉਹਦੀ ਕਮੀ ਹੋਣ ਕਰਕੇ ਬਹੁਤ ਸਾਰੇ ਲੋਕ ਕਰਨਾ ਚਾਹੁੰਦੇ ਕੰਮ ਤੇ ਹੋ ਨਹੀਂ ਪਾਉਂਦੇ, ਤੇ ਇਸ ਲਈ ਮੈਂ ਕਿਹਾ ਸੀ ਵਿੰਡਮ ਦੀਵਾਲੀ ਨੂੰ ਤੁਸੀਂ ਜਾ ਕੇ ਦੇਖੋ ਜੋ ਵੀ ਵੱਡੇ ਇਵੈਂਟ ਸਾਡੇ ਪੰਜਾਬੀ ਕਮਿਊਨਿਟੀ ਕਰਨਾ ਚਾਹੁੰਦੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਐਗਜੀਕਿਊਟ ਕੀਤਾ। ਇਸੇ ਤਰ੍ਹਾਂ ਹੀ ਫੂਡ ਡੋਨੇਸ਼ਨ ਡਰਾਈਵ ਜੋ ਹੈ ਇਹ ਪਿਛਲੇ ਸਾਲ ਵੀ ਮੈਂ ਕਾਫੀ ਲੋਕਾਂ ਨਾਲ ਗੱਲ ਕੀਤਾ ਸੀ, ਮੈਂ ਨਾਮ ਨਹੀਂ ਉਹਨਾਂ ਦਾ ਲਊਂਗਾ, ਤੇ ਪਰ ਇਹ ਪਿਛਲੇ ਸਾਲ ਹੋ ਨਹੀਂ ਸੀ ਸਕਿਆ, ਤੇ ਇਸ ਸਾਲ ਦੇ ਮਿਡ ਦੇ ਵਿੱਚ ਮੈਨੂੰ ਸੋਸ਼ਲ ਮੀਡੀਆ ਦੇ ਉੱਪਰ ਮੈਂ ਇੱਕ ਛੋਟੀ ਜਿਹੀ ਕੰਪੇਨ ਚਲਾਈ ਤੇ ਉਹ ਬੜੀ ਸਕਸੈਸਫੁਲ ਹੋਈ, ਤੇ ਅਸੀਂ ਫਿਰ 18 ਅਕਤੂਬਰ ਨੂੰ ਰੌਕ ਬੈਂਕ ਜੋ ਸ਼੍ਰੀ ਦੁਰਗਾ ਟੈਂਪਲ ਹੈ ਉਹਨਾਂ ਦੇ ਪ੍ਰੈਜੀਡੈਂਟ ਦਾ ਮੈਨੂੰ ਫੋਨ ਆਇਆ, 18 ਅਕਤੂਬਰ ਤੋਂ ਪਹਿਲਾਂ ਉਹਨਾਂ ਨੂੰ ਕਾਫੀ ਦੇਰ ਪਹਿਲਾਂ ਆਇਆ ਮੈਨੂੰ ਫੋਨ ਆਇਆ ਕਿ ਤੁਸੀਂ ਫੂਡ ਡੋਨੇਸ਼ਨ ਡਰਾਈਵ ਮੈਂ ਤੁਹਾਡੀ ਦੇਖੀ ਹੈ ਅਤੇ ਇਹ ਤੁਸੀਂ ਮੰਦਰ ਤੋਂ ਕਿਉਂ ਨਹੀਂ ਕਰਦੇ, ਜੀ ਜੀ ਵੀ ਇਹ ਗੁਰਦੁਆਰਾ ਮੰਦਰ ਤੋਂ ਅਸੀਂ ਵਾਰੀ ਵਾਰੀ ਜੇ ਕਰਨਾ ਸ਼ੁਰੂ ਕਰ ਦਈਏ। ਜੀ, ਅਤੇ ਇਹ ਇਸ ਤੋਂ ਪਹਿਲਾਂ ਅਸੀਂ 17 ਸਪਟੰਬਰ ਨੂੰ ਪੁਆਇੰਟ ਕੋ ਕਮਿਊਨਿਟੀ ਸੈਂਟਰ ਦਾ ਨਾ ਰੂਮ ਹਾਇਰ ਕਰਕੇ ਅਤੇ ਐਡਵਰਟਾਈਜ਼ ਕਰ ਦਿੱਤਾ ਸੀ ਲੋਕਾਂ ਨੂੰ ਵੀ ਜੇ ਤੁਸੀਂ ਡੋਨੇਟ ਕਰਨਾ ਚਾਹੁੰਦੇ ਤਾਂ ਉੱਥੇ ਸਮਾਨ ਲਿਆਓ। ਜੀ, ਅਤੇ ਉਹਦੇ ਵਿੱਚ ਤਕਰੀਬਨ 40 ਦੇ ਕਰੀਬ ਲੋਕ ਫੂਡ ਲੈ ਕੇ ਆਏ ਸੀ ਅਤੇ ਤਕਰੀਬਨ $2,250 ਦਾ ਸਮਾਨ ਜਿਹੜਾ ਸੀ ਉਹ ਇਕੱਠਾ ਹੋ ਗਿਆ ਸੀ। ਅਤੇ ਕਿਉਂਕਿ ਮੈਂ ਅਕਾਊਂਟਿੰਗ ਦਾ ਲੈਕਚਰ ਵੀ ਹੋਣ ਕਰਕੇ ਅਤੇ ਮੈਨੂੰ ਜਿਹੜੀ ਅਕਾਊਂਟੇਬਿਲਿਟੀ ਅਤੇ ਉਹਦਾ ਵੀ ਪਤਾ ਕਿ ਜੇ ਤੁਸੀਂ ਫੂਡ ਆਪਣੇ ਘਰ ਲੈ ਗਏ ਤਾਂ ਲੋਕਾਂ ਨੇ ਕਹਿਣਾ ਕਿ ਇਹ ਤਾਂ ਆਪ ਹੀ ਖਾਈ ਜਾਂਦੇ ਆ, ਅਤੇ ਅਸੀਂ ਉਹਨੂੰ ਇੰਡੀਪੈਂਡੈਂਟਲੀ ਰੱਖਦੇ ਹਾਂ, ਉਹਦੇ 'ਚ ਕੀ ਕਰਦੇ ਹਾਂ ਕਿ ਏਜੰਸੀ ਨੂੰ ਉੱਥੇ ਹੀ ਬੁਲਾ ਲੈਂਦੇ ਹਾਂ ਤਾਂ ਜੋ ਉਸੇ ਵੇਲੇ ਲੋਕਾਂ ਦੇ ਸਾਹਮਣੇ ਕਾਊਂਟ ਹੋ ਕੇ ਅੱਛਾ ਜੀ ਅਤੇ ਉਸੇ ਵੇਲੇ ਹੀ ਉਹ ਚਲੇ ਜਾਏ ਸਮਾਨ। ਜੀ, ਬਹੁਤ ਵਧੀਆ, ਉਹਦੀਆਂ ਫੋਟੋਆਂ ਖਿੱਚ ਲੈਂਦੇ ਹਾਂ ਤਾਂ ਜੋ ਕੋਈ ਕੱਲ੍ਹ ਨੂੰ ਕੋਈ ਬਲੇਮ ਗੇਮ ਸਟਾਰਟ ਨਾ ਹੋਵੇ। ਜੀ ਜੀ, ਅਤੇ ਉਹ ਉੱਥੋਂ ਮੈਨੂੰ ਆਈਡੀਆ ਲੱਗਿਆ ਕਿ ਜੇ ਅਸੀਂ ਛੋਟੀ ਜਿਹੀ ਫੇਸਬੁੱਕ ਦੀ ਪੋਸਟ ਇੰਨਾ ਕੁ ਜ਼ਿਆਦਾ ਲੋਕਾਂ ਨੂੰ ਮੋਟੀਵੇਟ ਕਰ ਸਕਦੀ ਹੈ ਅਤੇ ਅਸੀਂ ਕਰੀਏ ਪਹਿਲਾਂ ਮੰਦਰ ਵਿੱਚ ਕਰਕੇ ਦੇਖੀਏ। ਉਹ ਮੰਦਰ ਦਾ ਆਈਡੀਆ ਬੇਸਿਕਲੀ ਮੈਨੂੰ ਉਹਨਾਂ ਦੇ ਜੋ ਪ੍ਰੈਜ਼ੀਡੈਂਟ ਨੇ ਕੁਲਵੰਤ ਜੋਸ਼ੀ ਜੀ ਉਹਨਾਂ ਤੋਂ ਫੋਨ ਆਇਆ ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਕਿਉਂ ਨਹੀਂ ਅਸੀਂ ਕਰਦੇ ਹਾਂ, ਅਤੇ ਉਹ ਦੁਸਹਿਰੇ ਦੇ ਨਾਲ ਲਿੰਕ ਕਰਕੇ ਅਸੀਂ 18 ਅਕਤੂਬਰ ਨੂੰ ਸੰਡੇ ਨੂੰ ਉੱਥੇ ਇਹ ਪ੍ਰੋਗਰਾਮ ਕੀਤਾ ਅਤੇ ਉਹਦੇ ਵਿੱਚ ਤਕਰੀਬਨ ਅਸੀਂ ਜਿਹੜੀ ਕੋਸਟਿੰਗ ਕੀਤੀ ਸੀ ਉਹਦੀ ਮਿਨੀਮਮ ਤੋਂ ਮਿਨੀਮਮ ਕੋਸਟ ਲਗਾ ਕੇ ਵੀ $3,000 ਤੱਕ ਤੋਂ ਵੱਧ ਸਮਾਨ ਇੱਕ ਦਿਨ 'ਚ ਇਕੱਠਾ ਹੋਇਆ। ਜੀ ਜੀ,
ਅਤੇ ਬੇਸਿਕਲੀ ਜਿਹੜਾ ਟੋਟਲ ਦੀ ਕੁਆਂਟਿਟੀ ਦੇਖੀ ਜਾਈਏ ਤਾਂ ਹਾਫ ਟਨ ਦੇ ਕਰੀਬ ਫੂਡ ਇਕੱਠਾ ਹੋ ਗਿਆ ਸੀ। ਇਸ ਲਈ ਹਾਫ ਟਨ ਜਿਹੜਾ ਫੂਡ ਆ ਓਬਵੀਅਸਲੀ ਉਹ $3,000 ਤੋਂ ਜ਼ਿਆਦਾ ਹੀ ਹੋਏਗਾ। ਬਿਲਕੁਲ ਜੀ, ਬਿਲਕੁਲ ਜੀ। ਹਾਂਜੀ, ਅਤੇ ਉਹ ਉੱਥੋਂ ਫਿਰ ਮੈਨੂੰ ਜਿਹੜਾ ਪਹਿਲਾਂ ਹੀ ਮੇਰੇ ਦਿਮਾਗ 'ਚ ਬੜੀ ਦੇਰ ਤੋਂ ਆਈਡੀਆ ਚੱਲ ਰਹੇ ਸੀ ਵੀ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਮਿਸ਼ਨ ਹੈ ਉਹਦੇ ਅੰਡਰ ਇੱਕ ਐਸੀ ਫੂਡ ਡੋਨੇਸ਼ਨ ਡਰਾਈਵ ਚਲਾਈ ਜਾਏ ਕਿ ਪੂਰੇ ਸਟੇਟ ਦੇ ਵਿੱਚ ਲੋਕਾਂ ਨੂੰ ਪਤਾ ਚੱਲੇ ਕਿ ਅਸੀਂ ਕੀ ਕਰ ਰਹੇ ਹਾਂ। ਜੀ, ਇੱਕ ਹੋਰ ਵੀ ਆਈਡੀਆ ਹੈ ਫਿਊਚਰ ਦੇ ਵਿੱਚ, ਉਹਦੇ ਲਈ ਵੀ ਸਾਨੂੰ ਟੀਮ ਚਾਹੀਦੀ ਹੈ। ਅਤੇ ਜੇ ਜੋ ਲੋਕ ਸੁਣ ਰਹੇ ਨੇ, ਜੇ ਕੋਈ ਇੰਟਰਸਟਿਡ ਪਾਰਟੀਸਪੇਟ ਕਰਨਾ ਚਾਹੁੰਦੇ, ਮੈਨੂੰ ਕੁੰਡੇ ਕਿ ਅਸੀਂ ਇੱਕ ਜੋ ਫਿਊਚਰ 'ਚ ਇੱਕ ਦਿਨ ਪਿੱਕ ਕਰਕੇ, ਚਾਹੇ ਵਿਸਾਖੀ ਹੈ ਚਾਹੇ ਗੁਰੂ ਸਾਹਿਬ ਦਾ ਗੁਰਪੁਰਬ ਹੈ, ਕਿ ਲੰਗਰ ਸਾਰੀ ਸਟੇਟ 'ਚ ਅਗਰ ਇੱਕ ਦਿਨ ਲਗਾਇਆ ਜਾਵੇ ਤਾਂ ਉਹਦਾ ਵੀ ਬਹੁਤ ਜ਼ਿਆਦਾ ਇੰਪੈਕਟ ਪਏਗਾ। ਲੰਗਰ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਦਾਲ ਫੁਲਕਾ ਹੀ ਕਰਨਾ, ਤੁਸੀਂ ਬੇਕਰੀਜ਼ ਨੂੰ ਕੰਟੈਕਟ ਕਰਕੇ ਬਿਸਕਿਟਸ ਬਣਵਾ ਕੇ ਉਹਦੇ ਪੈਕਟ ਬਣਵਾ ਕੇ ਦੇ ਸਕਦੇ ਹੋ, ਹੋਰ ਵੀ ਕਾਫੀ ਕੁਛ ਹੋ ਸਕਦਾ। ਉਹ ਬੇਸਿਕਲੀ ਟੀਮ ਵਰਕ ਹੈ, ਬਹੁਤ ਵੱਡਾ ਕੰਮ ਹੈ। ਇਹ ਹੁਣ ਸੋਸ਼ਲ ਮੀਡੀਆ ਨੂੰ ਮੈਂ ਯੂਜ਼ ਕਰ ਰਿਹਾ ਸੋਸ਼ਲ ਚੇਂਜ ਲਿਆਉਣ ਲਈ, ਇਹ ਬੜਾ ਸਿੰਪਲ ਕੰਮ ਹੈ। ਜੀ ਜੀ। ਅੱਛਾ ਜੀ, ਹੁਣ ਇਹ ਹੋਏਗਾ ਕਿਸ ਤਰ੍ਹਾਂ? 22 ਨਵੰਬਰ ਤੋਂ ਲੈ ਕੇ 29 ਨਵੰਬਰ ਅਸੀਂ ਇਹ ਕਹਿ ਰਹੇ ਹਾਂ ਵੀ ਸੰਡੇ ਟੂ ਸੰਡੇ ਡੋਨੇਟ ਕਰੋ ਤੁਸੀਂ। ਜੀ ਜੀ ਜੀ। ਸੰਡੇ, ਇਸ ਸੰਡੇ ਤੋਂ ਲੈ ਕੇ ਅਗਲੇ ਸੰਡੇ ਤੱਕ। ਜੀ। ਹੁਣ ਇੱਕ ਤਾਂ ਇਹ ਤਾਂ ਹੋ ਗਈ ਕਿ ਡੇਟ ਕੀ ਹੈਗੀ ਹੈ। ਜੀ। ਹੁਣ ਇਹਦੇ ਵਿੱਚ ਤੁਸੀਂ ਪਾਰਟੀਸਪੇਟ ਕਿੱਦਾਂ ਕਰ ਸਕਦੇ ਹੋ? ਜੀ ਜੀ। ਜੇਕਰ ਤੁਸੀਂ ਡੋਨੇਸ਼ਨ, ਸਭ ਤੋਂ ਪਹਿਲਾਂ ਤਾਂ ਮੈਂ ਦੱਸੂਗਾ ਕਿ ਸਾਡਾ ਇੱਕ ਪੇਜ ਹੈ ਫੇਸਬੁੱਕ 'ਤੇ, ਲੈਟਸ ਫੀਡ। ਜੀ। ਉਹ LETS ਸਪੇਸ ਫੀਡ, FEED ਫੀਡ, ਉਹਨੂੰ ਤੁਸੀਂ ਕਰ ਲਓ ਜੁਆਇਨ। ਹਾਂਜੀ, ਜੁਆਇਨ ਕਰ ਲਓ, ਅਤੇ ਕਿਉਂਕਿ ਉਹਦੇ 'ਤੇ ਮੈਂ ਸਾਰੀਆਂ ਪੋਸਟ ਪਾਉਂਦਾ ਰਹਿਣਾ, ਅਤੇ ਹੋਰ ਵੀ ਸੋਸਾਇਟੀ 'ਚ ਕਈ ਵਾਰੀ ਬੜੀਆਂ ਪ੍ਰੋਬਲਮਸ ਆ ਜਾਂਦੀਆਂ ਅਤੇ ਉਹ ਉੱਥੋਂ ਦੀ ਫਿਰ ਜਿਹੜੇ ਲੋਕ ਰਿਸਪੋਂਡ ਕਰਦੇ ਤਾਂ ਕਾਫੀ ਸਾਰਾ ਡੋਨੇਸ਼ਨ ਜਿਹੜੀ ਇਕੱਠੀ ਹੋ ਜਾਂਦੀ ਹੈ। ਜੀ। ਅਤੇ ਇਸ ਤੋਂ ਇਲਾਵਾ ਫੇਸਬੁੱਕ ਇੱਕ ਗਰੁੱਪ ਵੀ ਹੈ, ਉਹਦੇ 'ਚ ਜਿਹੜਾ ਲੈਟਸ ਹੈ ਉਹ ਲੈਟਸ ਦੇ ਵਿੱਚ ਉੱਪਰ ਪੋਸਟ ਆਫ ਕੋਮਾ ਪੈਂਦਾ, LET ਕੋਮਾ ਅਤੇ S ਫੀਡ। ਅਤੇ ਇਹਦੇ ਵਿੱਚ ਮੈਂ ਪਹਿਲੀ ਸਟੇਜ ਉੱਪਰ ਅਸੀਂ ਇੱਕ ਬਣਾਇਆ ਹੈ ਕਿ ਫੂਡ ਬੈਂਕਸ ਦਾ ਜਿਹੜਾ ਸ਼ਡਿਊਲ ਬਣਾਇਆ ਹੈ ਕਿ ਕਿਹੜੀ ਕਿਹੜੀ ਜਗ੍ਹਾ ਫੂਡ ਕਲੈਕਟ ਹੋਏਗਾ। ਹੁਣ ਇਹਦੇ ਵਿੱਚ ਤੁਸੀਂ ਸ਼੍ਰੀ ਦੁਰਗਾ ਟੈਂਪਲ ਰੌਕ ਬੈਂਕ, ਉੱਥੇ ਤੁਸੀਂ ਡੋਨੇਟ ਕਰ ਸਕਦੇ ਹੋ ਫੂਡ 22 ਨਵੰਬਰ ਤੋਂ ਲੈ ਕੇ ਜਿਹੜਾ ਅਗਲਾ ਜਿਹੜਾ ਸੈਟਰਡੇ ਆਉਣਾ, ਸੰਡੇ ਆਉਣਾ 29 ਨਵੰਬਰ ਤੱਕ। ਜਾਂ ਤੁਸੀਂ ਤਾਰਨਟ ਗੁਰਦੁਆਰਾ ਸਾਹਿਬ ਹੈ ਉੱਥੇ ਕਰ ਸਕਦੇ ਹੋ, ਜਾਂ ਪਲਮਟਨ ਗੁਰਦੁਆਰਾ ਸਾਹਿਬ ਹੈ, ਗੁਰਦਰਸ਼ਨ ਸਿੰਘ ਜੀ ਨਾਲ ਮੇਰੀ ਗੱਲ ਹੋਈ ਹੈ, ਉਹਨਾਂ ਨੇ ਆਲਰੇਡੀ ਅਨਾਊਂਸਮੈਂਟਸ ਕਰਨੇ ਸ਼ੁਰੂ ਕਰਤੀਆਂ, ਉੱਥੇ ਕਰ ਸਕਦੇ ਹੋ। ਹੁਣ ਇਸ ਜਿਹੜੀ ਫੂਡ ਡੋਨੇਸ਼ਨ ਡਰਾਈਵ ਦੀ ਸਟਰੈਂਥ ਇਹ ਹੈ ਕਿ ਚਾਹੇ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਫਾਊਂਡਰ ਨੇ, ਪਰ ਇੱਕ ਹਿੰਦੂ ਟੈਂਪਲ ਅਤੇ ਗੁਰਦੁਆਰੇ ਅਤੇ ਇੱਕ ਮੁਸਲਮਾਨ ਔਰਗਨਾਈਜ਼, ਇਸਲਾਮਿਕ ਕਮਿਊਨਿਟੀ ਦੀ ਔਰਗਨਾਈਜੇਸ਼ਨ ਮਿਲ ਕੇ ਵੀ ਇਸ ਫੂਡ ਨੇਸ਼ਨ ਡਰਾਈਵ 'ਚ ਪਾਰਟੀਸਪੇਟ ਕਰ ਰਹੇ ਨੇ। ਬਿਲਕੁਲ ਜੀ, ਇੱਕ ਮਲਟੀਕਲਚਰਲ ਜਿਹੜਾ ਬਣ ਰਿਹਾ ਜੇ ਆਪਾਂ ਕਲਚਰਲ ਦੀ ਗੱਲ ਕਰੀਏ, ਸੋ ਵਾਕਈ ਸਾਂਝੀਵਾਲਤਾ ਦਾ ਉਪਦੇਸ਼ ਹੈ ਜੀ, ਇਹੋ ਗੁਰੂ ਨਾਨਕ ਸਾਹਿਬ ਨੇ ਦਿੱਤਾ। ਹਾਂਜੀ, ਬਿਲਕੁਲ ਜੀ। ਅਤੇ ਪਾਕਿਸਤਾਨੀ ਕਮਿਊਨਿਟੀ ਦੀ ਔਰਗਨਾਈਜੇਸ਼ਨ ਹੈ, ਉਹਨਾਂ ਦਾ ਨਾਮ ਸੋਹਣੀ ਧਰਤੀ, ਅਤੇ ਉਹਨਾਂ ਦੇ ਜੋ ਔਰਗਨਾਈਜ਼ਰਸ ਨੇ ਉਹਨਾਂ ਨੂੰ ਵੀ ਮੈਂ ਜੋ ਰਿਕੁਐਸਟ ਕੀਤੀ ਤਾਂ ਉਹਨਾਂ ਦਾ ਵੀ ਰਿਸਪੋਂਸ ਇਹੀ ਆਇਆ ਕਿ ਅਸੀਂ ਵੀ ਇਸ ਫੂਡ ਡੋਨੇਸ਼ਨ ਡਰਾਈਵ 'ਚ ਪਾਰਟੀਸਪੇਟ ਕਰਾਂਗੇ। ਅਤੇ ਵਿਲੀਅਮਸ ਲੈਂਡਿੰਗ ਸ਼ੋਪਿੰਗ ਸੈਂਟਰ 'ਚ ਉਹਨਾਂ ਦਾ ਸੋਹਣੀ ਧਰਤੀ ਤੁਸੀਂ ਇੰਟਰਨੈਟ 'ਤੇ ਜੇ ਚੈੱਕ ਕਰੋ ਉੱਥੇ ਹੈ। ਹੁਣ ਮੇਰੇ ਹਿਸਾਬ ਨਾਲ ਇਹ ਚਾਰ ਜਗ੍ਹਾ ਜਿਹੜੀਆਂ ਪ੍ਰੋਮੀਨੈਂਟ ਲੋਕੇਸ਼ਨਸ ਹੋ ਗਈਆਂ, ਤਾਰਨਟ ਗੁਰਦੁਆਰਾ ਸਾਹਿਬ ਹੈ, ਪਲਮਟਨ ਗੁਰਦੁਆਰਾ ਸਾਹਿਬ ਹੈ, ਜਾਂ ਸ਼੍ਰੀ ਦੁਰਗਾ ਟੈਂਪਲ ਹੈ, ਰੌਕ ਬੈਂਕ ਮੰਦਰ ਹੈ, ਜਾਂ ਸੋਹਣੀ ਧਰਤੀ ਜਿਹੜੀ ਔਰਗਨਾਈਜੇਸ਼ਨ ਹੈ, ਗੂਗਲ 'ਤੇ ਤੁਹਾਨੂੰ ਉਹਨਾਂ ਦਾ ਐਡਰੈਸ ਮਿਲ ਜਾਣਾ। ਅਤੇ ਇਸ ਤੋਂ ਇਲਾਵਾ ਗਰੋਸਰੀਜ਼ ਜੋ ਹੋਪਰ ਕ੍ਰੋਸਿੰਗ ਦੇ ਵਿੱਚ ਇੰਡੀਅਨ ਗਰੋਸਰੀ ਸਟੋਰ ਹੈ, ਉਹਨਾਂ ਨੇ ਵੀ ਸਾਨੂੰ ਆਪਣੀ ਇੱਕ ਸ਼ੈਲਫ ਜਿਹੜੀ ਹੈ ਇਸ ਫੂਡ ਡੋਨੇਸ਼ਨ ਡਰਾਈਵ ਦੇ ਲਈ ਖਾਲੀ ਕਰਕੇ ਦੇ ਦਿੱਤੀ ਹੈ। ਜੀ ਜੀ। ਅਤੇ ਜੇ ਇਹਨਾਂ ਪੰਜੋ ਏਰੀਆ ਦੇ ਵਿੱਚ ਤੁਸੀਂ ਨਹੀਂ ਰਹਿੰਦੇ ਜਾਂ ਤੁਸੀਂ ਇੱਥੇ ਨਹੀਂ ਰਹਿੰਦੇ, ਕਿਉਂਕਿ ਕਈ ਵਾਰੀ ਸਾਨੂੰ ਫੂਡ ਡੋਨੇਸ਼ਨ ਡਰਾਈਵ 'ਚ ਲੋਕ ਹੈਮਪਟਨ ਪਾਰਕ ਜਾਂ ਸਾਊਥ ਈਸਟ ਤੋਂ ਵੀ ਕਾਲਸ ਆਉਂਦੀਆਂ, ਉਹਦਾ ਵੀ ਬੜਾ ਸਿੰਪਲ ਸਲਿਊਸ਼ਨ ਹੈ। ਤੁਸੀਂ ਆਪਣੇ ਘਰ ਜਾਂ ਆਪਣੇ ਦੋਸਤ ਮਿੱਤਰ ਜਾਂ ਆਂਢੀ ਗੁਆਂਢੀ ਜੋ ਵੀ ਤੁਹਾਨੂੰ ਜਾਣਦੇ ਜੋ ਇਸ 'ਚ ਫੂਡ ਡੋਨੇਸ਼ਨ ਡਰਾਈਵ ਪਾਰਟੀਸਪੇਟ ਕਰਨਾ ਚਾਹੁੰਦੇ ਆ, ਤੁਸੀਂ ਫੂਡ ਇੱਕ ਜਗ੍ਹਾ ਇਕੱਠਾ ਕਰ ਲਓ, ਤਾਂ ਤੁਹਾਡੇ ਕੋਲ ਵਲੰਟੀਅਰਸ ਦਾ ਸ਼ਡਿਊਲ ਹੈ, ਉਹ ਮੈਨੂੰ ਤੁਸੀਂ ਐਡਰੈਸ ਜਿਹੜਾ ਵਾ ਈਮੇਲ ਕਰ ਦਿਓ ਅਤੇ ਉਹ ਫੂਡ ਕਲੈਕਟ ਹੋ ਜਾਏਗਾ ਉਸ। ਬਿਲਕੁਲ ਜੀ। ਹੁਣ ਫਿਰ ਆਪਾਂ ਸਿੱਧ ਸਾਹਿਬ ਪਹਿਲਾਂ ਤਾਂ ਈਮੇਲ ਐਡਰੈਸ ਦੇ ਨਾਲ ਨਾਲ ਜੁੜਦਾ ਜੁੜਦਾ ਜੀ ਹੋ ਜਾਏ। ਹਾਂਜੀ, ਬਿਲਕੁਲ ਜੀ। ਮੇਰਾ ਜੋ ਨਾਮ ਨਾਲ ਈਮੇਲ ਸਟਾਰਟ ਹੁੰਦੀ, ਪਰ ਪਹਿਲਾਂ ਸਿੱਧੂ ਲੱਗਦਾ, sidhu.jaswinder@hotmail.com। ਜੀ। SIDHU ਡੋਟ ਜਸਵਿੰਦਰ, ਜਸਵਿੰਦਰ ਦੇ ਵਿੱਚ ਵੀ ਲੱਗਦਾ ਹੈ, ਡਬਲਯੂ ਨਹੀਂ। ਓਕੇ। JASVIANDER@hotmail.com। ਜਾਂ sidhu.jaswinder, ਜਸਵਿੰਦਰ ਦੇ ਵਿੱਚ ਜੀ ਡਬਲਯੂ ਨਹੀਂ ਹੈ ਜੀ, ਵੀ ਹੈ ਜੀ, ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜੀ। ਜੀ ਹਾਂਜੀ। ਅਤੇ ਉਹ @hotmail.com ਤੁਸੀਂ, ਜਾਂ ਇਸ ਤੋਂ ਇਲਾਵਾ ਮੈਨੂੰ ਫੇਸਬੁੱਕ 'ਤੇ ਵੀ ਮੈਸੇਜ ਭੇਜ ਸਕਦੇ ਹੋ। ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਓਪਰੇਸ਼ਨਲੀ ਜਿਹੜਾ ਵੈ ਇਹ ਪ੍ਰੋਜੈਕਟ ਬੜਾ ਸਿੰਪਲ ਬਣ ਗਿਆ ਕਿ ਆਹ 5-6 ਲੋਕੇਸ਼ਨਸ ਨੇ ਜਿੱਥੇ ਕਿ ਤੁਸੀਂ ਡੋਨੇਟ ਕਰ ਸਕਦੇ ਹੋ। ਅਤੇ ਹੁਣ ਕੁਸਚਨ ਆਉਂਦਾ ਹੈ ਕਿ ਸਭ ਨੇ ਜੋ ਦਾਲ ਆਟਾ ਅਤੇ ਸਰ੍ਹੋਂ ਦਾ ਤੇਲ ਨਹੀਂ ਲੈ ਕੇ ਆਉਣਾ, ਕਿਉਂਕਿ ਅਸੀਂ ਕੀ ਕੀਤਾ, ਏਜੰਸੀਜ਼ ਨੂੰ ਪੁੱਛਿਆ ਕਿ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ। ਏਜੰਸੀਜ਼ ਨੇ ਫਿਰ ਜਿਹੜੀ ਸਾਨੂੰ ਲਿਸਟ ਦਿੱਤੀ ਹੈ
ਉਹ ਲਿਸਟ ਨੂੰ ਅਸੀਂ ਮਰਜ ਕਰ ਦਿੱਤਾ ਤੇ ਉਹ ਮਰਜ ਕਰਕੇ ਜਿਹੜਾ ਸਮਾਨ ਜਿਹੜਾ ਆਇਆ ਸਾਹਮਣੇ ਉਹ ਮੈਂ ਤੁਹਾਨੂੰ ਬਰੀਫਲੀ ਦੱਸ ਦਿੰਦਾ। ਪਰ ਜਿੱਦਾਂ ਮੈਂ ਕਿਹਾ ਕਿ ਜਿਹੜਾ ਫੇਸਬੁੱਕ ਪੇਜ ਹੈ ਉਹ ਅਗਰ ਤੁਸੀਂ ਲਾਈਕ ਕਰ ਲਓਗੇ ਤਾਂ ਉੱਥੇ ਤੁਹਾਨੂੰ ਅਪਡੇਟ ਆਉਂਦੇ ਰਹਿਣਗੇ। ਪਰ ਤੁਸੀਂ ਰੇਡੀਓ ਹਾਂਜੀ ਤੋਂ ਵੀ ਸਾਡੀ ਉਹ ਜਿਹੜੀ ਗੁਰੂ ਨਾਨਕ ਗੁਰੂ ਸਾਹਿਬ ਦੀ ਜਿਹੜਾ ਅਸੀਂ ਫੂਡ ਡੋਨੇਸ਼ਨ ਡਰਾਈਵ ਰਨ ਕਰਾਂਗੇ ਨਾ, ਉਹਨੂੰ ਤੁਸੀਂ ਸ਼ੇਅਰ ਜਦੋਂ ਕਰੋਗੇ ਤਾਂ ਉਹਦੇ ਵਿੱਚ ਇੱਕ ਤਾਂ ਇਹ ਹੋਏਗਾ ਕਿ ਕਿਹੜੀ ਕਿਹੜੀ ਆਈਟਮ ਜਿਹੜੀਆਂ ਨੇ ਡੋਨੇਟ ਕਰਨੀਆਂ, ਬਾਕੀ ਇਹ ਵੀ ਹੋਏਗਾ ਵੀ ਕਿੱਥੇ ਕਿੱਥੇ ਤੇ ਕਿਹੜੇ ਕਿਹੜੇ ਦਿਨ ਡੋਨੇਟ ਕਰਨੀਆਂ। ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਕਿ ਅੱਜ ਗਰੋਸਰੀਜ਼ ਜੋ 5x4 428 ਓਲਡ ਜਲੋਂਗ ਰੋਡ ਤੇ ਹੋਪਰ ਕਰੋਸਿੰਗ ਚ ਸ਼ੋਪ ਹੈ ਗਰੋਸਰੀਜ਼ ਦੀ, ਕਾਫੀ ਵੱਡੀ ਜੈਹੋ ਰੈਸਟੋਰੈਂਟ ਦੇ ਨਾਲ ਉੱਥੇ ਹਰ ਮੰਗਲਵਾਰ ਹਰ ਪਹਿਲੇ ਤੇ ਤੀਸਰੇ ਮੰਗਲਵਾਰ ਨੂੰ ਫੂਡ ਕਲੈਕਟ ਹੁੰਦਾ ਹੈ ਜੀ ਜੀ। ਤੇ ਉਹ ਜਿਹੜਾ ਫੂਡ ਹੈ ਉਹ 6 to 9 ਤੋਂ 3 ਘੰਟੇ ਦੇ ਪੀਰੀਅਡ ਚ ਉਹਨਾਂ ਨੇ ਆਪਣਾ ਐਲੋਕੇਟ ਕੀਤਾ, ਉਹ ਕਲੈਕਟ ਕਰਦੇ ਨੇ। ਉਹ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਫੂਡ ਕਲੈਕਟ ਕਰਕੇ ਰਿਕਾਰਡ ਬਣਾ ਕੇ ਏਜੰਸੀਜ ਨਾਲ ਦੇ ਨਾਲ ਮਹੀਨੇ ਦੇ ਮਹੀਨੇ ਨੂੰ ਪਿੱਕ ਕਰ ਲੈਂਦੀਆਂ। ਇਹਦੇ ਵਿੱਚ ਦੀ ਏਜੰਸੀਜ਼ ਵੱਲੋਂ ਸਾਨੂੰ ਕਿਹਾ ਕਿ ਜੋ ਮੇਨਲੀ ਹੋਮਲੈਸ ਜਾਂ ਦੂਸਰੀਆਂ ਏਜੰਸੀਜ਼ ਕੰਮ ਕਰਦੀਆਂ ਫੈਮਿਲੀਜ਼ ਦੇ ਨਾਲ, ਚਾਵਲ ਨੇ ਇਹ 'ਚ ਜੀ, ਦਾਲਾਂ ਵੀ ਕਿਸੇ ਤਰ੍ਹਾਂ ਦੀਆਂ, ਪਾਸਤਾ ਸੌਸ ਹੈ, ਕੁਕਿੰਗ ਆਇਲ ਹੈ, ਲੌਂਗ ਲਾਈਫ ਮਿਲਕ ਹੈ, ਫਰੈਸ਼ ਮਿਲਕ ਨਹੀਂ ਅਸੀਂ ਡੋਨੇਟ ਕਰ ਸਕਦੇ, ਹਾਂਜੀ, ਚੀਨੀ ਹੈ, ਟੀ ਅਤੇ ਕੌਫੀ ਹੈ, ਨਟਸ ਨੇ, ਨੂਡਲਸ ਨੇ, ਕੁਇਕ ਨੂਡਲਸ ਜੇ ਕਈ ਵਾਰੀ ਹੋਮਲੈਸ ਜੋ ਯੂਥ ਹੈ ਉਹ ਜਿਹੜੇ ਆਪਣੇ 2 ਮਿੰਟਸ ਨੂਡਲਸ ਨੇ ਉਹ ਗਰਮ ਪਾਣੀ ਪਾ ਕੇ ਕਿਤੇ ਵੀ ਉਹਨਾਂ ਨੂੰ ਮਿਲਦਾ ਤਾਂ ਉਹ ਖਾ ਸਕਦੇ ਨੇ ਜੀ ਜੀ। ਅਤੇ ਜੂਸ ਦੇ ਬੋਕਸਿਸ ਨੇ, ਪਾਣੀ ਦੀਆਂ ਬੋਤਲਾਂ ਵੀ ਨੇ, ਇਹ ਵੀ ਅਗੇਨ ਹੋਮਲੈਸ ਜਿਹੜਾ ਵੈ ਇਹਦੇ 'ਚ ਪਾਣੀ ਦਾ ਬੜਾ ਵੱਡਾ ਰੋਲ ਹੈ ਕਿ ਏਜੰਸੀ ਉਹ ਪਾਣੀ ਨੂੰ ਫਰੀਜ਼ ਕਰ ਦਿੰਦੀਆਂ ਜੀ, ਤੇ ਜਦੋਂ ਉਹਨਾਂ ਨੂੰ ਕਿਤੇ ਹੋਮਲੈਸ ਕੋਈ ਮਿਲਦਾ ਉਹਨੂੰ 4-5 ਬੋਟਲ ਤੋਂ ਫਰੀਜ਼ ਕਰਕੇ ਦੇ ਦਿੰਦੇ, ਕਿਉਂਕਿ ਗਰਮੀ ਜਦੋਂ ਇੱਥੇ ਜ਼ਿਆਦਾ ਹੁੰਦੀ ਹੈ ਤੇ ਡੀਹਾਈਡਰੇਸ਼ਨ ਦੇ ਨਾਲ ਜਿਹੜਾ ਵੈ ਉਹਦੀ ਜਾਨ ਦਾ ਜਿਹੜਾ ਖਤਰਾ ਜ਼ਿਆਦਾ ਹੁੰਦਾ, ਤੇ ਪਾਣੀ ਜਿਹੜਾ ਵੈ ਉਹ ਬਹੁਤ ਇੰਪੋਰਟੈਂਟ ਰੋਲ ਉਦੋਂ ਪਲੇ ਕਰਦਾ। ਤੇ ਇਸ ਲਈ ਪਾਣੀ ਦੀ ਬੋਟਲ ਦੀ ਡੋਨੇਸ਼ਨ ਵੀ ਜਿਹੜੀ ਹੈ ਉਹ ਬਹੁਤ ਵੱਡਾ ਦਾਨ ਹੈ ਜੀ। ਤੇ ਇਸ ਤੋਂ ਇਲਾਵਾ ਮਿਊਸਲੀ ਬਾਜ਼ ਨੇ, ਕੈਂਡ ਬੀਨਸ ਤੇ ਕੈਂਡ ਸੂਪ ਨੇ, ਤੇ ਇਹ ਅਗੇਨ ਜਦੋਂ ਜਿਹੜਾ ਹੋਮਲੈਸ ਹੈ ਜੋ ਉਹ ਕੈਂਡ ਜਿਹੜਾ ਜੂਸ ਹੈ ਉਹ ਖੋਲ ਕੇ ਉਸੇ ਵੇਲੇ ਪੀ ਸਕਦਾ, ਤੇ ਅਗੇਨ ਜੇ ਉਹਦੀ ਭੁੱਖਾ ਰਹਿਣਾ ਜਾਂ ਭੁੱਖ ਦੇ ਕਾਰਨ ਉਹਨੂੰ ਕੋਈ ਬਿਮਾਰੀ ਲੱਗਣੀ ਜਾਂ ਅਗੇਨ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀ ਡੈਥ ਹੋ ਜਾਂਦੀਆਂ ਨੇ ਬਾਹਰ, ਕਿਉਂਕਿ ਉਹ ਹੋਮਲੈਸ ਜੋ ਨੇ ਮੇਨ ਸਟ੍ਰੀਮ ਸੋਸਾਇਟੀ ਦਾ ਪਾਰਟ ਨਾ ਹੋਣ ਕਰਕੇ ਉਹਨਾਂ ਬਾਰੇ ਨਾ ਤਾਂ ਕੋਈ ਅਖਬਾਰ ਜ਼ਿਆਦਾ ਲਿਖਦੇ ਨੇ, ਨਾ ਉਹ ਸੋਸਾਇਟੀ 'ਚ ਨਿਊਜ਼ ਆਉਂਦੀਆਂ ਨੇ, ਹੈ ਨਾ, ਨਾ ਤਾਂ ਉਹਨਾਂ ਦੀ ਫੇਸਬੁੱਕ ਹੈ ਕਿ ਕੋਈ ਪਾ ਦੇਗਾ ਕਿ ਇਹ ਰੈਸਟ ਇਨ ਪੀਸ ਦੇ ਬੰਦੇ ਦੀ ਡੈਥ ਹੋ ਗਈ ਹੈ, ਤੇ ਕਿਉਂਕਿ ਅਸੀਂ ਏਜੰਸੀ ਨਾਲ ਕੰਮ ਕਰਦੇ ਤਾਂ ਸਾਨੂੰ ਇਹ ਪ੍ਰੋਬਲਮਸ ਦਿਖਦੀਆਂ। ਇਸ ਤੋਂ ਇਲਾਵਾ ਜਿਹੜਾ ਟੋਇਲਟਰੀ ਦਾ ਸਮਾਨ ਹੈ ਜਿੱਥੇ ਕਿ ਟੁੱਥਪੇਸਟ, ਟੁੱਥਬਰੱਸ਼, ਸੋਪ ਅਤੇ ਟੋਇਲਟ ਪੇਪਰ ਵਗੈਰਾ, ਇਹ ਵੀ ਜਿਹੜੇ ਨੇ ਏਜੰਸੀ ਰਿਕੁਐਸਟ, ਹਾਂਜੀ, ਏਜੰਸੀ ਰਿਕੁਐਸਟ ਕਰਦੀਆਂ। ਅਤੇ ਕਈ ਵਾਰੀ ਜਿਹੜੀਆਂ ਯੰਗ ਮਦਰਸ ਨੇ ਜਾਂ ਫੈਮਿਲੀਜ਼ ਜਿਹੜੀਆਂ ਪ੍ਰੋਬਲਮ ਫੇਸ ਕਰ ਰਹੀਆਂ ਹੁੰਦੀਆਂ ਉਹਨਾਂ ਡਿਸਪੋਜ਼ੇਬਲ ਨੈਪੀਜ਼ ਜਿਹੜੇ ਉਹਨਾਂ ਦੀ ਵੀ ਲੋੜ ਪੈਂਦੀ ਹੈ, ਅਤੇ ਇਹਦੇ 'ਚ ਕਿਉਂਕਿ ਫੈਮਿਲੀ ਵਾਲੇ ਵਿਕਟਮਸ ਵੀ ਆ ਜਾਂਦੇ ਨੇ, ਡਿਸਪੋਜ਼ੇਬਲ ਨੈਪੀਜ਼ ਦੀ ਉੱਥੇ ਵੀ ਲੋੜ ਪੈਂਦੀ ਹੈ। ਹਾਂਜੀ, ਇਹ ਜਿਹੜੀਆਂ ਆਈਟਮਸ ਨੇ ਜਿਹੜਾ ਗੁਰੂ ਨਾਨਕ ਫੂਡ ਡੋਨੇਸ਼ਨ ਡਰਾਈਵ ਚੱਲ ਰਿਹਾ ਉਹਦਾ ਮੈਂ ਇੱਕ ਇਮੇਜ ਬਣਾ ਕੇ, ਅਤੇ ਦੋ ਹੋਣਗੀਆਂ ਇਮੇਜਸ, ਇੱਕ ਤਾਂ ਆਈਟਮਸ ਕਿਹੜੀਆਂ ਕਿਹੜੀਆਂ ਚਾਹੀਦੀਆਂ, ਦੂਸਰਾ ਡੋਨੇਸ਼ਨ ਕਿੱਥੇ ਕਰਨੀ ਹੈ ਅਤੇ ਕਦੋਂ ਕਰਨੀ ਹੈ। ਇਹ ਦੀਵਾਲੀ ਕਰਕੇ ਅਸੀਂ ਹਲੇ ਨਹੀਂ ਪਾਈ, ਕਿਉਂਕਿ ਦੀਵਾਲੀ 'ਚ ਪਾਵਾਂਗੇ ਤਾਂ ਲੋਕਾਂ ਦੇ ਹੋਰ ਬੜੇ ਮੈਸੇਜ ਆਉਣੇ ਤਾਂ ਇਹ ਮੈਸੇਜ ਲੋਸਟ ਹੋ ਜਾਣਾ। ਦੀਵਾਲੀ ਤੋਂ ਬਾਅਦ ਇਹ ਕੈਂਪੇਨ ਅਸੀਂ ਸਟਾਰਟ ਕਰ ਦੇਣੀ। ਬਿਲਕੁਲ ਜੀ, ਦੀਵਾਲੀ ਤਾਂ ਬੜੀਆਂ ਚੀਜ਼ਾਂ ਵਧੀਆਂ ਵੀ ਆਪਾਂ ਨੂੰ ਮਿਲ ਜਾਣੀਆਂ ਘਰਾਂ ਦੇ ਵਿੱਚ, ਬਹੁਤ ਫੂਡ ਆ ਜਾਣਾ, ਹਾਂਜੀ ਹਾਂਜੀ, ਉਦੋਂ ਵਾਕਈ ਡਰਾਈਵ ਨੂੰ ਜਿਹੜਾ ਆ ਬਹੁਤ ਵਧੀਆ ਇੱਕ ਹੰਗਾਰਾ ਮਿਲ ਸਕਦਾ। ਹਾਂਜੀ, ਬਸ ਇੱਥੇ ਇੱਕ ਚੀਜ਼ ਹੋਰ ਹੈ ਕਿ ਅਸੀਂ ਇਹ ਹੈ ਕਿ ਜੋ ਅਸਲ 'ਚ ਡੋਨੇਸ਼ਨ ਹੈ ਅਤੇ ਲੰਗਰ ਹੈ ਉਸ ਨੂੰ ਉਹੀ ਚੀਜ਼ ਡੋਨੇਟ ਕਰਨੀ ਹੈ ਜੋ ਅਸੀਂ ਆਪ ਖਾ ਸਕਦੇ ਹਾਂ, ਕਿਉਂਕਿ ਕਈ ਵਾਰੀ ਮੈਨੂੰ ਇਹ ਵੀ ਫੋਨ ਆਉਂਦਾ ਕਿ ਅਸੀਂ ਸਾਡੇ ਘਰ ਇੰਨੀ ਐਕਸਟਰਾ ਬ੍ਰੈਡ ਪਈ ਹੈ ਅਤੇ ਉਹ ਡੋਨੇਟ ਕਰ ਦਈਏ, ਜਾਂ ਮੈਂ ਕੱਲ੍ਹ ਸਟਾਲ ਲਗਾਇਆ ਸੀ ਕਿਸੇ ਫੈਸਟੀਵਲ 'ਤੇ, ਉੱਥੇ ਬੜਾ ਫੂਡ ਬਚ ਗਿਆ। ਅਤੇ ਬੇਸਿਕਲੀ ਅਸੀਂ ਜਿਹੜਾ ਸਾਡਾ ਡੋਨੇਸ਼ਨ ਅਤੇ ਜਿਹੜਾ ਉਹਦਾ ਮੰਤਵ ਹੈ ਉਸ ਨੂੰ ਅਸੀਂ ਡਿਲਿਊਟ ਨਹੀਂ ਹੋਣ ਦਿੰਦੇ, ਅਸੀਂ ਆਪਣੇ ਜਿਹੜੀ ਭਾਵਨਾ ਨੂੰ ਡੀਗ੍ਰੇਡ ਨਹੀਂ ਹੋਣ ਦਿੰਦੇ। ਜੋ ਲੰਗਰ ਅਸੀਂ ਸੰਗਤ ਨੂੰ ਦਿੰਦੇ ਹਾਂ ਜਾਂ ਜੋ ਲੰਗਰ ਅਸੀਂ ਤੁਸੀਂ ਖੁਦ ਛਕੋਗੇ ਆਪਣੇ ਬੱਚਿਆਂ ਨੂੰ ਦਿਓਗੇ, ਅਸੀਂ ਉਹੀ ਡੋਨੇਟ ਕਰਦੇ ਹਾਂ, ਉਹੀ ਡੋਨੇਸ਼ਨ ਐਕਸੈਪਟ ਕਰਦੇ ਹਾਂ। ਨਾਲੇ ਇੱਕ ਇਹ ਵੀ ਇੱਥੇ ਜ਼ਰੂਰ ਕਹਿਣਾ ਚਾਹਾਂਗੇ ਜਸਵਿੰਦਰ ਸਿੰਘ ਜੀ, ਵੀ ਅਸਲ ਦੇ ਵਿੱਚ ਇਹ ਜਿਨ੍ਹਾਂ ਲਈ ਜਾ ਰਿਹਾ ਵਾ ਉਹ ਇੱਕ ਕਮਿਊਨਿਟੀ ਕੁਛ ਹੋਰ ਸਾਡੇ ਨਾਲ ਕੁਛ ਵੱਖਰਾ ਵੀ ਖਾਂਦੇ, ਹਾਂਜੀ, ਹੈ ਨਾ, ਇਹ ਚੀਜ਼ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਪੈਣਾ। ਵੈਸੇ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੁੰਦੀਆਂ, ਜੇ ਬੀਨਸ ਦੀ ਗੱਲ ਕਰੀਏ ਜਾਂ ਪਾਸਤਾ ਹੋ ਗਿਆ ਜਾਂ ਇਹ ਚੀਜ਼ਾਂ ਕੋਈ ਜ਼ਿਆਦੀਆਂ ਨਹੀਂ ਹੈਗੀਆਂ, ਸਿਰਫ ਇਹ ਹੁੰਦਾ ਕਿ ਤੁਹਾਡੀ ਇੱਕ ਭਾਵਨਾ ਵੀ ਬਣੀ ਰਹਿ ਜਾਂਦੀ ਹੈ। ਬਿਲਕੁਲ ਜੀ, ਅਤੇ ਇੱਕ ਜਿਹੜਾ ਕੁਕਡ ਫੂਡ ਆ, ਵੈਸੇ ਵੀ ਇਹ ਏਜੰਸੀਜ਼ ਜਿਹੜੀਆਂ ਅਵੋਇਡ ਕਰਦੀਆਂ ਨੇ ਕੁਕਡ ਫੂਡ ਲੈਣਾ ਜੀ। ਹਾਂਜੀ, ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਸਾਰਿਆਂ ਦੇ ਭੁਲੇਖਾ ਕਿਸੇ ਨੂੰ ਰਹਿ ਨਾ ਜਾਵੇ ਜੀ ਜੀ, ਇਹ ਜਿੰਨੀ ਵੀ ਫੂਡ ਡੋਨੇਸ਼ਨ ਹੈ ਇਹ ਸਾਰੀ ਬੇਸਿਕਲੀ ਨੋਨ ਪੈਰਿਸ਼ੇਬਲ ਫੂਡ ਹੈ ਜਿਨ੍ਹਾਂ ਦੀ ਲੌਂਗ ਲਾਈਫ ਹੈ। ਲੌਂਗ ਲਾਈਫ ਚਾਹੇ ਉਹਨਾਂ ਦੀ ਕੁਛ ਮਹੀਨੇ ਹੈ ਚਾਹੇ ਕੁਛ ਦਿਨਾਂ ਦੀ ਹੈ, ਅਸੀਂ ਪੈਰਿਸ਼ੇਬਲ ਫੂਡ ਤਾਂ ਬਿਲਕੁਲ ਨਹੀਂ ਨਾ ਲੈ ਸਕਦੇ। ਉਹ 'ਚ ਤਾਂ ਤੁਹਾਨੂੰ ਪਤਾ ਹੈ ਕਿ ਹੈਲਥ ਦੀ ਇੰਨੀ ਰੈਗੂਲੇਸ਼ਨ ਹੈ ਕਿ ਤੁਸੀਂ ਅਗਰ ਇੱਕ ਜਗ੍ਹਾ ਦੂਸਰੀ ਜਗ੍ਹਾ ਟਰਾਂਸਪੋਰਟ ਕਰਨਾ ਤਾਂ ਉਹਦੇ ਤੁਹਾਨੂੰ ਫਰੀਜ਼ਰ ਚਾਹੀਦੇ ਨੇ ਅਤੇ ਹੋਰ ਬੜੇ ਫੂਡ ਹੈਂਡਲਿੰਗ ਦੇ ਇਸ਼ੂਜ਼ ਨੇ, ਇਸ ਲਈ ਉਹ ਸਾਰੇ ਇਸ਼ੂਜ਼ 'ਚ ਅਸੀਂ ਨਿਕਲ ਚੁੱਕੇ ਹਾਂ ਬੇਸਿਕਲੀ ਕਈ ਸਾਲਾਂ 'ਚ, ਅਤੇ ਹੁਣ ਇੰਨੀ ਕੁ ਰਿਫਾਈਨਮੈਂਟ ਸਾਨੂੰ
ਬੀਨਸ ਹੈ ਉਹ ਜਦੋਂ ਤੁਸੀਂ ਕਿਤੇ ਵੀ ਖੋਲ ਕੇ ਖਾ ਸਕਦੇ ਹੋ, ਉਹ ਕੁਕਡ ਫੂਡ ਦੇ ਤਰ੍ਹਾਂ ਹੀ ਹੈ ਇੱਕ ਤਰ੍ਹਾਂ। ਜੀ 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 ਹਾਂਜੀ ਜੀ ਨਹੀਂ, ਵੈਸੇ ਵੀ ਆਪਾਂ ਜੇ ਜਦੋਂ ਦਾਨ ਕਰ ਰਹੇ ਹਾਂ ਤਾਂ ਐਟਲੀਸਟ ਇਹ ਨਾ ਵੇਖੀਏ ਕਿ ਸਾਡੇ ਕੋਲ ਕੀ ਵੱਧ ਗਿਆ ਵਾ, ਆਪਾਂ ਇਹ ਵੇਖੀਏ ਕਿ ਅਗਲੇ ਦੀ ਜਿਹਨੂੰ ਆਪਾਂ ਦਾਨ ਕਰਨਾ ਉਹਦੀ ਕੀ ਜ਼ਰੂਰਤ ਹੈ। ਅਸਲ ਵਿੱਚ ਇਹ ਗੱਲ ਲੰਗਰ ਅਸਲ 'ਚ ਉਹ ਹੈ ਕਿ ਤੁਸੀਂ ਲੋੜਵੰਦ ਦੇ ਨਹੀਂ ਲਗਾਉਣਾ, ਇਸ ਲਈ ਇਹ ਨਹੀਂ ਦੇਣਾ ਕਿ ਜੋ ਮੇਰੇ ਕੋਲ ਵੱਧ ਗਈ ਆ ਉਹ ਸੁੱਟਣ ਦੀ ਬਜਾਏ ਅਸੀਂ ਡੋਨੇਸ਼ਨ ਕਰ ਦਈਏ। ਉਹ ਬੇਸਿਕਲੀ ਮੈਂ ਤੁਹਾਨੂੰ ਬੜੀ ਅਗੇਨ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਕਦੇ ਕਦੇ ਇੱਕ ਜਾਂ ਦੋ ਬੰਦਿਆਂ ਨੇ ਤਾਂ ਇਹ ਕਿਹਾ, ਪਰ ਹੋਰ ਸੈਂਕੜੇ ਦੀ ਗਿਣਤੀ 'ਚ ਲੋਕ ਉਹੀ ਚੀਜ਼ ਡੋਨੇਟ ਕਰਦੇ ਨੇ ਜਿਹੜੀ ਕਿ ਉਹ ਆਪ ਖਾਂਦੇ ਜਾਂ ਉਹ ਨਵੀਂ ਖਰੀਦ ਕੇ ਲੈ ਕੇ ਆਉਂਦੇ ਨੇ। ਇੱਕ ਚੀਜ਼ ਮੈਂ ਹੋਰ ਕਹੂੰਗਾ ਕਿ ਅਸੀਂ ਇੱਕ ਚੀਜ਼ ਹੋਰ ਕੀਤੀ ਇਹਦੇ ਵਿੱਚ ਕਿ ਅਸੀਂ ਜਿਹੜਾ ਸਾਡਾ ਬੇਸਿਕ ਕਨਸੈਪਟ ਹੈ ਚਾਹੇ ਹਿੰਦੂਇਜ਼ਮ ਦਾ ਚਾਹੇ ਸਿੱਖਇਜ਼ਮ ਦਾ ਲੰਗਰ ਦਾ, ਹਾਲਾਂਕਿ ਉਹਦੇ 'ਚ ਵੀ ਬੜੀਆਂ ਲੋਕ ਬਹਿਸ ਕਰਦੇ ਨੇ ਕਿ ਮਾਸ ਖਾਣਾ ਹੈ ਕਿ ਨਹੀਂ ਹੈ, ਅਸੀਂ ਇਹਨੂੰ 100% ਪਿਓਰ ਵੈਜੀਟੇਰੀਅਨ ਰੱਖਿਆ। ਅਸੀਂ ਇਹਦੇ 'ਚ ਨਾ ਤਾਂ ਮੀਟ ਦੀ ਆਈਟਮਸ ਨੂੰ ਡੋਨੇਟ ਕਰਵਾਉਂਦੇ ਹਾਂ ਚਾਹੇ ਫਲੇਵਰ ਵਾਲੀ ਵੀ, ਨਾ ਸੀ ਫੂਡ ਜਾਂ ਐਗ, ਕਿਉਂਕਿ ਜੋ ਅਸਲੀ ਕਨਸੈਪਟ ਹੈ ਉਹ ਜੋ ਗੁਰਦੁਆਰੇ ਮੰਦਰਾਂ 'ਚ ਫੱਕਦਾ ਉਹੀ ਅਸੀਂ ਬਾਹਰ ਲੈ ਕੇ ਜਾਂਦੇ ਹਾਂ। ਹਾਲਾਂਕਿ ਸਾਡੀ ਕਮਿਊਨਿਟੀ ਮੀਟ ਖਾਂਦੀ ਹੈ ਤੇ ਲੋਕ ਕਈ ਵਾਰ ਇਹ ਵੀ ਕਹਿੰਦੇ ਕਿ ਸਿੱਖਇਜ਼ਮ 'ਚ ਮੀਟ ਹੈ ਨਹੀਂ ਹੈ, ਉਹ ਬਹਿਸ ਚੱਲ ਪੈਂਦੀ ਨਹੀਂ ਆਪਾਂ ਉਸ ਗੱਲ ਵੱਲ ਹੀ ਕਿਉਂ ਜਾਂਦੇ। ਹਾਂਜੀ ਬਹੁਤ ਵਧੀਆ ਤੁਸੀਂ ਗੱਲ ਹੈ, ਕਿਉਂਕਿ ਵੈਜੀਟੇਰੀਅਨ ਚੀਜ਼ਾਂ ਦੀ ਇਹਨਾਂ ਨੂੰ ਵੀ ਬੜੀ ਲੋੜ ਪੈਂਦੀ ਹੈ, ਇਹਨਾਂ ਨੂੰ ਵੈਜੀਟੇਬਲ ਆਪਾਂ ਨੂੰ ਖਾਣ ਨੂੰ ਦੇ ਲੈਣੀਆਂ ਚਾਹੀਦੀਆਂ, ਸੋ ਬਥੇਰਾ ਮੀਟ ਹੀ ਖਾਂਦੇ ਨੇ, ਠੀਕ ਹੈ, ਇਹਨਾਂ ਨੂੰ ਵੈਜੀਟੇਰੀਅਨ ਰੱਖਣਾ ਚਾਹੀਦਾ। ਸੋ ਇਸ ਨੋਟ ਦੇ ਉੱਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ ਇੱਕ ਹੋਰ ਸਾਡਾ ਬੜਾ ਇੱਕ ਅਹਿਮ ਪ੍ਰੋਜੈਕਟ ਆ ਜਿਹੜਾ ਡਾਕਟਰ ਸਾਹਿਬ ਜਾਂ ਸਿੱਧੂ ਸਾਹਿਬ ਜਿਹੜਾ ਰਨ ਕਰ ਰਹੇ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ, ਪਰ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ। ਤੁਸੀਂ ਜੁੜੇ ਰਹੋ ਅਤੇ ਸੁਣਦੇ ਰਹੋ ਤੁਹਾਡਾ ਆਪਣਾ ਰੇਡੀਓ, ਰੇਡੀਓ ਹਾਂਜੀ 1674 AM। ਕੁਐਸਚਨ ਲਿਖ ਲਓ ਤਿੰਨ ਚਾਰ ਨਾ, ਤੁਹਾਨੂੰ ਕੰਸਟਰਕਟਿਵ ਡਿਸਕਸ਼ਨ, ਤੁਸੀਂ ਦੱਸੋ ਵਾਟ ਤੁਹਾਡੇ ਦਿਮਾਗ 'ਚ ਕੀ ਆ ਰਿਹਾ। ਇੱਕ ਕੁਐਸਚਨ ਤਾਂ ਇਹ ਹੈ ਵੀ ਇਹ ਫੂਡ ਨੇਸ਼ਨ ਦਾ ਕੀ ਗੁਰੂ ਸਾਹਿਬ ਦੇ ਗੁਰਪੁਰਬ ਦਾ ਕੀ ਹੈ ਕਿ ਚਲਦੀ ਰਹੂਗੀ, ਇੱਕ ਤਾਂ ਇਹ ਕੁਐਸਚਨ ਹੈ, ਠੀਕ ਹੈ। ਫਿਰ ਹੈ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਜੋ ਹੋਮਲੈਸ ਨੇ ਇਹ ਕੌਣ ਨੇ, ਠੀਕ ਹੈ, ਕੋਈ ਇਹਨਾਂ ਦੇ ਬਾਰੇ ਤੁਹਾਨੂੰ ਪਤਾ। ਅਗਲਾ ਕੁਐਸਚਨ ਤੁਸੀਂ ਪੁੱਛ ਸਕਦੇ ਹੋ ਵੀ ਜਿਹੜਾ ਇਸ ਤੋਂ ਇਲਾਵਾ ਤੁਸੀਂ ਬ੍ਰੇਕਫਾਸਟ ਕਲੱਬ ਜਿਹੜਾ ਚਲਾਉਂਦੇ ਹੋ ਉਹਦੀ ਕੀ ਬੈਕਗਰਾਊਂਡ ਹੈ ਨਾ, ਉਹਦੇ ਬਾਰੇ ਪੁੱਛ ਸਕਦੇ ਹੋ। ਅਤੇ ਅਸੀਂ ਕੀ ਕਰਾਂਗੇ, ਡਬਲਯੂ ਪਾਵਰ ਦੀ ਇੰਟਰੋਡਕਸ਼ਨ ਜ਼ਰੂਰ ਦੇ ਦਿੰਦੇ ਲੋਕਾਂ ਨੂੰ ਕਿ ਅਗਲੀ ਵਾਰੀ ਡਿਸਕਸ ਕਰਾਂਗੇ, ਤੁਸੀਂ ਕਹਿ ਦਿਓ ਵੀ ਇੱਕ ਹੋਰ ਵੱਡਾ ਪ੍ਰੋਜੈਕਟ ਸੀਗਾ, ਇਹਦੀ ਡਿਸਕਸ਼ਨ ਅਗਲੀ ਵਾਰੀ ਕਰਾਂਗੇ। ਅਤੇ ਮੈਂ ਕਹਿ ਦੂੰਗਾ ਵੀ ਬਈ ਅਸੀਂ ਚਲੋ ਉਹ ਮੈਂ ਤੁਹਾਨੂੰ ਪ੍ਰਾਈਵੇਟਲੀ ਕਹੂੰਗਾ ਵੀ ਸਟਰਕਚਰ ਜਿਹੜੀ ਡਿਸਕਸ਼ਨ ਉਹ ਕਰਿਆ ਕਰਾਂਗੇ ਜੀ। ਅਤੇ ਗੱਲਬਾਤ ਚੱਲ ਰਹੀ ਹੈ ਜੀ ਸਾਡੀ ਲੈਕਚਰ ਜਸਵਿੰਦਰ ਸਿੰਘ ਸਿੱਧੂ ਹੋਣਾਂ ਦੇ ਨਾਲ, ਜਿਹੜੇ ਕਿ RMIT ਯੂਨੀਵਰਸਿਟੀ ਦੇ ਵਿੱਚ ਲੈਕਚਰਰ ਨੇ, ਨਾਲ ਨਾਲ ਬਹੁਤ ਛੇਤੀ ਇਹਨਾਂ ਨੇ ਬਣ ਜਾਣਾ ਵਾ ਜੀ, ਹੁਣ ਸਾਡੇ ਇੱਕ ਡਾਕਟਰ ਬਣ ਜਾਣਾ ਜੀ ਇਹਨਾਂ ਨੇ, ਅਗਰ ਇਹਨਾਂ ਦਾ ਪ੍ਰੋਜੈਕਟ ਜਿਹੜਾ ਵਾ ਜਿਸ ਢੰਗ ਦੇ ਨਾਲ ਇਹਨਾਂ ਨੇ ਪ੍ਰੋਜੈਕਟ ਕੀਤਾ ਵਾ, ਸੋ ਉਹ ਵੀ ਅਸੀਂ ਅਗਲੀ ਵਾਰੀ ਇਹਨਾਂ ਨੂੰ ਸਹੀ ਮਾਇਨਿਆਂ ਦੇ ਵਿੱਚ ਡਾਕਟਰ ਕਹਿਣਾ ਸ਼ੁਰੂ ਕਰ ਦੇਣਾ ਵਾ। ਸੋ ਆਸ ਕਰਦੇ ਹਾਂ ਕਿ ਛੇਤੀ ਬਣ ਜਾਣਗੇ ਡਾਕਟਰ ਸਾਡੇ। ਅਤੇ ਗੱਲਬਾਤ ਜਿਹੜੀ ਆਪਣੀ ਚੱਲ ਰਹੀ ਸੀ ਜੀ ਗੁਰੂ ਨਾਨਕ ਫੂਡ ਡੋਨੇਸ਼ਨ, ਕਿਉਂਕਿ ਇੱਕ ਬਹੁਤ ਇੱਕ ਅਹਿਮ ਪ੍ਰੋਜੈਕਟ ਆ, ਇਹਦੇ ਬਾਰੇ ਜਿਹੜੇ ਕਾਫੀ ਸਵਾਲ ਨੇ ਜਿਹੜੇ ਸਾਡੇ ਕੋਲ ਵੈਸੇ ਵੀ ਫੇਸਬੁੱਕ ਦੇ ਉੱਤੇ ਵੀ ਆਏ ਨੇ, ਸੋ ਉਹ ਵੀ ਆਪਾਂ ਜਿਹੜੇ ਆ ਇਹਨਾਂ ਦੇ ਨਾਲ ਸਿੱਧੂ ਸਾਹਿਬ ਹੋਣਾਂ ਦੇ ਨਾਲ ਡਿਸਕਸ ਕਰਨੇ ਆ। ਸੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਸਿੱਧੂ ਸਾਹਿਬ, ਇੱਕ ਵਾਰੀ ਫਿਰ ਜੀ। ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜੀ। ਅੱਛਾ ਸਿੱਧੂ ਸਾਹਿਬ, ਜਿਹੜਾ ਇਹ ਗੁਰੂ ਨਾਨਕ ਫੂਡ ਡੋਨੇਸ਼ਨ ਡਰਾਈਵ ਦੇ ਨਾਂ ਦੇ ਉੱਤੇ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ, ਠੀਕ ਹੈ ਜੀ, ਸੋ ਵਾਕਈ ਇੱਕ ਤਾਂ ਪਹਿਲੀ ਗੱਲ ਤਾਂ ਹੈ ਕਿ ਬਹੁਤ ਸ਼ਲਾਘਾਯੋਗ ਕਦਮ ਹੈ, ਇਹਦੇ ਨਾਲ ਨਾਲ ਜੇ ਆਪਾਂ ਗੱਲ ਕਰਦੇ ਹਾਂ ਕਿ ਇਹ ਪ੍ਰੋਜੈਕਟ ਇਹ ਕੀ ਸਿਰਫ ਇਹ ਪ੍ਰੋਜੈਕਟ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੱਕ ਹੀ ਹੈ ਕਿ ਜਾਂ ਇਹਦੇ ਤੁਸੀਂ ਫਿਊਚਰ ਕੀ ਦੇਖਦੇ ਹੋ ਕਿ ਤੁਹਾਨੂੰ ਇਸ ਨੂੰ ਲੌਂਗ ਰਨ ਦੇ ਵਿੱਚ ਲੈ ਕੇ ਜਾ ਰਹੇ ਹੋ, ਕੀ ਤੁਹਾਡੇ ਫਿਊਚਰ ਪ੍ਰੋਜੈਕਟ ਨੇ ਇਹਨੂੰ ਲੈ ਕੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਜਿਹੜਾ ਫੂਡ ਡੋਨੇਸ਼ਨ ਡਰਾਈਵ ਹੈ ਉਹ ਇੱਕ ਪਾਰਟ ਹੈ ਜਿਹੜੇ ਓਵਰਆਲ ਸਾਡਾ ਪ੍ਰੋਜੈਕਟ ਚੱਲਦਾ। ਪ੍ਰੋਜੈਕਟ ਨੂੰ ਚੱਲਦੇ ਕਾਫੀ ਸਾਲ ਹੋ ਗਏ ਨੇ ਜੀ, ਅਤੇ ਇਹ ਸਟਾਰਟ ਹੋਇਆ ਸੀ ਟਾਰਨਟ ਗੁਰਦੁਆਰਾ ਸਾਹਿਬ ਤੋਂ, ਕਿ ਜਿੱਥੋਂ ਕਿ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜੋ ਲੰਗਰ ਜੋ ਬਚ ਜਾਂਦਾ ਸੀ ਕੁਕਡ ਲੰਗਰ ਜਾਂ ਜੋ ਅਨਕੁਕਡ ਲੰਗਰ, ਇੰਨਾ ਕੁ ਜ਼ਿਆਦਾ ਸੰਗਤ ਡੋਨੇਟ ਕਰਨ ਦੀ ਸੀ ਤਾਂ ਜਦੋਂ ਐਕਸਪਾਇਰੀ ਡੇਟ ਉਹਦੀ ਆਉਣੀ ਹੈ ਅਤੇ ਜਦੋਂ ਕਦੇ ਕੌਂਸਲ ਦਾ ਜਾਂ ਹੈਲਥ ਡਿਪਾਰਟਮੈਂਟ ਦਾ ਜੋ ਇੰਸਪੈਕਸ਼ਨ ਹੋਣੀ ਹੈ ਤਾਂ ਤੁਹਾਨੂੰ ਵੱਧੋ ਵਧੀ ਉਹ ਲੰਗਰ ਸੁੱਟਣਾ ਹੀ ਪੈਣਾ, ਕਿਉਂਕਿ ਜੇ ਤੁਸੀਂ ਸੁੱਟਦੇ ਨਹੀਂ ਆ ਤਾਂ ਉਹ ਕੰਟਰਡਿਕਸ਼ਨ ਹੈ ਕਿ ਐਕਸਪਾਇਰਡ ਸਮਾਨ ਜਾਂ ਈਵਨ ਜੋ ਕੁਛ ਦਿਨ ਰਹਿ ਜਾਂਦੇ ਆ ਵੈਸੇ ਵੀ ਐਕਸਪਾਇਰਡ ਫੂਡ ਨੂੰ ਕੁੱਕ ਕਰਕੇ ਜਿਹੜਾ ਰਿਸਕ ਲੈਣਾ ਬਹੁਤ ਵੱਡੀ ਗੱਲ ਜੀ, ਮਤਲਬ ਬਹੁਤ। ਅਤੇ ਇਸ ਲਈ ਅਸੀਂ ਇਹ ਸੋਚਿਆ ਕਿ ਕਿਉਂ ਸੁੱਟਿਆ ਜਾਵੇ ਟਨਾਂ ਦੇ ਟਨ ਫੂਡ,
बेसिकली टन्ना दे टन्नी सुट्टिया जांदा क्योंकि संगत ओह देखदी नहीं है क्योंकि ओह किसे दिन ऐसे दिन सुट्टिया जांदा कि जदों संगत उत्थे नहीं हुंदी ते ओह असी 3-3.5 साल पहला ਤਾਰਨੇਟ ਗੁਰਦੁਆਰਾ ਸਾਹਿਬ ਤੋਂ ਅਸੀਂ ਫੂਡ ਡੋਨੇਸ਼ਨ ਸਟਾਰਟ ਕੀਤਾ ਤੇ ਉਹਦੇ ਵਿੱਚ ਮੇਨਲੀ ਇਹਨਾਂ ਏਜੰਸੀਜ਼ ਨਾਲ ਕੰਮ ਸ਼ੁਰੂ ਕੀਤਾ ਕਿ ਜੋ ਜਾਂ ਅਨਕੁਕਡ ਜਾਂ ਕੁਕਡ ਦੋਨੋਂ ਤਰ੍ਹਾਂ ਦਾ ਫੂਡ ਲੈ ਲੈਂਦੀਆਂ ਸੀ ਤੇ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਜਿਵੇਂ ਗੱਲ ਕੀਤੀ ਕਿ ਕੀ ਇਹ ਪ੍ਰੋਜੈਕਟ ਗੁਰੂ ਸਾਹਿਬ ਦੇ ਗੁਰਪੁਰਬ ਨਾਲ ਰਿਲੇਟਡ ਹੀ ਹੈ ਕਿ ਔਨਗੋਇੰਗ ਹੈ ਜੀ ਪਿਛਲੇ 3 ਸਾਲ ਤੋਂ 3 ਸਾਲ 1 ਮਹੀਨਾ ਹੋ ਗਿਆ ਅੱਜ ਦੀ ਡੇਟ 'ਚ ਤੇ ਅਕਤੂਬਰ 2012 ਤੋਂ ਲਗਾਤਾਰ ਹਰ ਬੁੱਧਵਾਰ ਨੂੰ 40 ਤੋਂ 50 ਹੋਮਲੈਸ ਬੱਚਿਆਂ ਦਾ ਫੂਡ ਕੁੱਕ ਹੋ ਕੇ ਇਹ ਟਾਰਨੇਟ ਗੁਰਦੁਆਰਾ ਸਾਹਿਬ ਤੋਂ ਵਾਈਟ ਲਾਈਨ ਨੂੰ ਜਾਂਦਾ ਹਾਪਰ ਕ੍ਰੋਸਿੰਗ ਦੇ ਵਿੱਚ ਜੀ ਬਹੁਤ ਵਧੀਆ ਜੇ ਉਹਦੇ ਵਿੱਚ ਕੋਈ ਵੀ ਹਾਪਰ ਕ੍ਰੋਸਿੰਗ ਜਾਂ ਗੁਰਦੁਆਰਾ ਸਾਹਿਬ ਟਾਰਨੇਟ ਦੇ ਨੇੜੇ ਤੇੜੇ ਕੋਈ ਰਹਿੰਦੇ ਹੋਣ ਤੁਹਾਡੇ ਜੋ ਵੀ ਸੁਣ ਰਹੇ ਨੇ ਸਾਡੀ ਇੰਟਰਵਿਊ ਤੇ ਉਹ ਬੁੱਧਵਾਰ ਨੂੰ ਅਗਰ ਸੇਵਾ ਕਰਨਾ ਚਾਹੁੰਦੇ ਹੋਣ ਤਾਂ ਉਹ 10 ਵਜੇ ਸਵੇਰੇ ਉੱਥੇ ਜਾ ਸਕਦੇ ਨੇ ਤੇ ਜੇ ਉਹਦੇ ਵਿੱਚ ਕੁਝ ਕੰਟਰੀਬਿਊਟ ਵੀ ਕਰਨਾ ਚਾਹੁੰਦੇ ਨੇ ਤਾਂ ਉਹ ਵੀ ਉਹ ਕਰ ਸਕਦੇ ਨੇ ਲੰਗਰ ਦੇ ਵਿੱਚ ਜਿਹੜਾ ਦਾਲ ਤੇ ਚਾਵਲ ਦੋ ਹੀ ਚੀਜ਼ਾਂ ਬਣ ਕੇ ਜਾਂਦੀਆਂ ਤੇ ਉਹ ਬੜਾ ਸਿੰਪਲ ਬਣ ਕੇ ਜਾਂਦਾ ਕਿਉਂਕਿ ਜੋ ਮੇਨਲੀ ਹੋਮਲੈਸ ਯੂਥ ਹੈ ਉਹ ਮਸਾਲੇ ਜਾਂ ਜਿਹੜੀ ਕੋਈ ਕਈਆਂ ਨੂੰ ਅਲਰਜੀ ਹੁੰਦੀ ਹੈ ਤੇ ਅਸੀਂ ਉਹ ਚੀਜ਼ਾਂ ਨਹੀਂ ਪਾਉਂਦੇ ਜੀ 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 ਤੇ ਉਹਦੇ ਬਾਰੇ ਬਹੁਤ ਸਾਰੀਆਂ ਈਮੇਲਸ ਸਾਨੂੰ ਆ ਚੁੱਕੀਆਂ ਨੇ ਪਾਰਲੀਮੈਂਟ 'ਚ ਵੀ ਟੈਕਨੋਲੋਜੀ ਹੋ ਚੁੱਕਾ ਕਿ ਕਿਸ ਤਰ੍ਹਾਂ ਇੱਕ ਗੁਰਦੁਆਰਾ ਜੋ ਕਿ ਖੁਦ ਵੀ ਹਲੇ ਪੂਰੀ ਤਰ੍ਹਾਂ ਬਿਲਡਿੰਗ ਦਾ ਸਟਰਕਚਰ ਵੀ ਨਹੀਂ ਬਣਿਆ ਤੇ ਉਹ ਕਿਸ ਤਰ੍ਹਾਂ ਇੱਕ ਜੋ ਸੋਸਾਇਟੀ ਦੇ ਵਿੱਚ ਪ੍ਰੋਬਲਮ ਹੈ ਹੋਮਲੈਸਨੈਸ ਦੀ ਯੂਥ ਹੋਮਲੈਸਨੈਸ ਉਹਨਾਂ ਨੂੰ ਕਿਸ ਤਰ੍ਹਾਂ ਫੂਡ ਪ੍ਰੋਵਾਈਡ ਕਰ ਰਹੇ ਬੜੀਆਂ ਸਾਨੂੰ ਈਮੇਲਸ ਦੇ ਐਵੀਡੈਂਸ ਪਏ ਨੇ ਕਿ ਏਜੰਸੀਜ਼ ਜੋ ਨੇ ਰਨ ਕਰਦੇ ਲੋਕ ਉਹ ਮੈਸੇਜ ਭੇਜਦੇ ਨੇ ਕਿ ਸਿੱਖ ਕਮਿਟੀ ਨੂੰ ਤੇ ਸਿੱਖ ਐਲਡਰਸ ਨੂੰ ਅਸੀਂ ਬਹੁਤ ਧੰਨਵਾਦ ਦਿੰਦੇ ਹਾਂ ਕਿ ਹਰ ਬੁੱਧਵਾਰ ਉਹ ਜਿਹੜਾ ਫੂਡ ਆ ਉੱਥੇ ਪਹੁੰਚਾਇਆ ਜਾਂਦਾ ਅਤੇ ਇਹਦੇ ਵਿੱਚ ਬਹੁਤ ਵੱਡੀ ਰਿਸਪੋਂਸੀਬਿਲਟੀ ਹੈ 50 ਜਣਿਆਂ ਦਾ ਫੂਡ ਕੁੱਕ ਕਰਨਾ ਅਤੇ ਟਰਾਂਸਪੋਰਟ ਕਰਨਾ ਉੱਥੇ ਹਰ ਬੁੱਧਵਾਰ ਨੂੰ ਅਤੇ ਇਸ ਤੋਂ ਇਲਾਵਾ ਇਹ ਪ੍ਰੋਗਰਾਮ ਤਾਂ ਚੱਲ ਹੀ ਰਿਹਾ ਇਸ ਤੋਂ ਇਲਾਵਾ ਜੋ ਸ਼੍ਰੀ ਦੁਰਗਾ ਟੈਂਪਲ ਹੈ ਰੌਕ ਬੈਂਕ ਉਹ ਅੱਜ ਤੱਕ 5 ਟਨ ਫੂਡ ਜੋ ਹੈ ਆਸਟ੍ਰੇਲੀਅਨ ਸੋਸਾਇਟੀ ਨੂੰ ਡੋਨੇਟ ਕਰ ਚੁੱਕੇ ਨੇ ਅਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਨਾ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਸ਼੍ਰੀ ਦੁਰਗਾ ਟੈਂਪਲ ਵੀ ਪਾਰਟੀਸਪੇਟ ਕਰ ਰਿਹਾ ਗੁਰੂ ਨਾਨਕ ਫੂਡ ਡੋਨੇਸ਼ਨ ਡਰਾਈਵ ਦੇ ਵਿੱਚ ਅਤੇ ਉਹ ਆਲਰੇਡੀ 5 ਟਨ ਫੂਡ ਜਿਹੜਾ ਡੋਨੇਟ ਕਰ ਚੁੱਕੇ ਨੇ ਮੇਨ ਸਟ੍ਰੀਮ ਆਸਟ੍ਰੇਲੀਅਨ ਸੋਸਾਇਟੀ ਨੂੰ ਅਤੇ ਇਹਦੇ ਵਿੱਚ ਇਸ ਲਈ ਗੁਰੂ ਸਾਹਿਬ ਦੇ ਗੁਰਪੁਰਬ ਤੋਂ ਬਾਅਦ ਵੀ ਅਸੀਂ ਹਰ ਮਹੀਨੇ ਇਹ ਡੋਨੇਸ਼ਨ ਡਰਾਈਵ ਚਲਾਵਾਂਗੇ ਅਤੇ ਜੇ ਕਈ ਵਾਰੀ ਅਸੀਂ ਮੈਂ ਜਿਵੇਂ ਮੇਰੇ ਦਿਮਾਗ 'ਚ ਕਈ ਵਾਰੀ ਆਈਡੀਆਜ਼ ਆਉਂਦਾ ਮੈਨੂੰ ਸਰੋਤੇ ਵੀ ਇਹ ਆਈਡੀਆਜ਼ ਦੇ ਸਕਦੇ ਨੇ ਜਿਸ ਤਰ੍ਹਾਂ ਮੇਰੇ ਦਿਮਾਗ 'ਚ ਆਈਡੀਆ ਸੀ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਦਾ ਜਦੋਂ ਸ਼ਹੀਦੀ ਦਿਨ ਆਉਂਦਾ ਜਾਂ ਉਹਨਾਂ ਦਾ ਜਦੋਂ ਜਨਮ ਦਿਨ ਆਉਂਦਾ ਉਸ ਦੇ ਨਾਲ ਰਿਲੇਟਡ ਅਸੀਂ ਫੂਡ ਡੋਨੇਸ਼ਨ ਡਰਾਈਵ ਚਲਾ ਸਕਦੇ ਹਾਂ ਕਿ ਬੇਸਿਕਲੀ ਕਿਸੇ ਵੀ ਚੀਜ਼ ਨਾਲ ਸੋਸ਼ਲ ਅਵੇਅਰਨੈਸ ਜਿੰਨਾ ਕ੍ਰੀਏਟ ਹੁੰਦੀ ਹੈ ਤੁਸੀਂ ਪ੍ਰੋਜੈਕਟ ਕ੍ਰੀਏਟ ਕਰ ਸਕਦੇ ਹੋ ਜੀ ਮਤਲਬ ਗੱਲ ਇਹ ਆ ਜੀ ਕਿ ਮੇਨ ਗੱਲ ਇਹ ਨਹੀਂ ਹੈ ਕਿ ਕਿਸੇ ਦੇ ਨਾਂ ਦੇ ਨਾਲ ਇਹ ਪ੍ਰੋਜੈਕਟ ਆ ਪਰ ਗੱਲ ਇਹ ਆਉਂਦੀ ਆ ਕਿ ਇਹ ਪ੍ਰੋਜੈਕਟ ਵਧੀਆ ਆ ਸੋ ਵਾਕਿਆ ਜੇ ਅਸੀਂ ਵੀ ਇਸ ਸੁਸਾਇਟੀ ਦੇ ਵਿੱਚ ਹਿੱਸਾ ਪਾ ਸਕਦੇ ਹਾਂ ਨਾ ਸਿਰਫ ਹਿੱਸਾ ਪਾਉਣ ਵਾਲੀ ਗੱਲ ਹੈ ਜੀ ਸਿੱਧੂ ਸਾਹਿਬ ਨਾ ਇਹ ਇੱਕ ਸਾਡੀ ਕਮਿਊਨਿਟੀ ਕਿਉਂਕਿ ਆਪਾਂ ਇੱਥੇ ਨਵੇਂ ਹਾਂ ਜੇ ਗੱਲ ਕਰਦੇ ਹਾਂ ਸੋ ਕਮਿਊਨਿਟੀ ਦਾ ਇੱਕ ਹਿੱਸਾ ਬਣਨ ਦੇ ਲਈ ਵੀ ਬਹੁਤ ਵਧੀਆ ਜ਼ਰੂਰੀ ਰਹਿ ਜਾਂਦਾ ਬਿਲਕੁਲ ਸੋ ਆਸਟ੍ਰੇਲੀਅਨ ਸੁਸਾਇਟੀ ਦਾ ਹਿੱਸਾ ਬਣਨ ਦੇ ਲਈ ਵੀ ਇਹੋ ਜਿਹੇ ਕੰਮਕਾਰ ਨੇ ਇਹਦਾ ਵਿੱਚ ਜ਼ਰੂਰ ਆਪਣਾ ਹਿੱਸਾ ਪਾਉਂਦੇ ਰਹਿਣਾ ਚਾਹੀਦਾ ਜੀ ਤੇ ਤੁਸੀਂ ਕਹਿ ਰਹੇ ਸੀ ਵੀ ਕੁਐਸਚਨ ਫੇਸਬੁੱਕ ਤੇ ਕਾਫੀ ਆ ਰਹੇ ਨੇ ਸ਼੍ਰੋਤਿਆਂ ਦੇ ਕੋਈ ਸੋ ਇਹਦੇ ਨਾਲ ਸੀਗਾ ਜੇ ਆਪਾਂ ਇੱਕ ਪਹਿਲਾਂ ਵੀ ਤੁਸੀਂ ਜਿਵੇਂ ਗੱਲ ਕੀਤੀ ਸੀ ਬ੍ਰੇਕਫਾਸਟ ਕਲੱਬ ਨੂੰ ਲੈ ਕੇ ਸੋ ਇਹਦੇ ਬਾਰੇ ਇੱਕ ਕੁਐਸਚਨ ਆ ਜੀ ਕਿ ਬ੍ਰੇਕਫਾਸਟ ਕਲੱਬ ਦੇ ਬਾਰੇ ਉਹਨਾਂ ਨੇ ਪੁੱਛਿਆ ਹੈ ਕਿ ਅਸਲ ਦੇ ਵਿੱਚ ਇਹ ਹੈ ਕੀ ਕਿਉਂਕਿ ਆਪਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਵੀ ਇਹ ਚੀਜ਼ ਮੈਂਸ਼ਨ ਕੀਤੀ ਕਿ ਤੁਸੀਂ ਬ੍ਰੇਕਫਾਸਟ ਕਲੱਬ ਦੇ ਨਾਲ ਜੁੜੇ ਹੋਏ ਹੋ ਉਹਦੇ ਬਾਰੇ ਜ਼ਰੂਰ ਸਾਨੂੰ ਚਾਨਣਾ ਹਾਂਜੀ ਅਗੇਨ ਜਿਹੜਾ ਘੁੰਮ ਫਿਰ ਕੇ ਗੱਲ ਗੁਰੂ ਨਾਨਕ ਦੇਵ ਜੀ ਦੇ ਲੰਗਰ 'ਤੇ ਆ ਜਾਂਦੀ ਹੈ ਕਿਉਂਕਿ ਸਾਰੇ ਪ੍ਰੋਜੈਕਟ ਉੱਥੋਂ ਹੀ ਸਟਾਰਟ ਹੋਇਆ ਜੀ ਜੀ ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਗੁਰਦੁਆਰਾ ਸਾਹਿਬ ਜਦੋਂ ਲੰਗਰ ਪੱਕਿਆ ਹੋਇਆ ਰਾਤ ਨੂੰ ਸਟੋਰੇਜ ਨਾ ਹੋਣ ਕਰਕੇ ਸੁੱਟਣਾ ਪੈਂਦਾ ਸੀ ਹਾਲੇ ਵੀ ਸੁੱਟਣਾ ਪੈਂਦਾ ਸਾਰੀ ਜਗ੍ਹਾ ਸੁੱਟਣਾ ਪੈਂਦਾ ਅਤੇ ਅਸੀਂ ਮੀਟਿੰਗਸ ਕਰਦੇ ਹੀ ਰਹਿੰਦੇ ਸੀ ਏਜੰਸੀਜ਼ ਨਾਲ ਕਿ ਸਕੂਲਾਂ ਦੇ ਨਾਲ ਕਿ ਇਹਦਾ ਕੀ ਕੀਤਾ ਜਾ ਸਕਦਾ ਉੱਥੋਂ ਕਿਸੇ ਨੇ ਸੁਜੈਸ਼ਨ ਦਿੱਤੀ ਸੀ ਸਾਨੂੰ 3.5 ਸਾਲ ਪਹਿਲਾਂ ਕਿ ਤੁਸੀਂ ਕੁੱਕ ਜਿਹੜਾ ਫੂਡ ਹੈ ਉਹ ਲੰਚ ਪ੍ਰੋਵਾਈਡ ਦੀ ਕਰਨ ਦੀ ਬਜਾਏ ਐਕਚੁਅਲ 'ਚ ਆਸਟ੍ਰੇਲੀਅਨ ਸੋਸਾਇਟੀ ਦੇ ਵਿੱਚ ਬੱਚੇ ਸਵੇਰੇ ਸਕੂਲ ਆਉਂਦੇ ਨੇ ਬਿਨਾਂ ਬ੍ਰੇਕਫਾਸਟ ਦੇ ਅਤੇ ਇਹ ਬਹੁਤ ਵੱਡਾ ਨੰਬਰ ਹੈ ਪ੍ਰਾਇਮਰੀ ਸਕੂਲਾਂ ਦੇ ਵਿੱਚ ਆਸਟ੍ਰੇਲੀਅਨ ਡਿਪਟੀ ਪ੍ਰੀਮੀਅਰ ਦੀ ਲੈਟਰ ਮੇਰੇ ਕੋਲ ਪਈ ਹੈ ਮੈਂ ਤੁਹਾਨੂੰ ਸਰੋਤਿਆਂ ਨੂੰ ਵੀ ਦਿਖਾ ਸਕਦਾ ਅਗਰ ਕੋਈ ਅਤੇ ਬੜਾ ਹੀ ਜ਼ਿਆਦਾ ਸ਼ੌਕਿੰਗ ਫੈਕਟ ਹੈ ਕਿ ਵਿਕਟੋਰੀਆ ਵਿੱਚ 7 ਵਿੱਚੋਂ 1 ਬੱਚਾ ਸਕੂਲ ਬਿਨਾਂ ਫੂਡ ਦੇ ਆਉਂਦਾ ਅੱਛਾ ਜੀ ਹਾਂਜੀ ਇਹ ਵਿਕਟੋਰੀਆ ਦਾ ਫੈਕਟ ਹੈ ਡਿਪਟੀ ਪ੍ਰੀਮੀਅਰ ਦੀ ਮੈਨੂੰ ਲੈਟਰ ਆਈ ਹੈ ਜੀ ਅਤੇ ਉਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਬੱਚੇ ਜਿਹੜੇ 1-7 ਚੋਂ 1 ਜਿਵੇਂ 13% ਅਤੇ 14% ਹੋ ਗਿਆ 15% ਤੋਂ ਵੀ ਜ਼ਿਆਦਾ ਹੋ ਗਿਆ 17% ਦੇ ਕਰੀਬ ਹੋ ਗਿਆ ਹੁਣ 17% ਬੱਚੇ ਵਿਕਟੋਰੀਅਨ ਸਕੂਲਾਂ 'ਚ ਬਿਨਾਂ ਫੂਡ ਦੇ ਜਾਂਦੇ ਨੇ ਜੀ ਕੋਈ ਜ਼ਰੂਰੀ ਨਹੀਂ ਹੈ ਕਿ ਸਾਰੇ ਹੀ ਨੀਡੀ ਹੋਣ ਪਰ ਅਗਰ ਸਾਡਾ ਡਾਟਾ ਸ਼ੋ ਕਰਦਾ ਕਿ 6-8% ਬੱਚੇ ਨੀਡੀ ਨੇ ਜੀ 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 ਬੇਸਿਕਲੀ ਸੋਸਾਇਟੀ ਦੇ ਵਿੱਚ ਹਰ ਜਿਹੜਾ 12ਵਾਂ ਜਾਂ 13ਵਾਂ ਬੱਚਾ
ਸਕੂਲ ਜਾ ਰਿਹਾ ਬਿਨਾਂ ਫੂਡ ਦੇ, ਉਹ ਉਹਨੇ ਬ੍ਰੇਕਫਾਸਟ ਨਹੀਂ ਕੀਤਾ ਹੁੰਦਾ। ਜੀ ਜੀ ਬ੍ਰੇਕਫਾਸਟ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਵੀ ਨਹੀਂ ਸੀ ਕਦੇ ਕੀਤਾ, ਜੀ ਜੀ, ਜਾਂ ਮੈਂ ਆਪਣੇ ਵੀ ਦੱਸਾਂ, ਪਰ ਸਾਨੂੰ ਕਈ ਵਾਰੀ ਮਤਲਬ ਲੰਚ ਜਾਂ ਡਿਨਰ ਤਾਂ ਸਾਨੂੰ ਮਿਲਦਾ ਹੁੰਦਾ ਸੀ ਨਾ, ਜੀ ਪਿਛਲੀ ਰਾਤ ਸਾਨੂੰ ਪੇਰੈਂਟਸ ਨੇ ਸਾਨੂੰ ਫੂਡ ਦਿੱਤਾ ਹੁੰਦਾ ਸੀ ਜਾਂ ਸਾਨੂੰ ਲੰਚ ਜਿਹੜਾ ਸੀ ਪੈਕ ਕਰਕੇ ਦਿੱਤਾ ਹੁੰਦਾ ਸੀ। ਪਰ ਇਹ ਉਹ ਬੱਚੇ ਆ ਜਿਨ੍ਹਾਂ ਦੇ ਪੇਰੈਂਟਸ ਬਹੁਤ ਸਾਰੇ ਕਾਰਨਾਂ ਕਰਕੇ ਡਰੱਗਸ ਹੈ, ਚਾਹੇ ਫੈਮਿਲੀ ਵਾਇਲੈਂਸ ਹੈ, ਚਾਹੇ ਅਬਿਊ ਹੋਰ ਤਰ੍ਹਾਂ ਦੇ ਅਬਿਊਜ਼ ਹੈ, ਹਾਂਜੀ, ਨਿਗਲੈਕਟਡ ਬੱਚੇ ਨੇ, ਅਤੇ ਇਹ ਬੱਚੇ ਜੋ ਹੈ ਇਹ ਫੂਡ ਤੋਂ ਬਿਨਾਂ ਆਉਂਦੇ ਨੇ। ਜੀ ਜੀ ਜੀ। ਅਤੇ ਅਸੀਂ ਇਹ ਜਦੋਂ ਪ੍ਰੋਬਲਮ ਦੇਖੀ ਅਤੇ ਅਗੇਨ ਜਿਸ ਤਰ੍ਹਾਂ ਮੇਰੀ ਸੋਸ਼ੋਲੋਜੀ ਦੀ ਬੈਕਗਰਾਉਂਡ ਹੈ ਕਿ ਸੋਸ਼ਲ ਪ੍ਰੋਬਲਮਸ ਨੂੰ ਸੋਲਵ ਕਿੱਦਾਂ ਕਰਨਾ ਹੈ, ਕਿ ਸਾਡਾ ਜੋ ਲੰਗਰ ਦਾ ਬੜਾ ਸਿੰਪਲ ਕੰਸੈਪਟ ਉਹਨੂੰ ਅਸੀਂ ਐਕਸਟੈਂਡ ਕਰ, ਅਤੇ ਅਸੀਂ ਫਿਰ ਪਹਿਲਾਂ ਸਟਾਰਟ ਕੀਤਾ ਸੀ 4 ਜਾਂ 5 ਜਣਿਆਂ ਨੇ ਕੰਟਰੀਬਿਊਟ ਕਰਕੇ, ਜੀ, ਜਿਸ 'ਚ ਕਿ ਅਸੀਂ ਉਹਨਾਂ ਨੂੰ ਬ੍ਰੈਡ, ਜੈਮ, ਬਟਰ ਜੋ ਵੀ ਚਾਹੀਦਾ ਸੀ ਉਹ ਭੇਜਦੇ ਸੀ। ਜੀ। ਅਤੇ ਹੁਣ ਅੱਜ ਦੀ ਡੇਟ 'ਚ ਇਹ ਜਿਹੜਾ ਬ੍ਰੇਕਫਾਸਟ ਕਲੱਬਸ ਨੇ ਇਹ 25 ਸਕੂਲਾਂ 'ਚ ਰਨ ਹੋ ਰਹੇ ਨੇ, ਅਤੇ ਸਾਡੇ ਕੋਲ 1,000 ਤੋਂ ਜ਼ਿਆਦਾ ਬੱਚੇ ਨੇ, ਅਤੇ ਉਹੀ ਪ੍ਰੋਗਰਾਮ ਹੈ ਲੈਟਸ ਫੀਡ ਜਿਹੜਾ ਪ੍ਰੋਗਰਾਮ ਹੈ, LETSFEED, ਅਤੇ ਸਾਡੀ ਵੈਬਸਾਈਟ ਵੀ ਹੈ letsfeed.org। ਅਤੇ ਇਹ ਅਗੇਨ ਇਹਨਾਂ ਪ੍ਰੋਜੈਕਟਸ ਨੂੰ ਵੀ ਪਾਰਲੀਮੈਂਟ ਨੇ ਬੜੀ ਵਾਰੀ ਇਕਨੋਲੇਜ ਕੀਤਾ, ਇਹਦੇ ਵਿੱਚ ਦੋਨੋਂ ਹੀ ਕਮਿਊਨਿਟੀਜ਼ ਪਾਰਟੀਸਪੇਟ ਕਰਦੀਆਂ, ਹਿੰਦੂ ਵੀ ਅਤੇ ਸਿੱਖ ਕਮਿਊਨਿਟੀ ਵੀ। ਸ਼੍ਰੀ ਦੁਰਗਾ ਟੈਂਪਲ ਦਾ ਵੀ ਨਾਮ, ਲੰਗਰ ਬਾਰੇ ਸਪੀਚਿਸ ਪਾਰਲੀਮੈਂਟ 'ਚ ਹੋ ਚੁੱਕੀਆਂ, ਅਤੇ ਦੀ ਏਜ ਨੇ ਵੀ ਇਹਨੂੰ ਇਕਨੋਲੇਜ ਕੀਤਾ, ਹੋਰ ਬੜੇ ਨਿਊਜ਼ ਪੇਪਰ ਨੇ ਵੀ ਇਕਨੋਲੇਜ ਕੀਤਾ। ਅਤੇ ਇਹਦੇ ਵਿੱਚ ਅਸੀਂ ਬੜਾ ਸਿੰਪਲ ਹੈ ਮਾਡਲ ਕਿ ਸਾਡੀ ਜਿਹੜੀ ਔਰਗਨਾਈਜੇਸ਼ਨ ਹੈ ਨੋਟ ਫੋਰ ਪ੍ਰੋਫਿਟ ਚੈਰਿਟੀ, ਉਹਦੇ ਵਿੱਚ ਲੋਕ ਡੋਨੇਟ ਕਰਦੇ ਨੇ ਫਾਈਨੈਂਸ਼ੀਅਲੀ, ਅਤੇ ਅਸੀਂ ਔਨਲਾਈਨ ਪਰਚੇਜ਼ ਕਰਕੇ ਸਕੂਲਾਂ ਨੂੰ ਡਾਇਰੈਕਟਲੀ ਭੇਜ ਦਿੰਦੇ ਹਾਂ 25 ਸਕੂਲਾਂ ਨੂੰ। ਅਤੇ ਇਹ ਜਿਹੜੇ ਸਕੂਲ ਨੇ ਉਹ ਹਫ਼ਤੇ ਦੇ ਵਿੱਚ ਜਿੰਨੇ ਵਾਰੀ ਉਹ ਚਾਹੁੰਦੇ ਨੇ ਉਹ ਬੱਚਿਆਂ ਨੂੰ ਸਵੇਰੇ ਬ੍ਰੇਕਫਾਸਟ ਪ੍ਰੋਵਾਈਡ ਕਰਦੇ ਆ। ਅਤੇ ਇਹ ਸਾਡੇ ਸਕੂਲ ਜਿਹੜੇ ਫਰੈਂਕਸਟਨ, ਕੈਰਮ, ਵੈਸਟੋਲ, ਕਲੇਟਨ ਸਾਊਥ, ਪ੍ਰੈਸਟਨ ਅਤੇ ਰੌਕਸਬਰਗ ਪਾਰਕ ਅਤੇ ਵਿੰਡਮ ਦੇ ਰੀਜਨ ਦੇ ਵਿੱਚ ਨੇ ਜਿੰਨੇ ਵੀ 25 ਸਕੂਲ ਨੇ। ਹਾਂਜੀ ਜੀ ਜੀ। ਸੋ ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਇਹ ਜਿਹੜਾ ਪ੍ਰੋਜੈਕਟ ਹੈ ਤੁਹਾਡਾ, ਇਹ ਵੀ ਇੱਕ ਵਾਰੀ ਫਿਰ ਜੇ ਗੱਲ ਕਰੀਏ ਬਾਕੀ ਪ੍ਰੋਜੈਕਟਾਂ ਦੇ ਨਾਲ ਨਾਲ। ਜੀ ਜੀ ਜੀ। ਇਹਦੇ ਵਿੱਚ ਹੋਰ ਜਿਹੜੀ ਬੜੀ ਅਗੇਨ ਓਨਰ ਵਾਲੀ ਗੱਲ ਹੈ ਸਾਰੀ ਕਮਿਊਨਿਟੀ ਦੇ ਲਈ, ਕਿਉਂਕਿ ਜਿੱਦਾਂ ਪਹਿਲਾਂ ਵੀ ਮੈਂ ਕਿਹਾ ਕਿ ਮੈਂ ਤਾਂ ਸਿਰਫ ਕੋਆਰਡੀਨੇਟ ਕਰ ਰਿਹਾ, ਅਸਲੀ ਜਿਹੜੀ ਸਟਰੈਂਥ ਹੈ ਉਹ ਤਾਂ ਜਿਹੜੇ ਸਾਡੇ ਧਰਮ ਦੇ ਵਿੱਚ ਹੈ ਜਾਂ ਗੁਰੂ ਸਾਹਿਬ ਦੇ ਮੈਸੇਜ ਸਾਡੇ ਸਿਧਾਂਤ ਦੇ ਵਿੱਚ ਹੈ, ਜ਼ਰੂਰ ਧਿਆਨ ਨੂੰ ਫਾਲੋ ਕਰਨਾ। ਹਾਂਜੀ, ਅਸਲ ਜਿਹੜੀ ਸਟਰੈਂਥ ਆ ਉੱਥੇ ਹੈ, ਅਤੇ ਬੰਦਾ ਤਾਂ ਸਿਰਫ ਇੱਕ ਜਿਹੜਾ ਮੀਡੀਅਮ ਬਣਦਾ। ਅਤੇ ਇਹ ਜਿਹੜਾ ਪ੍ਰੋਜੈਕਟ ਹੈ, ਇਸ ਨੂੰ ਸਟੇਟ ਗਵਰਨਮੈਂਟ ਜੋ ਹੈ ਵਿਕਟੋਰੀਆ ਦੀ, ਉਹਦੇ ਜਿਹੜੇ ਪ੍ਰੀਮੀਅਰ ਨੇ ਡੈਨੀਅਲ ਐਂਡਰੂਜ਼, ਉਹ 8 ਅਕਤੂਬਰ 2014 ਨੂੰ ਇਹਨਾਂ ਨੇ ਇਹ ਪ੍ਰੋਜੈਕਟ ਵਿਜ਼ਿਟ ਕੀਤਾ ਸੀ ਸਾਡਾ ਨੋਬਲ ਪਾਰਕ ਦੇ ਸਕੂਲ ਹੈ, ਸਿਲਵਰਟਨ ਪ੍ਰਾਇਮਰੀ ਸਕੂਲ। ਅਤੇ ਇਸ ਤੋਂ ਪਹਿਲਾਂ ਵੀ ਗੁਰਦੁਆਰਿਆਂ 'ਚ ਜਦੋਂ ਮੇਰੇ ਨਾਲ ਗਏ ਨੇ, ਅਤੇ ਉਹਨਾਂ ਨੇ ਕਾਫੀ ਵਾਰੀ ਇਹ ਕਿਹਾ ਵੀ ਸਿੱਖ ਧਰਮ ਤਾਂ ਇੰਨਾ ਸਿੰਪਲ ਹੈ, ਤੁਸੀਂ 3 ਹੀ ਪ੍ਰਿੰਸੀਪਲ ਹੈ, ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ, ਵੀ ਜੇ ਕਹਿੰਦੇ ਤਾਂ ਇਹ 'ਚ ਕੰਪਲੈਕਸਿਟੀ ਹੈ ਹੀ ਨਹੀਂ ਹੈ। ਅਤੇ ਉਹਨਾਂ ਨੇ ਇਹ ਜਿਹੜਾ ਸਾਡਾ ਪ੍ਰੋਜੈਕਟ ਹੈ, ਇਸ ਨੂੰ ਸਟੇਟ ਗਵਰਨਮੈਂਟ ਦੀ ਪੋਲਿਸੀ 'ਚ ਅਡੋਪਟ ਕਰਕੇ, ਅਤੇ 25,000 ਬੱਚਿਆਂ ਨੂੰ ਜਿਹੜਾ ਬ੍ਰੇਕਫਾਸਟ ਫੰਡਿੰਗ ਦਾ ਜਿਹੜਾ ਮਾਡਲ ਉਹਨਾਂ ਨੇ ਬਣਾ ਦਿੱਤਾ ਪੋਲਿਸੀ ਦਾ, ਅਤੇ ਆਈ ਥਿੰਕ $13 million ਦੇ ਕਰੀਬ ਜਿਹੜੀ ਫੰਡਿੰਗ ਹੈ ਇਹ ਹੁਣ ਜਾ ਰਹੀ ਹੈ। ਅਤੇ ਜਿਹੜੇ ਸਾਡੇ ਸਪੀਕਰ ਨੇ ਆਪਣੇ ਵਿਕਟੋਰੀਅਨ ਪਾਰਲੀਮੈਂਟ ਦੇ, ਟੈਲਮੋ ਲੈਂਗਵਿਲਰ, ਉਹਨਾਂ ਨੇ ਪਲੰਟਨ ਗੁਰਦੁਆਰਾ ਸਾਹਿਬ 'ਚ ਇਹ ਇਸ ਪ੍ਰੋਜੈਕਟ ਬਾਰੇ ਕਿਹਾ ਸੀ ਕਿ ਜਿਹੜਾ ਤੁਹਾਡਾ ਲੰਗਰ ਦਾ ਪ੍ਰੋਜੈਕਟ ਆ ਉਹਦੇ ਬੇਸ 'ਤੇ ਬ੍ਰੇਕਫਾਸਟ ਕਲੱਬ ਸੈਟਅਪ ਹੋਏ ਨੇ, ਉਹਦੇ 'ਚ ਹੁਣ ਹਿੰਦੂ ਕਮਿਊਨਿਟੀ ਵੀ ਪਾਰਟੀਸਪੇਟ ਕਰ ਰਹੀ ਹੈ, ਮੁਸਲਿਮ ਕਮਿਊਨਿਟੀ ਵੀ ਕਰ ਰਹੀ ਹੈ। ਅਤੇ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ, ਉਹ ਕਹਿ ਰਹੇ ਕਿ ਤੁਹਾਨੂੰ ਨਹੀਂ ਪਤਾ ਪਰ ਇਹਦਾ ਆਲਰੇਡੀ ਵਿਕਟੋਰੀਅਨ ਗਵਰਨਮੈਂਟ ਦੀ ਜਿਹੜੀ ਪਾਲਿਸੀ ਉਹਦਾ ਇਫੈਕਟ ਪੈ ਚੁੱਕਾ, ਅਸੀਂ ਆਲਰੇਡੀ ਤੁਹਾਡੇ ਗੁਰੂ ਸਾਹਿਬ ਤੋਂ ਟੀਚਿੰਗ ਲੈ ਕੇ ਅਸੀਂ ਬ੍ਰੇਕਫਾਸਟ ਪ੍ਰੋਗਰਾਮ ਸੈਟਅਪ ਕੀਤਾ, ਅਤੇ ਉਹ ਬ੍ਰੇਕਫਾਸਟ ਕਲੱਬ ਤੋਂ ਇਨਫਲੂਐਂਸਡ ਹੈ, ਅਤੇ ਬ੍ਰੇਕਫਾਸਟ ਕਲੱਬ ਜਿਹੜਾ ਮੈਂ ਸੈਟਅਪ ਕੀਤਾ ਸੀ 25 ਸਕੂਲਾਂ 'ਚ ਚੱਲ ਰਿਹਾ, ਉਹ ਗੁਰੂ ਨਾਨਕ ਦੇਵ ਜੀ ਦੇ ਲੰਗਰ ਤੋਂ ਇਨਫਲੂਐਂਸ ਸੀ। ਵਾਹ ਜੀ ਵਾਹ। ਹਾਂਜੀ ਜੀ ਜੀ, ਬਹੁਤ ਵਧੀਆ ਗੱਲ ਹੈ ਜੀ। ਵਾਕਿਆ ਸਮਾਂ ਜਿਹੜਾ ਵਾ, ਗੱਲਾਂ ਤਾਂ ਇੰਨੀਆਂ ਅੱਛੀਆਂ ਨੇ ਜੀ, ਸਮਾਂ ਜਿਹੜਾ ਵਾ ਇਜਾਜ਼ਤ ਨਹੀਂ ਦਿੰਦਾ, ਪਰ ਇੱਕ ਤੁਹਾਡੇ ਕੋਲ ਇੱਕ ਤੁਹਾਡਾ ਹੋਰ ਬੜਾ ਜ਼ਬਰਦਸਤ ਪ੍ਰੋਜੈਕਟ, ਮੈਨੂੰ ਲੱਗਦਾ ਸ਼ਾਇਦ ਆਪਾਂ ਅਗਲੀ ਵਾਰੀ ਉਹਨੂੰ ਡਿਸਕਸ ਕਰਾਂਗੇ, ਕਿਉਂਕਿ ਟਾਈਮ ਅਤੇ ਘੜੀਆਂ ਜਿਹੜੀਆਂ ਵਾ ਵਾਰ ਵਾਰ ਕਹਿ ਰਹੀਆਂ ਕਿ ਹੁਣ ਆਪਾਂ ਇਜਾਜ਼ਤ ਲਈਏ, ਪਰ ਨਹੀਂ ਜੀ, ਇਹ ਇੱਕ ਪ੍ਰੋਜੈਕਟ ਹੈ ਜਿਹੜਾ ਤੁਹਾਡਾ ਬਹੁਤ ਵਧੀਆ, ਇਹਦੇ ਬਾਰੇ ਥੋੜ੍ਹੀ ਜਿਹੀ ਹਲਕੀ ਜੀ ਸਾਨੂੰ ਜਾਣਕਾਰੀ ਦਿਓ ਜੀ। ਡਬਲਿਊ ਪਾਵਰ ਨਾਂ ਦਾ ਗਰੁੱਪ ਹਾਂਜੀ ਸੈਟਅਪ ਕੀਤਾ, ਇਹਦੇ ਬਾਰੇ ਜਾਣਕਾਰੀ ਦਿਓ, ਅਤੇ ਅਗਲੀ ਵਾਰੀ ਜਿਹੜਾ ਆਪਾਂ ਵਾ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਇਹਨੂੰ ਖੁੱਲ੍ਹ ਕੇ ਜ਼ਰਾ ਆਪਣੇ ਸਰੋਤਿਆਂ ਅੱਗੇ ਰੱਖਾਂਗੇ ਜੀ। ਜੀ, ਇਹ ਡਬਲਿਊ ਪਾਵਰ ਬਾਰੇ ਪਲੀਜ਼। ਹਾਂਜੀ, ਡਬਲਿਊ ਪਾਵਰ ਜੋ ਹੈ ਇਹਦਾ ਅਸੀਂ ਜਾਣ ਬੁੱਝ ਕੇ ਡਬਲਿਊ ਕਹਿ ਕੇ ਤੁਸੀਂ ਇਹਦਾ ਕੋਈ ਵੀ ਮਤਲਬ ਕੱਢ ਸਕਦੇ ਹੋ, ਹੈ ਬੇਸਿਕਲੀ ਵਿਮੈਨ ਦਾ ਗਰੁੱਪ ਹੈ ਜੀ, ਪਰ ਤੁਸੀਂ ਇਹਨੂੰ ਵਿਸ਼ਡਮ ਕਹਿ ਲਓ, ਚਾਹੇ ਇਹਦੇ ਤੁਸੀਂ ਵਿਮੈਨ ਕਹਿ ਲਓ, ਠੀਕ ਹੈ, ਅਸੀਂ ਇਮੈਜੀਨੇਸ਼ਨ 'ਤੇ ਛੱਡ ਦਿੱਤਾ ਲੋਕਾਂ ਦੀ। ਹੁਣ ਇਹ ਜਿਹੜਾ ਗਰੁੱਪ ਹੈ ਜਿਸ ਤਰ੍ਹਾਂ ਤੁਸੀਂ ਕਿਹਾ, ਡਿਟੇਲ ਵਿੱਚ ਤਾਂ ਅਗਲੀ ਵਾਰੀ ਗੱਲ ਕਰਾਂਗੇ, ਜੋ ਸਾਡਾ ਕੰਮ ਸ਼ੋ ਕਰਦਾ, ਜਾਂ ਮੈਂ ਬਹੁਤ ਸਾਰਾ ਕੰਮ ਕਰਦਾ ਪ੍ਰੋਫੈਸਰ ਸੁਪ੍ਰਿਆ ਸਿੰਘ ਨਾਲ, ਜੋ ਕਿ ਆਸਟ੍ਰੇਲੀਆ ਦੇ ਲੀਡਿੰਗ ਸੋਸ਼ੋਲੋਜਿਸਟ ਨੇ, ਅਤੇ ਹੋਰ ਵੀ ਕਾਫੀ ਸਾਰੇ ਏਜੰਸੀ ਨਾਲ, ਉਹ ਇਹ ਸ਼ੋ ਕਰਦੀ ਹੈ ਕਿ ਜ਼ਿਆਦਾਤਰ ਆਸਟ੍ਰੇਲੀਆ ਦੇ ਵਿੱਚ ਜਿਹੜੇ ਮਾਈਗ੍ਰੇਸ਼ਨ ਹੋਈ ਹੈ ਸਾਡੀ ਕਮਿਊਨਿਟੀ ਵੱਲੋਂ, ਓਵਰਆਲ ਇੰਡੀਅਨ, ਸਿੱਖ ਹੈ, ਪੰਜਾਬੀ ਹੈ, ਚਾਹੇ ਗੁਜਰਾਤੀ, ਚਾਹੇ ਤੇਲਗੂ, ਉਹ ਪਹਿਲਾਂ ਮੇਲ ਜਿਹੜੇ ਸਟੂਡੈਂਟ ਆਏ ਸੀਗੇ। ਜੀ।
ਉਹ ਫਿਰ ਇੰਡੀਆ ਗਏ ਤਾਂ ਉਹਨਾਂ ਨੇ ਉੱਥੇ ਚਾਹੇ ਉਹਨਾਂ ਦੀ ਕਿਸ ਤਰ੍ਹਾਂ ਦੀ ਮੈਰਿਜ ਹੋਈ ਉਹ ਆਪਣੀ ਵਾਈਫ ਨੂੰ ਇੱਥੇ ਲੈ ਕੇ ਆਏ। ਜੀ ਹੁਣ ਇਹ ਜਿਹੜਾ ਟ੍ਰੈਂਡ ਹੈ ਇਹਦਾ ਜਿਹੜਾ ਇਫੈਕਟ ਜਿਹੜਾ ਵਾ ਕੀ ਪੈਂਦਾ ਸੋਸਾਇਟੀ ਦੇ ਉੱਤੇ ਕਿ ਜਿਹੜੀਆਂ ਲੇਡੀਜ਼ ਇੱਥੇ ਆਈਆਂ ਜਾਂ ਲੜਕੀਆਂ ਆਈਆਂ ਨੇ ਉਹ ਲੋਕਲ ਕੁਆਲੀਫਿਕੇਸ਼ਨ ਨਾ ਹੋਣ ਕਰਕੇ ਉਹਨਾਂ ਨੂੰ ਪਹਿਲੀ ਜੋਬ ਮਿਲਣ 'ਚ ਬੜੀ ਮੁਸ਼ਕਲ ਆਉਂਦੀ ਹੈ, ਜੀ ਕਿਉਂਕਿ ਬਿਲਕੁਲ ਤੁਹਾਨੂੰ ਪਤਾ ਇੱਥੇ ਲੋਕਲ ਕੁਆਲੀਫਿਕੇਸ਼ਨ ਨਹੀਂ ਹੈਗੀ, ਲੋਕਲ ਐਕਸਪੀਰੀਅੰਸ ਹੈ ਨਹੀਂ, ਲੋਕਲ ਜੀ ਰੈਫਰੈਂਸ ਹੈ ਨਹੀਂ, ਤੁਹਾਨੂੰ ਜੀ ਜੋਬ ਨਹੀਂ ਮਿਲਦੀ। ਨਹੀਂ ਮਿਲਦੀ ਹੁਣ ਇਹ ਅਸੀਂ ਬਹੁਤ ਔਖੀ ਜੀ। ਪ੍ਰੋਬਲਮ ਅਸੀਂ ਆਈਡੈਂਟੀਫਾਈ ਕੀਤੀ ਹੈ ਮੇਰੇ ਨਾਲ ਪ੍ਰੋਫੈਸਰ ਨਵਾ ਸੁਬਰਾਮਨੀਅਮ ਵੀ ਜੀ ਨੇ ਜੀ ਆਰਐਮਟੀ ਯੂਨੀਵਰਸਿਟੀ ਤੋਂ, ਜੀ ਪ੍ਰੋਫੈਸਰ ਸੁਪ੍ਰਿਆ ਸਿੰਘ ਤੋਂ, ਅਸੀਂ ਬੜੀ ਵਾਰੀ ਡਿਸਕਸ਼ਨ ਕੀਤੀ ਕਿ ਇਹ ਪ੍ਰੋਬਲਮ ਕੀ ਆ ਰਹੀ ਹੈ। ਜੀ ਅਸੀਂ ਫਿਰ ਡਾਕਟਰ ਆਸ਼ਿਮਾ ਸੋਨੀ ਅਤੇ ਮੈਂ ਅਸੀਂ ਮਿਲ ਕੇ ਇਹ ਪ੍ਰੋਗਰਾਮ ਦਾ ਸਟਰਕਚਰ ਬਣਾਇਆ ਜੀ ਕਿ ਅਸਲ ਪ੍ਰੋਬਲਮ ਇਹ ਹੈ ਕਿ ਜਦੋਂ ਵਾਈਫ ਜ਼ਿਆਦਾਤਰ ਇੰਡੀਆ ਤੋਂ ਆਈਆਂ ਨੇ, ਜੀ ਮੁੰਡੇ ਇੱਥੇ ਸੈਟਲ ਸੀਗੇ ਅਤੇ ਜੀ ਜੋਬ ਉਹਨਾਂ ਨੂੰ ਮਿਲੀਆਂ, ਅਤੇ ਅਸੀਂ ਇੱਕ ਵਰਕਿੰਗ ਗਰੁੱਪ ਸੈਟਅਪ ਕੀਤਾ, ਉਹਦੇ ਵਿੱਚ ਡਬਲਿਊ ਪਾਵਰ ਉਹਦਾ ਨਾਮ ਰੱਖਿਆ, ਅਤੇ ਜੀ ਹਲੇ ਕੋਈ ਸਾਡੀ ਕੋਈ ਵੈਬਸਾਈਟ ਕੋਈ ਫੇਸਬੁੱਕ ਪੇਜ ਨਹੀਂ ਹੈ, ਜੀ ਕਿਉਂਕਿ ਸਾਡੇ ਜਿਹੜੇ ਮੇਰੇ ਵੀ ਜਿੰਨੇ ਵੀ ਮੈਂ ਪ੍ਰੋਜੈਕਟਸ ਕਰਦਾ ਉਹ ਦੁਨੀਆ ਨੂੰ ਉਦੋਂ ਦੱਸਿਆ ਜਾਂਦਾ ਜਦੋਂ ਸਕਸੈਸਫੁਲ ਹੋ ਜਾਂਦੇ ਹੈ। ਅੱਛਾ ਜੀ, ਹੈ ਨਾ, ਪਹਿਲਾਂ ਤੁਸੀਂ ਰੌਲਾ ਪਾ ਦਿਓ, ਕੰਮ ਕੋਈ ਹੋਵੇ ਨਾ, ਜੀ ਅਤੇ ਸਿਰਫ ਫੋਟੋਆਂ ਪਾ ਦਿਓ, ਇਹ ਇੱਦਾਂ ਮੈਂ ਅੱਜ ਤੱਕ ਕਦੇ ਵੀ ਕੰਮ ਨਹੀਂ ਕੀਤਾ, ਅਤੇ ਜੀ ਉਹ ਪਰ ਹੁਣ ਸਕਸੈਸ ਵਿੱਚ ਕਾਫੀ ਆ ਰਿਹਾ। ਇਹ 'ਚ ਹੁਣ ਦੋ ਤਰ੍ਹਾਂ ਦੇ ਪ੍ਰੋਜੈਕਟ ਹੋਣਗੇ, ਜਿਹੜੀਆਂ ਲੇਡੀਜ਼ ਸਕਿਲਡ ਨੇ ਜਾਂ ਉਹ ਡਾਕਟਰ ਹੈ ਉੱਥੇ ਜਾਂ ਡੈਂਟਿਸਟ ਹੈ ਜਾਂ ਉਹ IT ਦਾ ਕੰਮ ਕਰਦੇ ਸੀ, ਉਹਨਾਂ ਨੂੰ ਇੱਥੇ ਆ ਕੇ ਅਸੀਂ ਉਹਨਾਂ ਲਈ ਮੈਂਟੋਰਸ਼ਿਪ ਦਾ ਪ੍ਰੋਗਰਾਮ ਸਟਾਰਟ ਕਰ ਰਹੇ ਹਾਂ, ਵਰਕਸ਼ਾਪਸ, ਕਿ ਜਿਹੜੀਆਂ ਇੱਥੇ ਐਸਟੈਬਲਿਸ਼ ਡਾਕਟਰਸ ਨੇ ਲੇਡੀਜ਼ ਜਾਂ ਐਸਟੈਬਲਿਸ਼ਡ IT ਦੀਆਂ ਪ੍ਰੋਫੈਸ਼ਨਲ ਦੇ, ਉਹ ਉਹਨਾਂ ਨੂੰ ਮੈਂਟੋਰਸ ਕਰਨਗੀਆਂ, ਈਮੇਲਸ ਕਿੱਦਾਂ ਲਿਖਣੀ ਹੈ, ਸੋਸਾਇਟੀ 'ਚ ਕਿੱਦਾਂ ਉੱਠਣਾ ਬੈਠਣਾ, ਸੋਸਾਇਟੀ ਦੇ ਵਿੱਚ ਤੁਸੀਂ ਆਪਣੇ ਨੂੰ ਇੰਟਰੋਡਿਊਸ ਕਿੱਦਾਂ ਕਰਨਾ, ਡੂਜ਼ ਐਂਡ ਡੋਂਟਸ ਜਿਹੜਾ ਉਹਦੀ ਲਿਸਟ ਬਣ ਰਹੀ ਹੈ, ਵਰਕਸ਼ਾਪ ਦੇ ਸਟਰਕਚਰ ਬਣ ਰਹੇ ਨੇ। ਜੀ, ਦੂਸਰਾ ਪ੍ਰੋਗਰਾਮ ਅਸੀਂ ਕਰਾਂਗੇ ਉਹਨਾਂ ਲੇਡੀਜ਼ ਲਈ, ਅਤੇ ਉੱਥੇ ਜਿਹੜੇ ਮੇਲ ਫੀਮੇਲ ਦੋਨਾਂ ਦੇ ਲਈ ਬੇਸਿਕਲੀ ਹੈ ਸਟਰਕਚਰ, ਜਦੋਂ ਇੱਕ ਬਣ ਗਿਆ ਤਾਂ ਉਹਦਾ ਬੈਨੀਫਿਟ ਦੋਨੋਂ ਲੈ ਸਕਦੇ ਹੈ ਕਿ ਸੋਸ਼ਲ ਐਂਟਰਪ੍ਰਾਈਜ਼, ਸੋਸ਼ਲ ਐਂਟਰਪ੍ਰਾਈਜ਼ ਦੇ ਵਿੱਚ ਪ੍ਰੋਫੈਸਰ ਨਵਾ ਸੁਬਰਾਮਨੀਅਮ ਜੋ ਐਕਸਪਰਟ ਨੇ ਇੰਟਰਨੈਸ਼ਨਲ ਲੈਵਲ 'ਤੇ, ਉਹ 'ਚ ਹੁੰਦਾ ਕਿ ਕਾਫੀ ਸਾਰੀ ਲੇਡੀਜ਼ ਕੋਲ ਹੈਂਡੀ ਸਕਿੱਲਸ ਨੇ ਜਿਹਦੇ ਵਿੱਚ ਕਿ ਅਚਾਰ ਬਣਾਉਣੇ, ਕੁਕਿੰਗ ਜਾਂ ਉਹ ਨੀਟਿੰਗ ਦਾ ਕੰਮ ਕਰ ਸਕਦੀਆਂ, ਸਟਿਚਿੰਗ, ਉਹਨਾਂ ਨੂੰ ਇੰਪਾਵਰ ਕਰਨਾ ਕਿ ਤੁਸੀਂ ਕਿੱਦਾਂ ਹੋਮ ਬੇਸਡ ਜਿਹੜੇ ਬਿਜ਼ਨਸਿਸ ਸਟਾਰਟ ਕਰਨੇ ਆ। ਦੂਜਾ ਉਹ ਪ੍ਰੋਜੈਕਟ ਹੈ। ਜੀ ਜੀ, ਬਹੁਤ ਵਧੀਆ ਗੱਲ ਹੈ ਜੀ ਤੁਹਾਡੇ ਕੋਲੋਂ ਇਹ ਜਿਹੜੀ ਆ, ਬਹੁਤ ਤੁਸੀਂ ਐਕਸਾਈਟਮੈਂਟ ਵਧਾਤੀ ਹੈ ਕਿ ਵਾਕਈ ਪ੍ਰੋਜੈਕਟ ਬਹੁਤ ਵਧੀਆ ਤੁਹਾਡਾ। ਡਬਲਿਊ ਪਾਵਰ ਨਾਂ ਦਾ ਜਿਹੜਾ ਇਹ ਗਰੁੱਪ ਆ ਤੁਸੀਂ ਸੈਟਅਪ ਕੀਤਾ, ਪ੍ਰੋਜੈਕਟ ਜਿਹੜਾ ਸੈਟਅਪ ਕੀਤਾ, ਇਹਦੇ ਬਾਰੇ ਜਿਹੜੀ ਵਧੇਰੇ ਜਾਣਕਾਰੀ ਹੈ ਜੀ ਆਪਾਂ ਤੁਹਾਡੇ ਕੋਲੋਂ ਅਗਲੀ ਵਾਰੀ ਲਵਾਂਗੇ ਜੀ। ਸੋ ਤੁਸੀਂ ਆਪਣਾ ਟਾਈਮ ਕੱਢਿਆ ਜੀ ਜਸਵਿੰਦਰ ਜੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਬਾਅਦ ਅਗਰ ਜਾਂਦੇ ਜਾਂਦੇ ਤੁਸੀਂ ਕੁਛ ਕਹਿਣਾ ਚਾਹੋ ਤਾਂ ਪਲੀਜ਼ ਜੀ। ਹਾਂਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਅਤੇ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਅਸੀਂ ਜੋ ਹਰ ਪ੍ਰੋਗਰਾਮ ਹੈ ਉਹਦਾ ਜਿਹੜਾ ਇੱਕ ਸਟਰਕਚਰ ਜਿਹੜਾ ਵਾ ਪਹਿਲਾਂ ਸਰੋਤਿਆਂ ਨੂੰ ਦੱਸਦਿਆ ਕਰਾਂਗੇ, ਤਾਂ ਜੋ ਅਗਰ ਕਿਸੇ ਦੇ ਕੁਸਚਨਸ ਹੋਣ ਤਾਂ ਪੁੱਛ ਸਕਦੇ। ਹੁਣ ਜਿਵੇਂ ਡਬਲਿਊ ਪਾਵਰ ਬਾਰੇ ਅਗਰ ਕੋਈ ਸੁਣ ਰਿਹਾ ਤਾਂ, ਜਿਵੇਂ 4 ਹਫ਼ਤੇ ਬਾਅਦ ਸਾਡਾ ਜਿਹੜੇ ਪ੍ਰੋਗਰਾਮ ਹੋਏਗਾ ਉਹਦੇ 'ਚ ਜੇ ਕੋਈ ਕੁਸਚਨ ਪੁੱਛਣਾ ਚਾਹੁੰਦਾ ਕਿ ਅਸੀਂ ਕਿਸ ਤਰ੍ਹਾਂ ਵਿਮੈਨ ਦਾ ਸੋਸ਼ਲ ਐਂਟਰਪ੍ਰਾਈਜ਼ ਸੈੱਟ ਕਰਨੀ ਹੈ, ਜਾਂ ਮੈਂ ਇੱਕ ਇੰਡੀਆ ਤੋਂ ਮੇਰੀ ਵਾਈਫ ਹੁਣੇ ਆਈ ਉਹਨੂੰ ਜੋਬ ਨਹੀਂ ਮਿਲ ਰਹੀ, ਤਾਂ ਉਹ ਮੈਂ ਫਿਰ ਅਸੀਂ ਉਹਦੇ ਜਿਹੜਾ ਸਟਰਕਚਰ ਰਿਸਪੋਂਸ ਦੇ ਸਕਾਂਗੇ। ਅਤੇ ਇਸ ਤਰ੍ਹਾਂ ਹੀ ਅਗਲੇ ਜਿਹੜੇ ਪ੍ਰੋਗਰਾਮਸ ਹੋਣਗੇ ਉਹਨਾਂ ਦਾ ਸਟਰਕਚਰ ਅਸੀਂ ਪਹਿਲਾਂ ਦੱਸ ਦਿਆਂਗੇ ਤਾਂ ਜੋ ਸਰੋਤੇ ਜਿਹੜੇ ਆ ਰੀਅਲ ਟਾਈਮ 'ਚ ਬੈਨੀਫਿਟ ਉਹਦਾ ਲੈ ਸਕਣ। ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਸ਼ੁਕਰੀਆ। ਸੋ ਇਹਦੇ ਨਾਲ ਨਾਲ ਹੀ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਕਿ ਅਗਲੀ ਵਾਰੀ ਜਿਹੜੀ ਅਸੀਂ ਗੱਲਬਾਤ ਹੈ ਜੀ ਡਬਲਿਊ ਪਾਵਰ ਦੇ ਬਾਰੇ ਗੱਲ ਕਰਨੀ ਹੈ, ਵਿਮਨ ਪਾਵਰ ਦੇ ਬਾਰੇ ਗੱਲਬਾਤ ਕਰਨੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਡਾਕਟਰ ਸਾਹਿਬ, ਤੁਹਾਡਾ ਜਸਵਿੰਦਰ ਸਿੰਘ ਜੀ, ਅਤੇ ਜਿਹੜੇ ਆਉਣ ਵਾਲੇ ਤੁਸੀਂ ਸਾਡੇ ਡਾਕਟਰ ਸਾਹਿਬ ਜੀ। ਸੋ ਮੈਂ ਡਾਕਟਰ ਸਾਹਿਬ ਤਾਂ ਇਹਨਾਂ ਨੂੰ ਵਾਰ ਵਾਰ ਕਹਿ ਦਿੰਦਾ ਕਿਉਂਕਿ ਮੈਨੂੰ ਪਤਾ ਜੀ ਇਹਨਾਂ ਡਾਕਟਰ ਬਣ ਹੀ ਜਾਣਾ। ਹਾਂਜੀ, ਮੇਰੀ PhD ਸਬਮਿਸ਼ਨ ਦੇ ਨੇੜੇ ਹੈ, ਇਸ ਲਈ ਪਰ ਹਾਲੇ ਆਫੀਸ਼ੀਅਲੀ ਡਾਕਟਰ ਨਹੀਂ ਹੈ। ਜੀ ਜੀ, ਨਹੀਂ, ਆਪਾਂ ਤੁਹਾਨੂੰ ਡਾਕਟਰ ਬਣਾਤਾ ਜੀ, ਤੁਸੀਂ ਸਾਡੇ ਡਾਕਟਰ ਦੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਲਈ ਟਾਈਮ ਕੱਢਿਆ ਜਸਵਿੰਦਰ ਸਿੰਘ ਜੀ। ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਜੀ, ਥੈਂਕ ਯੂ ਜੀ। ਸੋ ਇਹਦੇ ਨਾਲ ਹੀ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ ਜੀ। ਸੋ ਅਗਲੀ ਵਾਰੀ ਇਸ ਆਸ ਦੇ ਨਾਲ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਕਿ ਅਗਲੀ ਵਾਰੀ ਫਿਰ ਦੁਬਾਰਾ ਸਿੱਧੂ ਸਾਹਿਬ ਨੂੰ ਤੁਹਾਡੇ ਕੋਲ ਲੈ ਕੇ ਆਵਾਂਗੇ ਅਤੇ ਤੁਹਾਡੇ ਨਾਲ ਗੱਲਬਾਤ ਕਰਵਾਵਾਂਗੇ ਡਬਲਿਊ ਪਾਵਰ ਦੇ ਬਾਰੇ ਦੇ ਵਿੱਚ। ਸੋ ਹੁਣ ਸਾਨੂੰ ਦਿਓ ਇਜਾਜ਼ਤ, ਜੁੜੇ ਰਹੋ ਅਤੇ ਸੁਣਦੇ ਰਹੋ ਤੁਹਾਡਾ ਆਪਣਾ ਰੇਡੀਓ, ਰੇਡੀਓ ਹਾਂਜੀ 1674 AM।